12 ਹੈ ਮਾਹ ਮਾਝੇ ਮਹੱਲਾ ਪੰਜ ਮਾ ਕਰ ਚੌਥਾ ਏਕ ਓਂਕਾਰ ਸਤ ਗੁਰ ਪ੍ਰਸਾਦ ਕਤਕ ਕਰਮ ਕਮਾਵਣੇ ਦੋਸ ਨ ਕਾਹੋ ਜੋਗ ਪਰਮੇਸ਼ਰ ਤੇ ਪੁੱਲਿਓ ਵਿਆਪਨ ਸਬੇ ਰੋਗ ਗਨਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾ ਸੰਗਤ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜੋ ਲੋਕ ਪਾਗੰਬਰੇ ਹੁੰਦੇ ਨੇ ਪਾਗਾ ਵਾਲੇ ਇਦਾਂ ਮੰਨ ਲਓ ਕਿ ਖੇਚ ਨੂੰ ਖੇਚ ਪਿੰਦੀ ਹੈ ਤੁਹਾਨੂੰ ਸਵਾਦ ਆਂਦਾ ਸਤ ਸੰਗ ਸੁਣ ਕੇ ਰਸ ਆਉਂਦਾ ਹੈ ਮਨ ਖੁਸ਼ ਹੁੰਦਾ ਹੈ ਕਿ ਅਸੀਂ ਉਸ ਮਾਲਕ ਦੀ ਗੱਲ ਕਰਨ ਲੱਗੇ ਹਾਂ ਉਸ ਮਾਲਕ ਦੀ ਗੱਲ ਸੁਣਨ ਲੱਗੇ ਹਾਂ ਜਿਸ ਮਾਲਕ ਦੇ ਨੇ ਸਾਨੂੰ ਸਭ ਕੁਝ ਦਿੱਤਾ ਸੋ ਕਿਉਂ ਬਿਸਰੇ ਜਿਸ ਸਭ ਕੁਝ ਦੀ ਅਸੀਂ ਉਹਨੂੰ ਯਾਦ ਕਰਨ ਲੱਗੇ ਆ ਉਸ ਪੁਰਖ ਨੂੰ ਉਸ ਮਾਲਕ ਨੂੰ ਜਿਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਇਹ ਸ਼ਰੀਰ ਇਹਦੇ ਵਿੱਚ ਆਤਮਾ ਆਤਮਾ ਦੇ ਉੱਤੇ ਯੰਤਰ ਬਣਿਆ ਮਨ ਇਹ ਤਿੰਨ ਚੀਜ਼ਾਂ ਦਾ ਮੇਲ ਇਹ ਬੰਦਾ ਬਣਿਆ ਇਹ ਸ਼ਰੀਰ ਬਣਿਆ ਔਰ ਸ਼ਰੀਰ ਦੀ ਖਿੱਚ ਇੱਕ ਮੈਂ ਬੇਨਤੀ ਕਰਕੇ ਅੱਜ ਦਾ ਜਿਹੜਾ satsang ਸੰਗਰਾਮ ਦਾ ਦਿਹਾੜਾ ਹੈ ਫਿਰ ਅੱਗੇ ਚੱਲਦੇ ਹਾਂ ਇਹ ਆਪ ਜੀ ਦੇ ਸਾਹਮਣੇ ਇੱਕ ਜੋਤ ਜੋਤ ਲੱਗੀ ਹੈ ਤੁਹਾਡੇ ਘਰਾਂ ਵਿੱਚ ਵੀ ਜੋਤ ਲੱਗੀ ਹੈ ਕਈਆਂ ਦੇ ਘਰਾਂ 'ਚ ਲੱਗੀ ਹੋਣੀ ਹੈ ਉਹ ਜੋਤ ਜਦੋਂ ਅਸੀਂ ਬਾਲੀ ਦੀ ਹੈ ਉਸ ਜੋਤ ਵਿੱਚੋਂ ਜਿਹੜੀ ਉਹਦੀ ਲੈਟ ਹੈ ਲੋ ਹੈ ਉਹ ਕਿੱਥੇ ਜਾਂਦੀ ਹੈ ਦੱਸਿਓ ਜਰਾ ਉੱਪਰ ਨੂੰ ਜੇ ਆਪਾਂ ਹਿੰਟਾ ਰੱਖ ਕੇ ਥੱਲੇ ਚੁਕਾ ਕੇ ਮਾਚਸ ਬਾਲ ਕੇ ਥੱਲੇ ਕਰਕੇ ਆਪਾਂ ਜਗਾਵਾਂਗੇ ਫਿਰ ਵੀ ਉਹ ਉੱਪਰ ਜਾਵੇਗੀ ਐਦਾਂ ਹੁੰਦਾ ਜੇ ਉਹ ਲੋ ਉੱਪਰ ਜਾਂਦੀ ਹੈ ਕਿੱਥੇ ਉੱਪਰ ਕਿੱਥੇ ਜਾਂਦੀ ਹੈ ਕਿਉਂਕਿ ਸੂਰਜ ਹਰ ਅੱਗ ਦਾ ਮਰਕਜ਼ ਹੈ ਸੂਰਜ ਉਥੇ ਹੈ ਤੇ ਜਿਹੜੀ ਵੀ ਅੱਗ ਬਲੇਗੀ ਤਰਤੀਤੇ ਉਹਦਾ ਮੂੰਹ ਸੂਰਜ ਵੱਲ ਹੋਵੇਗਾ ਕਿਉਂਕਿ ਸੂਰਜ ਉਹਦਾ ਮਰਕਜ਼ ਹੈ ਜਿੱਦਾਂ ਪਾਣੀ ਹੈ ਪਾਣੀ ਕਿੱਥੇ ਜਾਂਦਾ ਹੈ ਥੱਲੇ ਵਾਲੇ ਪਾਸੇ ਨਿਵਾਨ ਵਾਲੇ ਪਾਸੇ ਜਾਂਦਾ ਨਹੀਂ ਜਾਂਦਾ ਅਸੀਂ ਜਿੱਥੇ ਮਰਜ਼ੀ ਸੁੱਟ ਲੋ ਤੁਸੀਂ ਪਾਣੀ ਨੂੰ ਸੁੱਟੋ ਤਾਂ ਜਿੱਥੇ ਨੀਵਾਣ ਹੋਏਗਾ ਜਿੱਥੇ ਨਿਵਾਨ ਹੋਏਗੀ ਨਿਵਾਨ ਵਾਲੇ ਪਾਸੇ ਨਹੀਂ ਜਾਂਦਾ ਇਹ ਕਹਿ ਦੇ ਨੇ ਨਿਵਾਨ ਵਾਲੇ ਪਾਸੇ ਜਾ ਰਿਹਾ ਨਿਵਾਨ ਵਾਲੇ ਪਾਸੇ ਨਹੀਂ ਜਾਂਦਾ ਅਸਲ ਵਿੱਚ ਪਾਣੀ ਦੌੜਦਾ ਸਮੁੰਦਰ ਵਾਲੇ ਪਾਸੇ ਜਿੱਥੇ ਸਮੁੰਦਰ ਕਿਉਂਕਿ ਉਹਦਾ ਮਰਕਜ਼ ਸਮੁੰਦਰ ਉਹਨੇ ਉਹ ਜਗ੍ਹਾ ਲੱਭਣੀ ਹੈ ਜਿੱਥੇ ਉਹ ਪਾਣੀ ਪਾਣੀ ਉਹ ਚੀਜ਼ ਲੱਭਦਾ ਜਿੱਥੇ ਕਿ ਭਜ ਜਾਵੇ ਦੂਜੇ ਪਾਣੀ ਵਿੱਚ ਰਲ ਜਾਏ ਉਹ ਪਾਣੀ ਅੱਗੇ ਪਾਣੀਆਂ ਚ ਰਲ ਜੇ ਉਹ ਦਰਿਆਵਾਂ ਚ ਰਲ ਜੇ ਨਦੀਆਂ ਚ ਰਲ ਜੇ ਨਦੀਆਂ ਆਖੋ ਸਮੁੰਦਰਾਂ ਚ ਰਲ ਜਾਂਦੀਆਂ ਨੇ ਉਹ ਭਜਦਾ ਕਿ ਮੈਂ ਕਿਸੇ ਤਰੀਕੇ ਨਾਲ ਸਮੁੰਦਰ ਵਿੱਚ ਮਿਲ ਜਾ ਪਾਣੀ ਦਾ ਮਰਕਜ਼ ਸਮੁੰਦਰ ਹੈ ਅੱਗ ਦਾ ਮਰਕਜ਼ ਸੂਰਜ ਹੈ ਇਨਸਾਨ ਦਾ ਮਰਕਜ਼ ਭਗਵਾਨ ਹੈ ਜਿੰਨੇ ਰੱਬ ਨੇ ਬਣਾਇਆ ਤੇ ਜੇ ਸਾਨੂੰ ਰੱਬ ਨੇ ਬਣਾਇਆ ਅਸੀਂ ਮੰਨੇ ਆ ਤੇ ਫਿਰ ਸਾਨੂੰ ਘੁੰਮਕਮਾ ਕੇ ਜੇ ਅਸੀਂ ਰਾਜੇ ਮਹਾਰਾਜੇ ਵੀ ਬਣ ਜਾਈਏ ਵੱਡੇ ਵੱਡੇ ਸਾਡੇ ਕੋ ਘਰ ਹੋਮਣ ਨੌਕਰ ਚਾਕਰ ਹੋਮਣ ਵੱਡੀਆਂ ਵੱਡੀਆਂ ਸਾਡੇ ਕੋਲੋਂ ਕਾਰੋਬਾਰ ਹੋਮਣ ਦੁਕਾਨਾਂ ਹੋਮਣ ਅਮੀਰਾਂ ਦੇ ਅਮੀਰ ਬਣ ਜਾਈਏ بڑے ਵੱਡੇ ਪਹਿੇ ਹੋਜਣ ਖਰਬਾ ਰੁਪਏ ਹੋਜਣ ਤਾਂ ਵੀ ਤੁਸੀਂ ਸੋਚੋ ਸੁਖ ਮਿਲ ਗਿਆ ਨਹੀਂ ਨਾ ਆਤਮਾ ਨੂੰ ਇਸ ਸ਼ਰੀਰ ਨੂੰ ਸੁਖ ਕਦੋਂ ਮਿਲਣਾ ਜਦੋਂ ਵੀ ਅਸੀਂ ਉਸ ਪੁਰਖ ਦੀ ਗੱਲ ਕਰਨੀ ਹੈ ਜਿੱਥੋਂ ਅਸੀਂ ਬਣੇ ਆਂ ਜਿੱਥੋਂ ਅਸੀਂ ਟੁੱਟ ਕੇ ਵਿਛੜ ਕੇ ਆਏ ਆਂ ਜਦੋਂ ਅਸੀਂ ਉਹਦੀ ਗੱਲ ਸੁਣਨੀ ਹੈ ਭਾਵੇਂ satsang ਨਾਲ ਭਾਵੇਂ ਕਿਸੇ ਤਰੀਕੇ ਨਾਲ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਜਦੋਂ ਵੀ ਸਾਨੂੰ ਗੱਲ ਸੁਣਨ ਨੂੰ ਮਿਲੇਗੀ ਸਾਡਾ ਮਨ ਖਿੜ ਜਾਏਗਾ ਸਾਨੂੰ ਲੱਗੇਗਾ ਹੀ ਖੁਸ਼ ਹੋ ਕੇ ਬਸ ਇਹ ਤੁਸੀਂ ਵੇਖਿਓ ਤੁਸੀਂ ਸਿਆਣੇ ਹੋ ਸਮਝਦਾਰ ਹੋ ਦੁਨੀਆ ਵੇਖੀ ਹੈ ਤੁਹਾਨੂੰ ਸਭ ਪਤਾ ਹੈ ਅੱਜ ਦਾ ਜਿਹੜਾ satsang ਇਹ ਹੈ ਪੰਚਮ ਪਾਤਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ 12 ਮਹਾ ਮਾਜ ਮਹਿਲਾ ਪੰਜਮਾ ਔਰ ਮਾਜ ਮਹਿਲਾ ਪੰਜਮਾ ਦੇ ਅੰਦਰ 12 ਮਹੀਨੇ ਨੇ 12 ਮਹੀਨਿਆਂ ਦੀ ਵੱਖੋ ਵੱਖ ਵਿਆਖਿਆ ਹੈ ਵੱਖੋ ਵੱਖ ਅਸਰ ਹੈ ਜੀ ਅਸੀਂ ਸਾਉਣ ਦੇ ਮਹੀਨੇ ਦੀ ਗੱਲ ਕਰਾਂਗੇ ਤੇ ਮਹਾਰਾਜ ਜੀ ਸਾਨੂੰ ਸਾਉਣ ਦੀ ਗੱਲ ਕਰਨਗੇ ਜੇ ਭਾਦੋ ਦੀ ਗੱਲ ਕਰਨਗੇ ਤੇ ਭਾਦੋ ਦਾ ਅਸਰ ਵੀ ਅਸੀਂ ਵੇਖਦੇ ਹਾਂ ਜੇ ਅਸੂ ਦੀ ਗੱਲ ਕੀਤੀ ਤੇ ਅਸੂ ਦਾ ਅਸਰ ਵੀ ਪਿਛਲਾ ਮਹੀਨਾ ਅਸੂ ਦਾ ਪ੍ਰੇਮ ਅਸਨ ਪ੍ਰੇਮ ਉਮਾਹੜਾ ਪ੍ਰੇਮ ਦੀ ਗੱਲ ਕਰੋ ਰੱਬ ਨਾਲ ਪਿਆਰ ਕਰਨਾ ਸ਼ੁਰੂ ਕਰਦੋ ਅੱਜ ਮਾਰ ਨੇ ਜਿਹੜੀ ਗੱਲ ਕੀਤੀ ਕੀਤੀ ਕੱਬ ਤੱਕ ਕਰਮ ਕਮਾਉਣੇ ਇਕ ਕਰਮਾ ਦਾ ਮਹੀਨਾ ਔਰ ਦੋਸ਼ ਨਾ ਕਾਹੂ ਜੋਗ ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਬੇ ਰੋਗ ਉਹ ਜਿਹੜੇ ਮੈਨੇ ਰੋਗ ਲੱਗੇ ਨੇ ਬਿਮਾਰ ਹੋ ਗਿਆ ਜੀ ਮੈਂ ਰੋਗ ਬਿਮਾਰ ਹੋ ਗਿਆ ਤੇ ਬਿਮਾਰ ਕਦੋਂ ਹੁੰਦੇ ਨੇ ਇਨਸਾਨ ਕਰਮਾਂ ਕਰਕੇ ਬਿਮਾਰੀ ਕੀ ਹੈ ਬਿਮਾਰੀ ਪੈਦਾ ਹੁੰਦੀ ਹੈ ਮਨ ਤੋਂ ਵੱਡੀ ਬਿਮਾਰੀ ਜੇ ਤੁਹਾਡਾ ਮਨ ਦੁਖੀ ਹੋਏਗਾ ਨਾ ਤੁਸੀਂ ਥੋੜਾ ਜਿਹਾ ਵੀ ਮਨ ਦੁਖੀ ਹੋ ਗਿਆ ਤੇ ਤੁਸੀਂ ਉਹਨਾਂ ਡੱਟ ਕੇ ਸਾਹਮਣਾ ਨਹੀਂ ਕੀਤਾ ਕੋਈ ਦੁੱਖ ਆ ਗਿਆ ਤੇ ਤੁਸੀਂ ਦੁੱਖ ਤੋਂ ਭੱਜਣ ਲੱਗ ਪਏ ਸਾਹਮਣਾ ਨਹੀਂ ਕੀਤਾ ਹੋਰ ਦੁਖੀ ਹੋ ਜਾਣਾ ਹੋਰ ਦੁਖੀ ਹੋ ਗਏ ਤੇ ਫਿਰ ਕੀ ਬੰਨਣਾ ਫਿਰ ਅਹੀਂ ਹਾਲਤ ਆਪਣੀ ਹੋਰ ਖਰਾਬ ਕਰ ਲੈਣੀ ਉੱਥੋਂ ਸਾਡੇ ਰੋਗ ਪੈਦਾ ਹੁੰਦੇ ਨੇ ਦਿਲ ਨੂੰ ਅਟੈਕ ਹੋ ਗਿਆ ਜੀ ਅਟੈਕ ਐਵੇਂ ਹੋ ਜਾਂਦਾ ਅਟੈਕ ਦੇ ਦਿਲ ਨੂੰ ਹਮਲਾ ਹੋ ਗਿਆ ਤੇ ਹੱਟ ਅਟੈਕ ਹੋ ਗਿਆ ਜੀ ਸੁੱਤਾ ਪਿਆ ਜੀ ਦਿਲ ਰੁਕ ਗਿਆ ਜੀ ਧੜਕਣ ਰੁਕ ਗਈ ਉਹ ਕਿਵੇਂ ਰੁਕ ਗਈ ਚਿੰਤਾ ਬੜੀ ਕਰ ਬੈਠਾ ਚਿੰਤਾ ਇੰਨੀ ਕਰ ਬੈਠਾ ਇੰਨੀ ਚਿੰਤਾ ਕਰ ਬੈਠਾ ਹੁਣ ਦਿਲ ਨੂੰ ਖਾ ਗਈ ਚਿੰਤਾ ਚਿੰਤਾ ਜਿੱਥੇ ਜਾਵੇਗੀ ਉਹਨੂੰ ਖਾਂਦੀ ਜਾਵੇਗੀ ਜਿਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਜਾਂਦੇ ਨੇ ਦਿਮਾਗ ਦੀ ਨਸ ਫਟ ਗਈ ਸੁਤਾ ਸੁਤਾ ਹੀ ਬੈਠੇ ਬੈਠੇ ਹੀ ਖੂਨ ਆਣ ਲੱਗ ਪਿਆ ਨੱਕ ਚੋਂ ਨਸਾਂ ਫਟ ਗਈਆਂ ਦਿਮਾਗ ਦੀਆਂ ਬ੍ਰੇਨ ਹੈਮਰੇਜ ਹੋ ਗਿਆ ਲਕਵਾ ਮਰ ਗਿਆ ਇਹ ਕਾਰਨ ਕਿੱਥੋਂ ਸ਼ੁਰੂ ਹੋਏ ਨੇ ਲਕਵਾ ਕਿਵੇਂ ਮਰ ਗਿਆ ਗੁੱਸਾ ਬੜਾ ਕਰ ਲਿਆ ਜਾਂ ਸ਼ੂਗਰ ਬੜੀ ਵੱਧ ਗਈ ਕੰਟਰੋਲਤ ਨਹੀਂ ਰਹੀ ਅਹੀਂ ਜੇ ਪਿੱਛੇ ਜਾਵਾਂਗੇ ਹੋਰ ਪਿੱਛੇ ਜਾਵਾਂਗੇ ਇਹਦਾ ਜਿਹੜਾ ਤੱਤ ਹੋਏਗਾ ਕਿ ਬਿਮਾਰੀਆਂ ਲੱਗੀਆਂ ਕਿਉਂ ਉਹ ਤੱਤੇ ਹੋਈਏ ਪਰਮੇਸ਼ਵਰ ਤੋਂ ਭੁੱਲਿਆ ਵਿਆਪਨ ਸੱਬੇ ਰੋਗ ਤੂੰ ਰੱਬ ਨੂੰ ਭੁੱਲ ਕੇ ਤੂੰ ਜੱਗ ਜੱਗ ਕਰਨ ਲੱਗ ਪਿਆ ਤੇ ਤੈਨੂੰ ਰੋਗ ਚੰਮੜ ਕੇ ਸਮਝ ਆਈ ਤੁਹਾਨੂੰ ਆਈ ਥੋੜੀ ਸਮਝ ਇੱਕ ਵਿਵੇਕਾਨੰਦ ਜੀ ਦੀ ਮੈਂ ਤੁਹਾਨੂੰ ਛੋਟੀ ਜੀ ਸਾਖੀ ਇੱਕ ਕਹਾ ਕਥਾ ਹੈ ਉਹ ਮੈਂ ਤੁਹਾਨੂੰ ਸੁਣਾਵਾਂਗਾ ਫਿਰ ਮੈਂ ਅੱਗੇ ਚੱਲਦਾ ਹਾਂ ਵਿਵੇਕਾਨੰਦ ਜੀ ਦਾ ਨਾਮ ਤੇ ਤੁਹਾਨੂੰ ਸੁਣੇ ਹੋਣਾ ਹੈ ਵਿਵੇਕਾਨੰਦ ਇੱਕ ਬਹੁਤ ਅੱਛੇ ਮਹਾਤਮਾ ਹੋਏ ਨੇ ਉਹ ਜਦੋਂ ਛੋਟੀ ਉਮਰ ਚ ਸੀ ਤੋ ਉਹਨਾਂ ਦੇ ਉਹ ਕਿਤੇ ਜਾ ਰਹੇ ਸਨ ਤੇ ਥੋੜਾ ਖਾਨ ਦਾ ਸਮਾਨ ਜਿਵੇਂ ਕੇਲੇ ਹੱਥ 'ਚ ਪਕੜੇ ਸਨ ਦੋ ਤਿੰਨ ਚੀਜ਼ਾਂ ਹੱਥ 'ਚ ਪਕੜੀਆਂ ਸੀ ਤੋ ਕਿਤੋਂ ਜਾ ਰਹੇ ਸੀ ਲੱਗੇ ਮੰਦਰ ਮੰਦਰ ਦੇ ਕੋਲੋਂ ਨੰਗੇ ਉਸ ਮੰਦਰ ਦੇ ਕੋਲ ਬੰਦਰ ਬੜੇ ਸਨ ਉਹ ਬਾਂਦਰਾ ਨੇ ਹਮਲਾ ਕਰਤਾ ਵਿਵੇਕਾਨੰਦ ਜੀ ਦੇ ਉੱਤੇ ਵਿਵੇਕਾਨੰਦ ਜੀ ਡਰ ਗਏ ਤਾਰ ਕੇ ਪਿੱਛੇ ਭੱਜੇ ਕਦੀ ਇੱਧਰ ਛੁੱਪਣ ਕਦੀ ਇੱਧਰ ਛੁੱਪਣ ਕਦੀ ਅੱਗੇ ਭੱਜਣ ਇੱਕੋ ਤੇ ਸਾਧੂ ਜੀ ਬੈਠੇ ਸੀ ਮੰਦਰ ਦੇ ਬਾਹਰ ਹੀ ਪਿੱਲਾ ਆਮ ਤੌਰ ਤੇ ਪੁਰਾਣੇ ਜ਼ਮਾਨੇ ਦੀ ਗੱਲ ਹੈ ਇਹ ਹੈਗੀ ਆ 1800 ਦੀ ਗੱਲ ਹੈ ਜਿੰਨੇ ਤੀਰਥ ਮੰਦਰ ਗੁਰਦੁਆਰੇ ਸਾਹਿਬ ਇਹਨਾਂ ਦੇ ਬਾਹਰ ਆਮ ਤੌਰ ਤੇ ਤੁਹਾਨੂੰ ਸੰਤ ਮਹਾਤਮਾ ਪੂਰਨ ਪੁਰਖ ਤੁਹਾਨੂੰ ਮਿਲ ਜਾਂਦੇ ਸਨ ਅੱਜ ਵੀ ਜੇ ਕਿਸੇ ਨੇ ਚੰਗੇ ਬੰਦੇ ਲੱਭਣੇ ਆਉਂਦੇ ਇੱਥੇ ਹੀ ਮਿਲਣਗੇ ਜੇ ਤੁਹਾਡੇ ਟਾਮੇ ਟਾਮੇ ਬੰਦੇ ਬਚੇ ਨੇ ਤੇ ਇੱਥੇ ਹੀ ਮਿਲਣਗੇ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਕਿਤੇ ਛੁੱਪ ਕੇ ਬੈਠੇ ਹੋਣਗੇ ਗੁਰਦੁਆਰੇ ਦੇ ਵਿੱਚ ਕੀਰਤਨ ਦੇ ਵਿੱਚ ਕਿਤੇ ਛੁੱਪ ਕੇ ਬੈਠੇ ਹੋਣਗੇ ਸੇਵਾ ਦੇ ਵਿੱਚ ਕਿਤੇ ਛੁੱਪ ਕੇ ਬੈਠੇ ਹੋਣਗੇ ਸੰਗਤ ਦੇ ਵਿੱਚ ਇੱਥੇ ਬੈਠੇ ਮਿਲਣਗੇ ਇਹ ਜਿਹੜੇ ਤੁਹਾਡੇ ਸਭ ਮੈਂ ਬੈਠੇ ਨੇ ਬੰਦੇ ਮੇਰੇ ਸਾਹਮਣੇ ਇਹਨਾਂ ਵਿੱਚ ਐਸੇ-ਐਸੇ ਮਨੁੱਖ ਬੈਠੇ ਨੇ ਜਿਨ੍ਹਾਂ ਦੀ ਰੋਜ਼ ਰੱਬ ਨਾਲ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਬੈਠੇ ਨੇ ਪਰ ਭੇਦ ਨਹੀਂ ਦਿੰਦੇ ਆਪਣਾ ਭੇਦ ਨਹੀਂ ਦੱਸਦੇ ਜ਼ਾਹਰ ਨਹੀਂ ਕਰਦੇ ਜਿਸ ਦਿਨ ਭੇਦ ਦੇ ਦਿੱਤਾ ਉਦੋਂ ਗੱਲਾਂ ਬਾਤਾਂ ਖਤਮ ਹੋ ਜਾਣੀਆਂ ਕਿਉਂਕਿ ਰੱਬ ਕਹਿੰਦਾ ਕਿ ਤੂੰ ਹੰਕਾਰ ਨਹੀਂ ਕਰਨਾ ਮੈਂ ਤੈਨੂੰ ਮਿਲਦਾ ਵਾ ਇਹਦਾ ਵੀ ਹੰਕਾਰ ਨਹੀਂ ਕਰਨਾ ਤੇ ਲੋਕਾਂ ਨੂੰ ਦੱਸਣਾ ਨਹੀਂ ਕਿ ਮੈਂ ਤੈਨੂੰ ਮਿਲਦਾ ਛੁਪ ਰਹਿ ਤੇ ਤੂੰ ਕਹਿ ਦਿੱਤਾ ਲੋਕਾਂ ਨੂੰ ਮੈਂ ਤੈਨੂੰ ਮਿਲਦਾ ਤੇ ਫਿਰ ਤੇ ਕੀ ਗੱਲ ਹੋਣੀ ਹੈ ਉੱਥੇ ਹੀ ਤੇਰਾ ਮੇਰਾ ਰਿਸ਼ਤਾ ਟੁੱਟ ਜਾਣਾ ਜੇ ਤੂੰ ਇਹ ਕਹਿ ਦਿੱਤਾ ਮੈਂ ਸੇਵਾ ਕਰਦਾ ਜੀ ਤੇ ਤੁਹਾਡਾ ਰਿਸ਼ਤਾ ਸੇਵਾ ਦਾ ਟੁੱਟ ਗਿਆ ਤੁਸੀਂ ਸੇਵਾ ਕਰ ਰਹੇ ਹੋ ਪਰ ਸੇਵਾ ਦਾ ਫਲ ਨਹੀਂ ਮਿਲੇਗਾ ਤੁਹਾਨੂੰ ਕਿਉਂਕਿ ਤੁਸੀਂ ਸੇਵਾ ਇਸ ਕਾਰਨ ਕਰ ਰਹੇ ਹੋ ਕਿ ਲੋਕਾਂ ਨੂੰ ਸੁਣਾਉਣ ਵਾਸਤੇ ਹਾਂਜੀ ਮੈਂ ਸੇਵਾ ਕਰਦਾ ਜੀ ਵੇਖੋ ਮੇਰੇ ਵੱਲ ਜੀ ਉਹ ਨੀ ਗਲਬਨ ਮੈਂ ਵੇਖੋ ਜੀ ਚੰਗਾ ਬੰਦਾ ਇਹ ਹੈ ਅਸੀਂ ਆਪਣੀ ਪ੍ਰਸ਼ੰਸਾ ਸੁਣਨ ਵਾਸਤੇ ਆਪਣੀਆਂ ਆਪਣੀ ਜੈ ਜੈਕਾਰ ਸੁਣਨ ਵਾਸਤੇ ਕਿ ਮੈਂ ਤੇ ਜਿੱਥੇ ਮੈਂ ਦੀ ਗੱਲ ਆ ਗਈ ਉੱਥੇ ਫਿਰ ਤੂੰ ਨਹੀਂ ਆਵੇਗਾ ਪਰਮਾਤਮਾ ਨਹੀਂ ਹੋਵੇਗਾ ਇੱਥੋਂ ਗੁਰਮੁਖੋ ਪਿਆਰਿਓ ਇੱਥੋਂ ਤੁਸੀਂ ਬਚ ਕੇ ਰਹਿਣਾ ਤੁਸੀਂ ਬੜੇ ਚੰਗੇ ਹੋ ਤੇ ਕਈਆਂ ਦਾ ਤੇ ਕਈਆਂ ਨੂੰ ਨਵਾਂ ਨਵਾਂ ਜੋਸ਼ ਚੜਿਆ ਕਿ ਅਹੀ ਰੱਬ ਨੂੰ ਮਿਲਣਾ ਕਈਆਂ ਨੂੰ ਪੁਰਾਣਾ ਜੋਸ਼ ਚੜਿਆ ਹੋਇਆ ਉਹ ਮੁੱਕਿਆ ਨਹੀਂ ਹੱਲੇ ਵੀ ਲੱਗੀ ਹੋਈ ਏ ਤੁੰ ਕਈ 30 30 ਸਾਲਾਂ ਤੋਂ ਮਿਹਨਤ ਕਰ ਰਹੇ ਨੇ ਇੱਥੇ ਬੈਠੀਆਂ ਰੂਹਾਂ ਕਈ 40 40 ਸਾਲਾਂ ਤੋਂ 50 50 ਸਾਲਾਂ ਤੋਂ ਮਿਹਨਤ ਕਰ ਰਹੇ ਨੇ ਇਸ ਰਸਤੇ ਤੇ ਚੱਲ ਪਏ ਨੇ ਇਹ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਵੈ ਇਹ ਉਹ ਮਾਰਗ ਹੈ ਜਿਸ ਮਾਰਗ ਤੇ ਚੱਲ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਰੱਬ ਨੂੰ ਮਿਲਣਾ ਹੈ ਭਾਵੇਂ ਕੋਈ ਕੁਝ ਵੀ ਕਹ ਲੇ ਸਾਡਾ ਮਾਰਗ ਹੈ ਪਰਮਾਤਮਾ ਨੂੰ ਪਾਵਣ ਦਾ ਉਸ ਪਰਮਾਤਮਾ ਨੂੰ ਜਿਹਨੂੰ ਅਸੀਂ ਪਰਮੇਸ਼ਵਰ ਨੂੰ ਅਸੀਂ ਭੁੱਲੇ ਬੈਠੇ ਆ ਤੇ ਬਾਰ ਬਾਰ ਯਾਦ ਕਰਾਉਂਦੇ ਆ ਜਦੋਂ satsang ਚ ਬੈਨੇ ਆ ਤੇ ਸੰਤ ਮਹਾਤਮਾ ਸੱਜਣ ਬੇਲੀ ਇਕੱਠੇ ਹੋ ਕੇ ਸਾਨੂੰ ਬਾਰ ਬਾਰ ਇਹ ਹੌਕਾ ਦਿੰਦੇ ਨੇ ਯਾਦ ਕਰਾਉਂਦੇ ਨੇ ਉਹ ਤੂੰ ਯਾਦ ਕਰ ਸਿਮਰਨ ਕਰ ਸਿਮਰਨ ਦਾ ਮਤਲਬ ਹੈ ਯਾਦ ਕਰ ਮਾਲਕ ਨੂੰ ਯਾਦ ਕਰ ਗੁਰੂ ਨੂੰ ਯਾਦ ਕਰ ਗੁਰੂ ਨੂੰ ਚੇਤਾ ਕਰ ਮਹਾਰਾਜ ਜੀ ਨੂੰ ਯਾਦ ਕਰਿਆ ਕਰ ਇਹ ਸਾਰਾ ਇਸ ਕਰਨ ਜ਼ੋਰ ਲੱਗਾ ਹੋਇਆ ਹੈ ਕਿ ਅਸੀਂ ਭੁੱਲੀਏ ਨਾ ਔਰ ਜੇ ਅਸੀਂ ਭੁੱਲ ਜਾਵਾਂਗੇ ਫਿਰ ਸਾਨੂੰ ਯਾਦ ਕਰਨ ਵਾਸਤੇ ਫਿਰ ਔਖਾਈ ਹੋਏਗੀ ਜਿਹੜੇ ਬੰਦੇ ਟੁੱਟ ਜਾਂਦੇ ਨੇ ਰੱਬ ਦੇ ਮਾਰਗਾਂ ਤੋਂ ਰਸਤਿਆਂ ਤੋਂ ਤੁਸੀਂ ਯਾਦ ਕਰਨਾ ਉਹਨਾਂ ਨੂੰ ਜੱਗ ਦੇ ਵਿੱਚ ਫਿਰਨਾ ਆਸਾਨ ਲੱਗਦਾ ਜੇ ਪਰਮਾਤਮਾ ਦੇ ਘਰ ਆਉਣਾ ਉਹਨਾਂ ਨੂੰ ਮੁਸ਼ਕਿਲ ਪੈ ਜਾਂਦਾ ਕਿਉਂਕਿ ਉਹਨਾਂ ਦੇ ਰਸਤੇ ਭਟਕ ਗਏ ਨੇ ਰਸਤੇ ਡਾਮੰਡੋ ਲੋਗੇ ਨੇ ਇਸ ਮਾਰਗ ਤੋਂ ਜੋ ਖੁੰਝ ਜਾਂਦਾ ਜਿਹੜਾ ਇੱਕ ਵਾਰੀ 사ਤਸੰਗ ਚ ਆਣਾ ਬੰਦ ਕਰ ਦੇ ਤੇ ਅਗਲੀ ਵਾਰੀ 사ਤਸੰਗ ਨੇ ਉਹਨੂੰ ਬੁਲਾਉਣਾ ਬੰਦ ਕਰ ਦੇਣਾ ਮਤਲਬ ਕਿ ਉਹਦੀ ਤਾਕਤ ਖਤਮ ਹੋ ਗਈ ਉਹ ਜਿਸ 사ਤਸੰਗ ਦੇ ਵਿੱਚ ਪਰਮਾਤਮਾ ਦੀ ਗੱਲ ਸੁਣਨ ਵਾਸਤੇ ਬੈੰਦਾ ਸੀ ਅੱਜ ਉਹਨੂੰ ਖਿੱਚ ਪੈਣੀ ਬੰਦ ਹੋ ਗਈ ਕਿਉਂਕਿ ਰੱਬ ਨੇ ਖਿੱਚ ਪਾਣੀ ਬੰਦ ਕਰਤੀ ਤੇ ਦੋ ਪਾਸੇ ਦੀ ਖਿੱਚਾਂ ਇੱਕ ਪਾਸੇ ਦੀ ਖਿੱਚ ਹੋ ਹੀ ਨਹੀਂ ਸਕਦੀ ਇਹ ਤੇ ਤੁਹਾਨੂੰ ਮਿਹਨਤ ਕਰਨੀ ਪਵੇਗੀ ساری ਜ਼ਿੰਦਗੀ ਕਰਨੀ ਪਵੇਗੀ ਔਰ ਰੱਬ ਨੂੰ ਵਿਖਾਣ ਵਾਸਤੇ ਕਿ ਮਹਾਰਾਜ ਜੀ ਅਹੀ ਆਪਣੇ ਅੰਦਰੋਂ ਤੁਹਾਡੇ ਵਾਸਤੇ ਓਨੇ ਹੀ ਪਿਆਸੇ ਆ ਓਨੇ ਹੀ ਭੁੱਖੇ ਆ ਓਨੇ ਹੀ دیدار ਦੇ ਭੁੱਖੇ ਆ ਓਨੇ ਮਿਲਣ ਦੀ ਤਾਂਗ ਹੈ ਓਨੇ ਅੰਦਰੋਂ ਖਿੱਚ ਪਈ ਹੈ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਸੀ ਅੱਜ ਵਧੀ ਹੈ ਅੱਜ ਘਟੀ ਨਹੀਂ ਇਸ ਮਾਰਗ ਤੇ ਉਹ ਹੀ ਕਾਮਯਾਬ ਹੈ ਜਿਹੜਾ ਇਹ ਸੋਚ ਰੱਖ ਕੇ ਬਿਠਾ ਤੇ ਜਿਹੜਾ ਇਹ ਸੋਚ ਰੱਖ ਕੇ ਬੈਠੇਗਾ ਕਿ ਮਾਰਾ ਹੀ ਦੇ ਮਾਰਾ ਹੀ ਦੇ ਕੰਮ ਨੇ ਰੱਬ ਦੇ ਕੰਮ ਨੇ ਨਹੀਂ ਫਿਰ ਨਹੀਂ ਕੁ ਲੱਭਣੀ ਫਿਰ ਕੁਛ ਵੀ ਨਹੀਂ ਹੋਣਾ ਖੁਣਾਈ ਕੁਛ ਨਹੀਂ ਮੈਂ ਤੁਹਾਨੂੰ ਇੱਕ ਜਿਹੜੀ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਹੇ ਵਿਵੇਕਾਨੰਦ ਜੀ ਦੀ ਉਹ ਡਰ ਕੇ ਬਾਂਦਰਾਂ ਤੋਂ ਬਾਂਦਰਾਂ ਨੇ ਦੋ ਤਿੰਨ ਬਾਂਦਰ ਸੀ ਇਕੱਠੇ ਉਹ ਹਮਲਾ ਬੋਲਤਾ ਚੀਜ਼ਾਂ ਖੋਲਣ ਲੱਗ ਵਾਸਤੇ ਇਹ ਡਰ ਕੇ ਪਿੱਛੇ ਭੱਜੇ ਉਹ ਜਿਹੜੇ ਬੈਠੇ ਸੀ ਸੰਤ ਬੈਠੇ ਸੀ ਮੰਦਿਰ ਦੇ ਬਾਹਰ ਉਹਨਾਂ ਨੇ ਕਿਹਾ ਕਾਕਾ ਬੇਟਾ ਰੁਕੋ ਔਰ ਇਨਕਾ ਸਾਹਮਣਾ ਕਰੋ ਤੂੰ ਡਰ ਗਏ ਇਹਨਾਂ ਨੇ ਹੋ ਡਰਾਣਾ ਤੂੰ ਡਟ ਕੇ ਮੁਕਾਬਲਾ ਕਰ ਪੁੱਤਰ ਇਹ ਚਲੇ ਜਾਣਗੇ ਹਿੰਮਤ ਦਿੱਤੀ ਵਿਵੇਕਾਨੰਦ ਨੂੰ ਵਿਵੇਕਾਨੰਦ ਜੀ ਥੋੜੇ ਹੌਸਲੇ ਚ ਆ ਕੇ ਵਿਵੇਕਨੰਦ ਜੀ ਵੀ ਅੱਗੇ ਉਹਨਾਂ ਵੱਲ ਇਦਾਂ ਬੰਦਰਾਂ ਵੱਲ ਹੋਏ ਤੇ ਬਾਂਦਰ ਨੂੰ ਅੱਗੇ ਆ ਕੀਤਾ ਉਹ ਬਾਂਦਰ ਸੱਚੀ ਮੁੱਚੀ ਦੌੜ ਗਏ ਉਹ ਆਏ ਵਿਵੇਕਨੰਦ ਜੀ ਮਹਾਤਮਾ ਦੇ ਕੋਲ ਮਹਾਤਮਾ ਨੂੰ ਮੱਥਾ ਟੇਕਿਆ ਮਹਾਤਮਾ ਜੀ ਨੂੰ ਕਹਿੰਦੇ ਮਹਾਤਮਾ ਜੀ ਤੁਹਾਡੀ ਬੜੀ ਮਿਹਰਬਾਨੀ ਆਪਨੇ ਮੁਝੇ ਹਿੰਮਤ ਦੀ ਉਹ ਕਹਿੰਦੇ ਪੁੱਤਰ ਆਜ ਮੈਨੇ ਤੁਮੇ ਹਿੰਮਤ ਨਹੀਂ ਦੀ ਇਹ ਹਿੰਮਤ ਪਰਮਾਤਮਾ ਨੇ ਤੁਹਾਰੇ ਅੰਦਰ ਪੈਦਾ ਕਰੀ ਐਸੇ ਹੀ ਜ਼ਿੰਦਗੀ ਮੇ ਕਬੀ ਵੀ ਕੋਈ ਮੁਸ਼ਕਿਲ ਆਏ uska dat ke mukabla karna sikho wo mushkil ko bhagao us mushkil se bhago mat mushkil ko bhagana sikho ki jo jeevan mein aaye usko bhaga do apne jeevan se je tuhi chhati chauri karke khade ho joge mainu ni parwah de sukh di dukkh di himmat hai ki tade chad jayega koi dukh hai jehda tuhanu koi jit jaye dukh nu assi jitnan waste ਅਸੀਂ ਆਪ ਹੀ ਘੁੱਟਣੇ ਟੇਕ ਦਿੰਨੇ ਆ ਆਪ ਹੀ ਹਾਰ ਜਾਂਨੇ ਆ ਆਪ ਹੀ ਹੌਂਸਲੇ ਟਾ ਦਿੰਨੇ ਆ ਉਹ ਹੁਣ ਨਹੀਂ ਕੁਝ ਬੰਨਣਾ ਜਦੋਂ ਕੁਝ ਸੋਚ ਹੀ ਲਿਆ ਮਨ ਵਿੱਚ ਕਿ ਬੰਨਣਾ ਹੀ ਕੁਝ ਨਹੀਂ ਉੱਥੇ ਰੱਬ ਨੇ ਤੁਹਾਡੀ ਕੀ ਮਦਦ ਕਰਨੀ ਤੇ ਤੁਹਾਨੂੰ ਕੀ ਤਾਕਤ ਦੇਣੀ ਦੇਹੇ ਸ਼ਿਵਾ ਵਰ ਮੋਹੇ ਇਹੋ ਸ਼ੁਭ ਕਰਮ ਮਨ ਤੇ ਕਬ ਹੂੰ ਨਾ ਡਰੂੰ ਇੱਕ ਸ਼ਬਦ ਹੁੰਦਾ ਔਰ ਆਪ ਜੀ ਸਾਰਿਆਂ ਨੂੰ ਪਤਾ ਹੈ ਅਲਾਨੀਆਂ ਸ਼ਬਦ ਹੈ ਅਰਦਾਸ ਹੈ ਪੂਰੇ ਜਗਤ ਦੀ ਅਰਦਾਸ ਹੈ ਕਲਗੀਧਰ ਪਾਤਸ਼ਾਹ ਵੱਲੋਂ ਇਹ ਫਰਮਾਇਆ ਗਿਆ ਸ਼ਬਦ ਔਰ ਕਲਗੀਧਰ ਪਾਤਸ਼ਾਹ ਨੇ ਇਹ ਕਿਹਾ ਦੇਹੇ ਸ਼ਿਵਾ ਵਰ ਮੋਹੇ ਇਹੋ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂੰ ਮਹਾਰਾਜੀ ਮੈਨੂੰ ਹਿੰਮਤ ਦੇ ਦਿਓ ਮੈਂ ਸ਼ੁਭ ਕਰਮ ਕਰਨ ਵਾਸਤੇ ਸੁਣਨ ਵਾਲੀ ਗੱਲ ਹੈ ਸ਼ੁਭ ਕਰਮ ਇਹਦਾ ਮਤਲਬ ਅਗਰ ਸ਼ੁਭ ਕਰਮ ਨੇ ਇਹਦਾ ਮਤਲਬ ਬੁਰੇ ਕਰਮ ਵੀ ਨੇ ਹੰਝੀ ਹੈਗੇ ਨੇ ਉਹ ਬੁਰੇ ਕਰਮ ਕਰਕੇ ਤੇ ਅਸੀਂ ਧੱਕੇ ਖਾਂਦੇ ਆ ਬੁਰੇ ਕਰਮਾਂ ਕਰਕੇ ਤੇ ਸਾਡਾ ਅੱਜ ਜੋ ਹਾਲ ਬਣਿਆ ਹੈ ਬੁਰੇ ਕਰਮਾਂ ਕਰਕੇ ਹੈ ਕਰਮਾਂ ਕਰਕੇ ਤੇ ਸਾਰਾ ਚੱਕਰ ਬਣਿਆ ਅੱਜ ਉਹ ਹੀ ਮਹੀਨਾ ਕਤਕ ਕਰਮ ਕਮਾਵਣਾ ਇਸ ਮਹੀਨੇ ਦੇ ਵਿੱਚ ਕਰਮਾਂ ਦੀ ਗੱਲ ਹੈ ਮਹਾਰਾਜ ਜੀ ਦੇ ਬਾਣੀ ਚ ਆਖਿਆ ਦੱਦਾ ਦੋਸ ਨਾ ਦੇਹੁ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣਾ ਜੋ ਮੈਂ ਕੀਤਾ ਉਹੀ ਮੈਨੂੰ ਮਿਲਿਆ ਉਹੀ ਮੈਨੂੰ ਮਿਲਿਆ ਤੇ ਜੋ ਮੈਂ ਕੀਤਾ ਮੇਰੇ ਸਾਹਮਣੇ ਉਹੀ ਆਇਆ ਅਸੀਂ ਮਜ਼ਾਕ ਵਿੱਚ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬੜੇ ਪਿਆਰੇ ਲੋਕ ਬੈਠੇ ਹੋ ਤੁਹਾਨੂੰ ਜਦੋਂ ਮੈਂ ਕਿਨਾਰ ਰੱਬ ਦੇ ਪਿਆਰੇਓ ਸੰਗਤੋ ਇਹ ਤੁਹਾਨੂੰ ਮਹੌਕਾ ਦੇ ਕੇ ਬੁਲਾਣਾ ਮਹਾਰਾਜ ਦੀ ਗੁਰੂ ਦੀ ਰੂਪ ਗੁਰੂ ਦੇ ਰੂਪ ਤੇ ਪਿਆਰੀ ਸਾਧ ਸੰਗਤ ਤੇ ਤੁਸੀਂ ਗੁਰੂ ਦੇ ਪਿਆਰੇ ਲੋਕ ਹੋ ਜਿਹੜੇ ਪਿਆਰੇ ਬਣ ਜਾਂਦੇ ਨੇ ਗੁਰੂ ਦੇ ਉਹ ਲਾਡਲੇ ਲੋਕ ਪਿਆਰੇ ਲੋਕ ਉਹਨਾਂ ਲੋਕਾਂ ਦੇ ਤੇ ਉਹਨਾਂ ਨੂੰ ਤੇ ਇਸ ਰਸਤੇ ਤੇ ਕਦਮ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਕਿਤੇ ਮੈਂ ਕੋਈ ਗਲਤੀ ਨਾ ਕਰ ਬੈਠਾਂ ਕਿ ਮੇਰਾ ਪਿਆਰਾ ਨਾ ਰੁੱਸ ਜਾਵੇ ਮੇਰੇ ਕਿਤੇ ਮੈਂ ਨਿੱਕੀ ਜਿਹੀ ਗਲਤੀ ਕਰ ਬੈਠਾ ਮੇਰਾ ਪਿਆਰਾ ਮੇਰੇ ਤੋਂ ਰੁੱਸ ਗਿਆ ਮੇਰਾ ਤੇ ਕੁਝ ਰਹਿਣਾ ਹੀ ਨਹੀਂ ਇਹੋ ਹੀ ਤੇ ਗੱਲ ਹੈ ਪਰਮੇਸ਼ਵਰ ਤੇ ਭੁੱਲਿਆ ਪਰਮੇਸ਼ਵਰ ਕਦੋਂ ਭੁੱਲ ਜਾਂਦਾ ਅਹੀਂ ਕਹਿੰਦੇ ਅਹੀਂ ਨਹੀਂ ਭੁੱਲਦੇ ਅਹੀਂ ਤੇ ਰੋਜ਼ 사ਸੰਗਤ ਜਾਂਦੇ ਆ ਅਹੀਂ 사ਸੰਗਤ ਤੇ ਜਾਂਦੇ ਆ ਸੇਵਾ ਵੀ ਕਰਦੇ ਆ ਅਸੀਂ ਕੀਰਤਨ ਵੀ ਸੁਣਦੇ ਆ ਘਰਾਂ ਵਿੱਚ ਵੀ 사ਸੰਗ ਨਾਲ ਜੁੜੇ ਬੈਠੇ ਆ ਚਲੋ ਜੀ ਅਸੀਂ ਜੀ ਨਾਮ ਜਪਦੇ ਆ ਚਲੋ ਗੁਰਮੁਖ ਲੋਕ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਜੀ ਅਸੀਂ ਰੈਗੂਲਰ ਪਾਠ ਕਰਦੇ ਆ ਪੰਜ ਬਾਣੀਆਂ ਪੜ੍ਹਦੇ ਆ ਜੀ ਅਮਰ ਸ਼ਕਿਆ ਜੀ ਸਾਰਾ ਕੁਝ ਠੀਕ ਕਰਾ ਤੇ ਮਰਿਆਦਾ ਚਲੋ ਬਹੁਤ ਸੋਹਣੀ ਗੱਲ ਪਰ ਪਰਮੇਸ਼ਵਰ ਕਿਵੇਂ ਭੁੱਲ ਜਾਂਦਾ ਉਹਨਾਂ ਸਾਨੂੰ ਲੋਕਾਂ ਨੂੰ ਮਾਰੇ ਨੇ ਕਿਦਾਂ ਕਹੇ ਕਿ ਪਰਮੇਸ਼ਵਰ ਭੁੱਲ ਗਿਆ ਰੋਗ ਵੀ ਲੱਗੇ ਨੇ ਇਹ ਨਹੀਂ ਕਿ ਅਸੀਂ ਰੋਗ ਨਹੀਂ ਲੱਗੇ ਬਿਮਾਰ ਵੀ ਮੈਂ ਹੈਗਾ ਹਾਂ ਜੀ ਮੈਨੂੰ ਰੋਗ ਲੱਗੇ ਨੇ ਬਿਮਾਰ ਹਾਂ ਮੈਂ ਕਿਉਂ ਕਿਉਂਕਿ ਅਸੀਂ ਪਰਮੇਸ਼ਵਰ ਨੂੰ ਕਿੱਦਾਂ ਭੁੱਲ ਜਾਨੇ ਆ ਪਰਮੇਸ਼ਵਰ ਦੇ ਬਾਣੇ ਦੇ ਵਿੱਚ ਨਹੀਂ ਰਹਿੰਦੇ ਪਰਮੇਸ਼ਵਰ ਜੋ ਕਹਿ ਰਿਹਾ ਔਰ ਜੋ ਪਰਮੇਸ਼ਵਰ ਦਾ ਬਾਣਾ ਹੈ ਹੁਕਮ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੈ 부ਜੈ ਤਹੋਂ ਮੇ ਕਹਿੰਦੇ ਨੇ ਹੋਂ ਮੇ ਨੂੰ ਮਾਰ ਕੇ ਹੰਕਾਰ ਨੂੰ ਮੈਂ ਆਪਣੇ ਆਪ ਨੂੰ ਸਮਝਾਂਗਾ ਨਾ ਮੈਂ ਹੈਗਾ ਕੁਝ ਤੇ ਮਹਾਰਾਜ ਜੀ ਮੈਨੂੰ ਹੁਕਮ ਨਹੀਂ ਕਰਨਗੇ ਉਹ ਕਹੇ ਤੂੰ ਆਪਣੇ ਆਪ ਨੂੰ ਸਮਝਦਾ ਹੋਏ ਮੇਰੇ ਕੋਲ ਆਉਣਾ ਆਪਣੇ ਆਪ ਨੂੰ ਮਿਟਾ ਕੇ ਮੇਰੇ ਕੋਲ ਆਵੀਂ ਮਰ ਕੇ ਮੇਰੇ ਕੋਲ ਆਵੀਂ ਜੀਵਤਿਆਂ ਮਰੀਏ ਭਵਜਲ ਤਰੀਏ ਜਿੰਦਿਆਂ ਜੀ ਮਰ ਆਪਣੇ ਆਪ ਨੂੰ ਮਾਰ ਮੇਰੇ ਕੋਲ ਤਦ ਆ ਮੇਰਾ ਤਦ ਦਰਵਾਜ਼ਾ ਖੜਕਾ ਜੇ ਤੂੰ ਕਵੇਂਗਾ ਹਾਂ ਮੈਂ ਕੁਝ ਬਣਿਆ ਹੋਇਆ ਤੇ ਮੇਰੀ ਤੇਰੀ ਨਿਊ ਬੰਨੀ ਮਾਰਾ ਜੀ ਨੇ ਕੀ ਕੀਤਾ ਉਹ ਸਾਨੂੰ ਹੰਕਾਰ ਤੋਂ ਬਚਾਉਂਦੇ ਨੇ ਤੇ ਜਦੋਂ ਸਾਡੇ ਵਿੱਚ ਵਿਸ਼ਵਕਾਰ ਇਹ ਦਲਿੱਦਰ ਇਹ ਜਿਹੜੀਆਂ ਚੀਜ਼ਾਂ ਅਸੀਂ ਕਦਮ-ਕਦਮ ਹੁਣ ਕਈ ਬੰਦੇ ਨੇ ਮਜ਼ਾਕ-ਮਜ਼ਾਕ ਵਿੱਚ ਝੂਠ ਬੋਲ ਦਿੰਦੇ ਨੇ ਉਹਨਾਂ ਨੂੰ ਲੱਗਦਾ ਮਜ਼ਾਕ ਚੱਲ ਰਿਹਾ ਮਜ਼ਾਕ ਵਿੱਚ ਝੂਠ ਬੋਲ ਦੇਣਾ ਤੇ ਉਹਨਾਂ ਨੂੰ ਤੁਸੀਂ ਪੁੱਛੋ ਕਹਿੰਦਾ ਯਾਰ ਮੈਂ ਮਜ਼ਾਕ ਕੀਤਾ ਸੀ ਔਰ ਮਹਾਰਾਜੀ ਕਹਿੰਦੇ ਨੇ ਮਜ਼ਾਕ ਵਿੱਚ ਵੀ ਝੂਠ ਬੋਲਿਆਂ ਤੇਰੇ ਬੁਰੇ ਕਰਮ ਬਣ ਜਾਮਣਗੇ ਮਜ਼ਾਕ ਵਿੱਚ ਵੀ ਝੂਠ ਬੋਲਿਆਂ ਨਿਸ਼ਾਨਾ ਮਿੱਥ ਕੇ ਝੂਠ ਬੋਲਣਾ ਤੇ ਮਹਾਪਾਪ ਬਣ ਜਾਏਗਾ ਪਰ ਜੇ ਮਜ਼ਾਕ ਵਿੱਚ ਵੀ ਝੂਠ ਬੋਲਿਆਂ ਤੇਰੇ ਪਾਪ ਬਣ ਜਾਣਗੇ ਤੈਨੂੰ ਸਾਬਕਾ ਤਬ ਦੇਣਾ ਪਵੇਗਾ ਰੱਬ ਤੇਰੇ ਤੋਂ ਭੁੱਲ ਜਾਵੇ ਬਿਛੜ ਜਾਵੇਗਾ ਇੱਥੇ ਆਉਂਦਾ ਫਿਰ ਗੱਲ ਪਰਮੇਸ਼ਵਰ ਤੇ ਪਰਮਾਤਮਾ ਭੁੱਲ ਗਿਆ ਤੈਨੂੰ ਡਰ ਨਹੀਂ ਤੇ ਪਰਮਾਤਮਾ ਦਾ ਤੇਰਾ ਬਾਪੂ ਖੜਾ ਹੈ ਤੂੰ ਗੱਲ ਕੱਢੇ ਬਾਪੂ ਦੇ ਸਾਹਮਣੇ ਇਹਦਾ ਮਤਲਬ ਤੂੰ ਬਾਪੂ ਦੀ ਇੱਜ਼ਤ ਨਹੀਂ ਕਰਦਾ ਤੇ ਬਾਪੂ ਹੋਣ ਦਾ ਫਾਇਦਾ ਕੀ ਹੋਇਆ ਤੇਰਾ ਬਾਪੂ ਸਾਹਮਣੇ ਬੈਠਾ ਤੇਰੀ ਮਾਂ ਬੈਠੀ ਹੈ ਤੇ ਤੂੰ ਮਾਂ ਦੇ ਸਾਹਮਣੇ ਗੰਦੀਆਂ ਗੰਦਾ ਗੱਲਾਂ ਕਰੇ ਤੇ ਉਲਟੀ ਸਿੱਧੀਆਂ ਗੱਲਾਂ ਬਾਤਾਂ ਫਿਰ ਤੂੰ ਮਾਂ ਦੀ ਇੱਜ਼ਤ ਨਹੀਂ ਕਰਦਾ ਤੈਨੂੰ ਮਾਂ ਦਾ ਮਤਲਬ ਨਹੀਂ ਪਤਾ ਕਿ ਮਾਂ ਕਿੰਨੀ ਪੂਜਣੀ ਹੈ ਤੇ ਮਾਂ ਦੇ ਸਾਹਮਣੇ ਤੂੰ ਗੱਲਾਂ ਕੱਢੇਗਾ ਇਹਦਾ ਮਤਲਬ ਤੂੰ ਇਨਸਾਨ ਨਹੀਂ ਹੈ ਤੂੰ ਜਾਨਵਰ ਹੈਂ ਤੇ ਪਹਿਲਾਂ ਜਾਨਵਰ ਆਪਣੇ ਚ ਮਾਰ ਪਹਿਲਾਂ ਬੰਦਾ ਬਣ ਜਾ ਫਿਰ ਦੇਵਤਿਆਂ ਦੀ ਗੱਲ ਕਰੀ ਹੱਲੇ ਤੂੰ ਜਾਨਵਰ ਬਣਿਆ ਤੂੰ ਇਨਸਾਨ ਵੀ ਨਹੀਂ ਹੈਗਾ ਕਰਤੂਤ ਪਸ਼ੂ ਕੀ ਮਨਸ ਜਾਤ ਤੇਰਾ ਜਾਨਵਰ ਜਿੰਦ ਗੰਦੀਆਂ ਗੱਲਾਂ ਕੋਈ ਬੰਦਾ ਕਿੱਦਾਂ ਕਰ ਸਕਦਾ ਕੋਈ ਧੀ ਪੈਣ ਖੜੀ ਹੈ ਤੁਸੀਂ ਉਹਦੇ ਵੱਲ ਗੰਦੀ ਨਿਗਾਹ ਕਰਕੇ ਵੇਖ ਕਿੱਦਾਂ ਸਕਦੇ ਹੋ ਤੁਹਾਡੇ ਚ ਇੰਨੀ ਤਾਕਤ ਤੇ ਮਜ਼ਾਲ ਕਿੱਦਾਂ ਆ ਗਈ ਹਿੰਮਤ ਕਿੱਦਾਂ ਆ ਗਈ ਤੂੰ ਗੰਦੀ ਨਜ਼ਰ ਨਾਲ ਕਿਸੇ ਨੂੰ ਵੇਖ ਲਓ ਤੁਸੀਂ ਉਸ ਗੰਦੀ ਨਜ਼ਰ ਨੂੰ ਮਾਰਿਆ ਕਿਉਂ ਨਹੀਂ ਕਿਉਂ ਨਹੀਂ ਖਤਮ ਕੀਤਾ ਇਸ ਗੰਦੀ ਨਿਗਾ ਨੂੰ ਇਹਦਾ ਮਤਲਬ ਗੰ ਗੰਦੀ ਨਿਗਾ ਦਾ ਪਤਾ ਨਹੀਂ ਚੱਲਿਆ ਕਿ ਗੰਦੀ ਨਿਗਾ ਬਣ ਗਈ ਜੀ ਪਤਾ ਹੀ ਨਹੀਂ ਚੱਲਿਆ ਅੱਛਾ ਇਹਦਾ ਮਤਲਬ ਤੈਨੂੰ ਪਤਾ ਨਹੀਂ ਚੱਲਿਆ ਕਿ ਮੇਰੀ ਗੰਦੀ ਨਿਗਾ ਕਦੋਂ ਹੋ ਗਈ ਨਜ਼ਰ ਗੰਦੀ ਕਦੋਂ ਹੋ ਗਈ ਮੈਂ ਦੁਨੀਆ ਦੇ ਉੱਤੇ ਗੰਦੀ ਨਿਗਾ ਕਿਦਾਂ ਭਰ ਦਿੱਤੀ ਇਹਦਾ ਮਤਲਬ ਤੈਨੂੰ ਨਹੀਂ ਪਤਾ ਚੱਲਿਆ ਚੱਲ ਤੇਰੀ ਗੱਲ ਮੰਨ ਲਈ ਤੈਨੂੰ ਨਹੀਂ ਪਤਾ ਚੱਲਿਆ ਇਹਦਾ ਮਤਲਬ ਤੈਨੂੰ ਇਹ ਵੀ ਨਹੀਂ ਪਤਾ ਚੱਲਿਆ ਕਿ ਰੱਬ ਤੇਰੇ ਕੋਲ ਬੈਠਾ ਹੈ ਤੇ ਤੂੰ ਉਹਦੇ ਸਾਹਮਣੇ ਗੰਦੇ ਕੰਮ ਕਰਨ ਦੇ ਆ ਇਹ ਵੀ ਨਹੀਂ ਤੈਨੂੰ ਪਤਾ ਲੱਗਾ ਇਹਨੂੰ ਕਹਿੰਦੇ ਨੇ ਪਰਮੇਸ਼ਵਰ ਤੇ ਭੁੱਲਿਆ ਤੂੰ ਭੁੱਲ ਗਿਆ ਰੱਬ ਨੂੰ ਰੱਬ ਤੇਰੇ ਨਾਲ ਪਰ ਤੈਨੂੰ ਤੈਨੂੰ ਯਕੀਨ ਨਹੀਂ ਹੈ ਭਰੋਸਾ ਨਹੀਂ ਹੈ ਕਿ ਰੱਬ ਤੇਰੇ ਨਾਲ ਡੋਲ ਗਿਆ ਕਿਉਂ ਡੋਲਣਾ? ਅਬ ਬੰਦੇ ਤੇ ਇਨੇ ਤਾਕਤਵਰ ਹੋਵਣ। ਬੰਦਾ ਕਿਹੋ ਜਿਹਾ ਹੋਵੇ? ਉਹ ਕਹਿੰਦਾ ਐਡਾ ਤਾਕਤਵਰ ਹੋਵੇ, ਐਡਾ ਦਲੇਰ ਤੇ ਐਡਾ ਬਹਾਦਰ ਤੇ ਇੰਨੀ ਤਾਕਤ ਵਾਲਾ ਹੋਵੇ, ਦਮ ਦਲੇਰੀ ਵਾਲਾ ਹੋਵੇ, ਉਹ ਤੁਹਾਡੀ ਕੋਈ ਆਲੋਚਨਾ ਵੀ ਕਰੇ, ਤੁਹਾਡੇ ਸਾਹਮਣੇ ਖੜਾ ਹੋ ਕੇ ਤੁਹਾਡੀ ਕੋਈ ਬਦਖੋਈ ਵੀ ਕਰੇ, ਉਹ ਤੁਸੀਂ ਫਿਰ ਵੀ ਨਾ ਵੇਖੋ, ਪ੍ਰਵਾਹ ਨਾ ਕਰੋ, ਛੱਡ ਪਰਾਂ ਇਹ ਕੰਮ ਨਹੀਂ ਮੇਰੇ। ਮੈਨੂੰ ਕੀ ਲੈਣਾ ਤੇਨ। ਜਿਹੜੀ ਤੇਰੀ ਗੱਲ ਨਿਕਲੀ ਐ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਔਰ ਜੇ ਤੁਹਾਡੀ ਜੈਜੇਕਾਰ ਕੋਈ ਕਰ ਜائے, ਪ੍ਰਸ਼ੰਸਾ ਕਰ ਜائے ਤੁਹਾਡੇ ਸਾਹਮਣੇ, ਤੁਹਾਨੂੰ ਕੋਈ ਫਰਕ ਨਾ ਪਵੇ। ਰਤੀ ਪਰ ਵੀ ਨਾ ਫਰਕ ਪਵੇ ਇਦਾਂ ਦਾ ਤੁਹਾਡਾ ਸੁਭਾਅ ਹੋਵੇ ਕਿਉਂਕਿ ਤੁਹਾਡਾ ਨਿਸ਼ਾਨਾ ਮਿੱਠ ਲਿਆ ਤੁਸੀਂ ਇਹ ਸੋਚਣਾ ਹੈ 24 ਘੰਟੇ ਸੋਚਣਾ ਹੈ ਅਸੀਂ ਵਿਛੜੇ ਹੋਏ ਆਂ ਅਸੀਂ ਰੱਬ ਨੂੰ ਮਿਲਣਾ ਹੈ ਕੀ ਸੋਚਣਾ ਹੈ ਮੈਂ ਸੁਣਿਆ ਨਹੀਂ ਕੀ ਸੋਚਣਾ ਹੈ ਅਸੀਂ ਵਿਛੜੇ ਹੋਏ ਆਂ ਅਸੀਂ ਵਾਪਸ ਮਿਲਣਾ ਹੈ ਅਸੀਂ ਟੁੱਟੇ ਹੋਏ ਆਂ ਰੱਬ ਤੋਂ ਅਸੀਂ ਜੁੜਨਾ ਹੈ ਅਸੀਂ ਉੱਥੋਂ ਵਿਛੜ ਕੇ ਆਏ ਆਂ ਅਸੀਂ ਵਾਪਸ ਜਾਣਾ ਹੈ ਅਹੀਂ ਉਸ ਮਾਲਕ ਤੋਂ ਟੁੱਟ ਗਏ ਆ ਵਿਛੜ ਗਏ ਆ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਪਰੇ ਹੋ ਗਏ ਆ ਤੇ ਅਹੀਂ ਉਹਨੂੰ ਵਾਪਸ ਦੇਖਣਾ ਹੈ ਮਿਲਣਾ ਹੈ ਮਹਾਰਾਜੀ ਤੁਹਾਡੀ ਤੰਗ ਲੱਗੀ ਤੁਹਾਡੀ ਭੁੱਖ ਲੱਗੀ ਤੁਹਾਡੀ ਪਿਆਸ ਲੱਗੀ ਤੁਹਾਨੂੰ ਮਿਲਣ ਦੀ ਤੰਗ ਲੱਗੀ ਇਹ ਤੁਹਾਡੇ ਅੰਦਰ 24 ਘੰਟੇ ਤੁਹਾਡੇ ਚ ਤੁੰਕਾਰਾ ਵੱਜਣਾ ਚਾਹੀਦਾ ਇਹ ਤੁੰਕਾਰ ਇਹ ਧੁਨ ਵੱਜਣੀ ਚਾਹੀਦੀ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਸਤਗੁਰੂ ਅਕਥ ਕਹਾਣੀ ਤੁੰ ਲੱਗ ਗਈ ਹੈ ਤੁੰਨ ਵੀ ਜੇ ਧਿਆਨ ਟਿਕ ਗਿਆ ਇਹ ਪਤਾ ਚੱਲ ਗਿਆ ਕਿ ਸਤਿਗੁਰੂ ਜੀ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਤੁਹਾਡੇ ਬਿਨਾ ਤੇ ਉਸ ਮਾਲਕ ਦੇ ਬਿਨਾ ਮੇਰਾ ਗੁਜ਼ਾਰਾ ਨਹੀਂ ਹੋਣਾ ਇਹ ਪਤਾ ਲੱਗ ਗਿਆ ਤੁਹਾਨੂੰ ਪਤਾ ਹੈ ਰੋਟੀ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੈ ਬਚਪਨ ਚ ਬੱਚੇ ਨੂੰ ਨਹੀਂ ਪਤਾ ਮਾਂ ਉਹਨੂੰ ਰੋਟੀ ਨਾ ਦੇਵੇ ਦੁੱਧ ਨਾ ਦੇਵੇ ਬੱਚਾ ਰੋਂਦਾ ਜਰੂਰ ਹੈ ਟੜਪਦਾ ਪਰ ਉਹਨੂੰ ਇਹ ਪਤਾ ਨਹੀਂ ਕਿ ਮੈਂ ਰੋਣਾ ਕਿਉਂ ਕਿਉਂਕਿ ਉਹਨੂੰ ਭੁੱਖ ਲੱਗੀ ਪਰ ਦੱਸ ਨਹੀਂ ਸਕਦਾ ਐਦਾਂ ਹੀ ਤੁਹਾਡੇ ਅੰਦਰ ਜਿਹੜੀ ਭੁੱਖ ਲੱਗੀ ਹੈ ਜਿਹੜੀ ਖੁਸ-ਖੁਸ ਲੱਗੀ ਹੈ ਉਹ ਨਿਆਣੇ ਵੰਗਰ ਲੱਗੀ ਹੈ ਤੁਹਾਨੂੰ ਅੰਦਰੋਂ ਨਹੀਂ ਪਤਾ ਕਿ ਅਹੀ ਅੰਦਰੋਂ ਦੁਖੀ ਕਿਉਂ ਆ ਇਹ ਅਸਲੀ ਦੁੱਖ ਕਿਸ ਚੀਜ਼ ਦਾ ਹੈ ਇਹ ਦੁੱਖ ਹੈ ਰੱਬ ਤੋਂ ਅਸੀਂ ਵਿਛੜ ਗਏ ਆ ਰੱਬ ਤੋਂ ਅਸੀਂ ਟੁੱਟ ਗਏ ਆ ਆਤਮਾ ਬਰਲਾਪ ਕਰ ਰਹੀ ਹੈ ਤੜਪ ਰਹੀ ਹੈ ਕਿ ਮਹਾਰਾਜ ਜੀ ਨੂੰ ਅਸੀਂ ਭੁੱਲ ਗਏ ਆ ਰੱਬ ਨੂੰ ਅਸੀਂ ਭੁੱਲ ਗਏ ਆ ਇਹ ਓਵਰਲੈਪ ਅੰਦਰੋਂ ਕਲਪ ਰਹੀ ਆਤਮਾ ਔਰ ਇੱਕ ਕਲਪਨਾ 부ਝ ਨਹੀਂ ਰਹੀ ਕਿਉਂਕਿ ਅਸੀਂ ਆਤਮਾ ਨੂੰ ਕੀ ਕਰ ਰਹੇ ਹਾਂ ਸਰੀਰ ਰੂਪੀ ਪਿੰਜਰੇ ਚ ਕੈਦ ਹੈ ਆਤਮਾ ਤੇ ਅਸੀਂ ਸਰੀਰਦ ਕੀ ਕਰਦੇ ਹਾਂ ਅਸੀਂ ਸਰੀਰ ਨੂੰ ਬਚਾਉਣ ਵਾਸਤੇ ਨਿਤ ਨਵੇਂ ਖੰਡਾਉਣੇ ਦੇ ਨੇ ਸਰੀਰ ਨੂੰ ਨਵੀਂ ਨਵੀਂ ਚੀਜ਼ਾਂ ਦੱਸਦੇ ਹਾਂ ਫਰਾਂਤ ਤਰਾਂ ਲੈ ਜਾਂਦੇ ਹਾਂ ਔਰ ਦੁਨੀਆ ਘਮਾਉਂਦੇ ਹਾਂ बड़े-बड़े पदार्थ देने हैं बढ़िया-बढ़िया खानों की चीजें देने हैं चलो पकौड़े खा लो चलो आज परांठे खा लो चलो आज राजमा चावल खाओ लाओ चलो आज उठे फिर लो चलो ओ काका उधर का घूम ला उस जगह भज ला उस जगह होए चलो जिलंधर चलिए चलो चंडीगढ़ चलिए चलो अंभरसर चलिए चलो फलाणी जगह चलिए ਇਦਾਂ ਕਰ ਕਰਕੇ ਆਪਣਾ ਹਾਲ ਖਰਾਬ ਕਰ ਲਿਆ ਇਹ ਨਹੀਂ ਪਤਾ ਆਤਮਾ ਕਲਪ ਰਹੀ ਏ ਕਹਿ ਰਹੀ ਏ ਉਹ ਤੂੰ ਰੱਬ ਦੇ ਕੋਲ ਚੱਲ ਤੂੰ ਰੱਬ ਦੀ ਗੱਲ ਕਰ ਰੱਬ ਦੀ ਗੱਲ ਸੁਣ ਜਿੰਨਾ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨ ਨੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹ ਪੁਰਖ ਪ੍ਰਧਾਨ ਹੈ ਉਹ ਤਾਕਤਵਰ ਹੈ ਇਹੋ ਹੀ ਦੋ ਸ਼ਬਦਾਂ ਦੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਹਾਂ ਭੁੱਲ ਗਏ ਆ ਰੱਬ ਨੂੰ ਤੇ ਜਿਹੜਾ ਬੰਦਾ ਭੁੱਲ ਜਾਵੇਗਾ ਮੈਨੂੰ ਤੁਸੀਂ ਹੁਣ ਦੱਸੋ ਜਿਹੜੇ ਰੱਬ ਨੂੰ ਲੋਕੀ ਭੁੱਲ ਗਏ ਨੇ ਉਹ ਰੋਗ ਰੋਗੀ ਰੋਗੀ ਤੇ ਚੰਮੜ ਜਨ ਨੇ ਨਹੀਂ ਚੰਮੜਨ ਦੇ ਰੋਗ ਉਹ ਠੀਕ ਥੋੜੀ ਰਹਿ ਗਈਆਂ ਰੂਹਾਂ ਜਿਹੜੀਆਂ ਰੱਬ ਤੋਂ ਦੂਰ ਹੋ ਗਈਆਂ ਰੱਬ ਤੋਂ ਵਿਛੜ ਗਈਆਂ ਤੁਸੀਂ ਸੋਚਦੇ ਹੋ ਉਹ ਲੋਕ ਰੱਬ ਤੋਂ ਦੂਰ ਰਹਿਣ ਰਹਿ ਕੇ ਉਹ ਤਗੜੇ ਹੋਣਗੇ ਨਹੀਂ ਅਹੀਂ ਕਮਜ਼ੋਰ ਹੋ ਮੰਗੇ ਅਹੀਂ ਦੁਖੀ ਹੋ ਮੰਗੇ ਇਸ ਕਨ ਮਹਾਰਾਜ ਜੀ ਕਹਿੰਦੇ ਨੇ ਕਰਮ ਕਮਾਉਣ ਦਾ ਸਮਾਂ ਆ ਗਿਆ ਹੁਣ ਪੁੱਤਰ ਉਹ ਕਰਮ ਕਮਾਓ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਕਰਮ ਕਰੋ ਸਾਨੂੰ ਸਮਝਾ ਰਹੇ ਨੇ ਸਾਰਿਆਂ ਨੂੰ ਕਿ ਹੁਣ ਸੰਗਤੋ ਉਹ ਕਰਮ ਕਮਾਓ ਜਿਨ੍ਹਾਂ ਕਰਮਾਂ ਦੇ ਨਾਲ ਰੱਬ ਨੂੰ ਮਿਲਣਾ ਰੱਬ ਦੀ ਗੱਲ ਕਰੋ ਰੱਬ ਦੀ ਗੱਲ ਸੁਣੋ ਉਹਨਾਂ ਮਨੁੱਖਾਂ 'ਚ ਬੈਠੋ ਜਿਹੜੇ ਮਨੁੱਖ ਤੁਹਾਨੂੰ ਰੱਬ ਦੀ ਗੱਲ ਸੁਣਾਵਣ ਪਰਮਾਤਮਾ ਬਾਰੇ ਤਾਂ ਨਾ ਗੱਲ ਕਰਨ ਉਹਨਾਂ ਜੀਆਂ ਚ ਬਿਠੋ ਅੱਗੋਂ ਕੀ ਕਹਿੰਦੇ ਨੇ ਮਹਾਰਾਜ ਜੀ ਸੁਣੋ ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਬੇਮੁਖ ਹੋ ਗਏ ਵੇਮੁਖ ਦਾ ਮਤਲਬ ਸਮਝਦੇ ਇਹ ਕਹਿੰਦਾ ਗੁਰਮੁਖ ਗੁਰੂ ਵੱਲ ਮੂੰਹ ਹੈ ਇਹ ਕਹਿੰਦਾ ਵੇਮੁਖ ਗੁਰੂ ਤੋਂ ਪਰੇ ਹੋ ਗਿਆ। ਔਰ ਹੋਰ ਹੀ ਕਿਤੇ ਮੂਹ ਹੋ ਗਿਆ। ਅੱਛਾ ਮੇਰੀ ਗੱਲ ਦੱਸਿਓ। ਜੇ ਪਤਾ ਕਿ ਹਿਮਕੁੰਟ ਪਰਬਤ ਹੈ ਔਰ ਮੈਂ ਜਾ ਕੇ ਚੜ ਕੇ ਤੇ ਗੋਬਿੰਦ ਘਾਟ ਤੋਂ ਮੈਂ ਗੋਬਿੰਦ ਧਾਮ ਤੇ ਅੱਗੋਂ ਫਿਰ ਸੱਚਖੰਡ ਜਾਣਾ ਹੈ। ਤੇ ਜੇ ਮੈਂ ਮਨ 'ਚ ਸੋਚ ਲਿਆ ਕਿ ਚਲੋ 2 ਦਿਨ ਲੱਗਣ 3 ਦਿਨ ਲੱਗਣ ਮੈਂ ਪਹੁੰਚ ਜਾਣਾ ਹੈ। ਬੰਦਾ ਚੱਲ ਕੇ ਤੇ ਪਹੁੰਚ ਜਾਂਦੈ। ਇਹ ਵੈਸ਼ਨੂ ਦੇ ਵੀ ਲੋਕੀ ਜਾਂਦੇ ਨੇ। ਪਤਾ ਹੈ ਜੇ ਮਾਤਾ 13 ਕਿਲੋਮੀਟਰ 14 ਕਿਲੋਮੀਟਰ ਦਾ ਲੰਮਾ ਪੰਡਾ ਹੈ ਇੱਥੋਂ ਲੋਕੀ ਮਾਨਸਰੋਵਰ ਵੀ ਜਾਂਦੇ ਨੇ ਬੜੀ ਚਲਣੀ ਯਾਤਰਾ ਕਰਨੀ ਪੈਂਦੀ ਬੜਾ ਕਹਿੰਦੇ ਮਹੀਨਾ 21 ਦਿਨ ਦੀ ਯਾਤਰਾ ਹੈ ਬੜਾ ਚਲਣਾ ਪੈਂਦਾ ਚੀਨ ਵਿੱਚ ਜਾ ਕੇ ਉਹਨਾਂ ਨੂੰ ਦਰਸ਼ਨ ਹੁੰਦੇ ਨੇ ਕਲਾਸ਼ ਦੇ ਫਿਰ ਬੰਦੇ ਤੁਰਦੇ ਹੀ ਨਹੀਂ ਨਾ ਠੀਕ ਹੈ ਨਾ ਤੁਰਦੇ ਆ ਨਾ ਆਪਾਂ ਸੋਚ ਲਿਆ ਕਿ ਆਪਾਂ ਪਹੁੰਚਣਾ ਹੈ ਭਾਵੇਂ 21 ਦਿਨ ਲੱਗ ਜਾਣ 20 ਦਿਨ ਲੱਗ ਜਾਣ 25 ਦਿਨ ਲੱਗ ਜਾਣ ਚਲੋ ਇਹ ਵੀ ਗੱਲ ਮੰਨ ਲਈ ਜੇ ਹੁਣੇ ਹੀ ਸੋਚ ਹੀ ਲਿਆ ਕਿ ਇਹੀ ਰੱਬ ਕੋ ਜਾਣਾ ਤੇ ਭਾਵੇਂ ਲੱਗ ਜੇ 40 ਸਾਲ ਤੇ ਭਾਵੇਂ ਲੱਗ ਜੇ ਉਮਰ ਪਰ ਭਾਵੇਂ 60 ਸਾਲ 70 ਸਾਲ ਉਹ ਸੋਚ ਹੀ ਲਿਆ ਜਦੋਂ ਜਾਣਾ ਹੀ ਹੈ ਫੇਤਰੀ ਚੱਲੋ ਬਸ ਮੰਜ਼ਿਲ ਪਰ ਚਲਨੇ ਵਾਲੇ ਮੰਜ਼ਿਲ ਪਰ ਜਾ ਪਹੁੰਚੇ ਕਿਸੇ ਕੀ ਗੁਨਾਹੋਂ ਮੇਂ ਕਟ ਗਈ ਕਿਸੇ ਕੀ ਅਹੋਂ ਮੇਂ ਕਟ ਗਈ ਕਿਸੇ ਕੀ ਚਿੰਤਾਓ ਮੇਂ ਕਟ ਗਈ ਕਿਸੇ ਕੀ ਰਾਹੋਂ ਮੇਂ ਕਟ ਗਈ ਕਿਸੇ ਕੀ ਗੁਨਾਹੋਂ ਮੇਂ ਕਟ ਗਈ ਮੰਜ਼ਿਲ ਪਰ ਚੱਲਨੇ ਵਾਲੇ ਮੰਜ਼ਿਲ ਪਰ ਜਾ ਪਹੁੰਚੇ ਰਾਸਤੇ ਬਦਲਨੇ ਵਾਲੋਂ ਕੀ ਰਾਸਤੇ ਪੇ ਕਟ ਗਈ ਜਿਹੜੇ ਰਸਤੇ ਹੀ ਬਦਲਦੇ ਰਹੇ ਚਲੋ ਅੱਜ ਇਸ ਰਸਤੇ ਪੈ ਨਹੀਂ ਆ ਰਹੇ ਨਹੀਂ ਠੀਕ ਓਹ ਰਸਤਾ ਨਹੀਂ ਯਾਰ ਇਹ ਨਹੀਂ ਠੀਕ ਇਹ ਰਸਤਾ ਜਿਹੜੇ ਰਸਤੇ ਹੀ ਬਦਲਦੇ ਪੈ ਨੇ ਹਾਲ ਤੱਕ ਉਹਨਾਂ ਨੇ ਮੰਜ਼ਿਲ ਤੇ ਕਿੱਥੇ ਪਹੁੰਚੇ ਅਹਿਮ ਰਸਤੇ ਹੀ ਬਦਲੀ ਜਾਣੇ ਆਈ ਇੱਕ ਦਿਨ ਅਮਰਤਵਲੀ ਉੱਠਦੇ ਆ ਦੂਜੇ ਦਿਨ ਅਸੀਂ ਕਿਨੇ ਛੱਡ ਯਾਰ ਛੱਡ ਪਰ ਨੀਂਦ ਪੂਰੀ ਕਰ ਫੇ ਸੋਜ ਨਹੀਂ ਫਿਰ ਜਦੋਂ ਉੱਠਦੇ ਆ ਫਿਰ ਅਸੀਂ ਉੱਠ ਕੇ ਚਲੋ ਚਲੋ ਨਹੀਂ ਅੰਮ੍ਰਿਤ ਵੇਲਾ ਇਹ ਵੀ ਤੁਹਾਡੀ ਗੱਲ ਮੰਨ ਲਈ ਚਲੋ ਤੁਸੀਂ ਉੱਠ ਗਏ ਹੋ 9 ਵਜੇ 8 ਵਜੇ 10 ਵਜੇ 11 ਵਜੇ ਜੋ ਤੁਹਾਡਾ ਦਿਲ ਕਰਦਾ ਕੋਈ ਕੁਝ ਲੋਕ ਤਾਂ 2-2 ਵਜੇ ਉੱਠਦੇ ਨੇ ਬੜੀ ਹੈਰਾਨੀ ਹੁੰਦੀ ਵੀ ਇੱਕ ਸੁਣ ਕੇ ਹੈ ਦਿਨ ਤੇ ਖਤਮ ਹੋ ਗਿਆ ਰਾਤ ਰਹਿ ਗਈ ਮਗਰ ਰਾਤੀ ਜਾਗਦੇ ਆ ਕਹਿੰਦੇ ਹਾਂਜੀ ਜਾਗਦੇ ਤੇ ਉੱਲੂ ਰਾਤੀ ਉੱਲੂ ਜਾਗਦੇ ਨੇ ਕੌਣ ਜਾਗਦਾ ਤੇ ਮਾਤਾ ਜਿਹੜੀ ਆਉਂਦੀ ਨਾ ਜਦੋਂ ਲక్ష్ਮੀ ਲక్ష్ਮੀ ਨੂੰ ਸਾਰੇ ਹੀ ਕਹਿੰਦੇ ਸਾਡੇ ਕੋਲ ਆਵੇ ਸਾਡੇ ਕੋਲ ਆਵੇ ਸਾਡੇ ਘਰ ਆਵੇ ਸਾਡੇ ਘਰ ਆਵੇ ਲక్ష్ਮੀ ਦੀ ਸਵਾਰੀ ਜਿਹੜੀ ਹੈ ਨਾ ਇੱਕ ਦੇਵੀ ਲక్ష్ਮੀ ਹੈ ਆਦਿ ਸ਼ਕਤੀ ਭਗਵਤੀ ਦਾ ਰੂਪ ਮਾ ਲక్ష్ਮੀ ਨਾਰਾਇਣ ਦੀ ਉਹ ਜਦੋਂ ਸਵਾਰੀ ਤੇ ਆਉਂਦੀ ਉਹਨਾਂ ਦੀ ਜਿਹੜੀ ਸਵਾਰੀ ਆ ਉਹਨੂੰ ਕਹਿੰਦੇ ਉੱਲੂ ਦੀ ਸਵਾਰੀ ਕਰਦੀ ਅੰਮਾ ਉਹ ਜਦੋਂ ਅਸੀਂ ਪੈਸਾ ਪੈਸਾ ਕਰਦੇ ਆ ਪੈਸਾ 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 ਪੈ ਤੁਹਾਡੇ ਘਰ ਆਵੇਗੀ ਲక్ష్ਮੀ ਤੇ ਨਾਲ ਉੱਲੂ ਵੀ ਆਵੇਗਾ ਮਾਤਾ ਦੇ ਨਾਲ ਉੱਲੂ ਵੀ ਆਵੇਗਾ ਉੱਲੂ ਨੂੰ ਤੇ ਮਾਤਾ ਉੱਥੇ ਛੱਡ ਜਾਂਦੀ ਏ ਨਾਲ ਪੈਸੇ ਨੂੰ ਵੀ ਛੱਡ ਜਾਂਦੀ ਏ ਫੇਰ ਅਸੀਂ ਕੀ ਬਣ ਜੰਨੇ ਆ ਅਸੀਂ ਦੂਜਿਆਂ ਨੂੰ ਉੱਲੂ ਸਮਝਦੇ ਆ ਤੇ ਲੋਕੀ ਸਾਨੂੰ ਉੱਲੂ ਸਮਝਦੇ ਨੇ ਜਿਹੜੇ ਬਹੁਤੇ ਪੈਸੇ ਵਾਲੇ ਨਹੀਂ ਕਿਉਂਕਿ ਪੈਸਾ ਆ ਗਿਆ ਬਹੁਤਾ ਹੁਣ ਉੱਲੂ ਵੀ ਉੱਥੇ ਬੈਠਾ ਹੈ ਉੱਲੂ ਨੇ ਤੇ ਆਪਣਾ ਰੰਗ ਦਿਖਾਣਾ ਹੀ ਹੈ ਉਹਨਾਂ ਫੇਰ ਸਾਰੀ ਦੁਨੀਆ ਉੱਲੂ ਨਜ਼ਰ ਆਉਂਦੀ ਐ ਇਹਦੇ ਉੱਲੂ ਨੇ ਮੂਰਖ ਨੇ ਬੰਦੇ ਇਹ ਕੋਈ ਬੰਦੇ ਨੇ ਕੋਈ ਰੱਬ ਦੀ ਗੱਲ ਕਰਨ ਵਾਲੇ ਬੰਦੇ ਹੋਣਾ ਕੋਈ ਪੜੇ ਲਿਖੇ ਬੰਦਿਆਂ ਦੇ ਅੱਗੇ ਤੁਸੀਂ ਰੱਬ ਦੀ ਗੱਲ ਕਰੋ ਉਹਨਾਂ ਦਾ ਰੱਬ ਦੀ ਗੱਲ ਸਮਝ ਨਹੀਂ ਆਉਣੀ ਉਨੇ ਕਹਣਾ ਹੈ ਰੱਬ ਵੀ ਕੋਈ ਚੀਜ਼ ਹੈ ਉਹਨੂੰ ਕੋਈ ਪੁੱਛੇ ਤੈਨੂੰ ਕਹੇ ਪੈਸਾ ਜਣਾ ਰੱਬ ਵੀ ਕੋਈ ਚੀਜ਼ ਹੈ ਤੇ ਫਿਰ ਤੂੰ ਇਹ ਦੱਸ ਦੇ ਜਿਹੜੀਆਂ ਚੀਜ਼ਾਂ ਤੇ ਤੂੰ ਮਗਰ ਲੱਗਾ ਉਹ ਚੀਜ਼ਾਂ ਤੈਨੂੰ ਕਿੰਨੇ ਕ ਚਿਰ ਸਾਥ ਦੇ ਦੇਣਗੀਆਂ 60 ਸਾਲ 70 ਸਾਲ ਜਦੋਂ 80 ਸਾਲ 90 ਸਾਲ ਦਾ ਹੋ ਜਾਏਗਾ ਉਸ ਤੋਂ ਬਾਅਦ ਚੋ ਕੀ ਕਰੇਗਾ ਔਰ ਜਦੋਂ ਤੂੰ ਮਰ ਜਾਣਾ ਮਰਨ ਤੋਂ ਬਾਅਦ ਤੇਰੀ ਰੂਹ ਨੇ ਕਿੱਥੇ ਜਾਣਾ ਹੈ ਰੱਬ ਕੋ ਜਾਣਾ ਹੈ ਕਿ ਕਿੱਥੇ ਹੋਰ ਜਾਣਾ ਹੈ ਇਹ ਵੀ ਦੱਸ ਦੇ ਨਹੀਂ ਪਤਾ ਲੋਕਾਂ ਚੱਕਰਾਂ 'ਚ ਫਸੇ ਬੈਠੇ ਆ ਸਾਰੇ ਸਾਰੇ ਚੱਕਰਾਂ 'ਚ ਫਸੇ ਬੈਠੇ ਨੇ ਇੱਕ ਨਾ ਮਾਂ ਸੀ ਮੈਂ ਤੁਹਾਨੂੰ ਇੱਕ ਬੜੀ ਸੋਹਣੀ ਸਾਖੀ ਸੁਣਾ ਦਿਆਂ ਇੱਕ ਮਾਂ ਸੀ ਉਹ ਵਿਚਾਰੀ ਚੰਗੀ ਸੀ ਉਨੇ ਕੀ ਕਰਨਾ ਉਹਨੇ ਆਪਣੇ ਘਰ ਦਾ ਸਾਰਾ ਸਮਾਨ ਸਮੂਹ ਜੋ ਵੀ ਕੋਈ ਸੀ ਮਾਰੇ ਨੂੰ ਸਮਰਪਿਤ ਕੀਤਾ ਰੱਬ ਨੂੰ ਸਮਰਪਿਤ ਕੀਤਾ ਉਹਨੇ ਮੰਦਰ ਨਾਲ ਜੁੜੀ ਹੋਈ ਸੀ ਬੜੀ ਪੁਰਾਣੀ ਕਥਾ ਹੈ ਇਹ ਸੱਚੀ ਘਟਨਾ ਹੈ ਪੁਰਾਣੀ ਕਥਾ ਹੈ ਉਹ ਮੰਦਰ ਨਾਲ ਜੁੜੀ ਸੀ ਲੱਗੇ ਮੰਦਰ ਸੀ ਉਹਨੇ ਕੀ ਕਰਨਾ ਉਹਨੇ ਸਾਰਾ ਸਮਾਨ ਜੋ ਕੁਝ ਘਰ ਚ ਬਣਨਾ ਜੋ ਕੁਝ ਹੋਣਾ ਉਹਨੇ ਜਾ ਕੇ ਮੰਦਰ ਵਿੱਚ ਰੱਖ ਦੇਣਾ ਰੋਟੀ ਬਣਾਉਣੀ ਤੇ ਸਿੱਧਾ ਮੰਦਰ ਲੈ ਜਾਣਾ ਤੇ ਮੰਦਰ ਵਿੱਚ ਜਾ ਕੇ ਮਾਰੇ ਨੂੰ ਚੜਾਣੀ ਤੇ ਉਰ ਤੋਂ ਬਾਅਦ ਚ ਮਾਰਾ ਹੀ ਕੋਲੋਂ ਮਾਰੇ ਨੂੰ ਕਹਿਣਾ ਮਾਰੇ ਜੀ ਤੁਸੀਂ ਇਹ ਖਾ ਲੋ ਤੇ ਜਿਹੜੀ ਬੱਚੀ ਖੁਸ਼ੀ ਰੋਟੀ ਤੁਹਾਡੀ ਜਿਹੜੀ ਹੈਗੀ ਮੈਂ ਖਾ ਮੰਗ ਫਿਰ ਬਾਅਦ ਚ ਰੋਟੀ ਪਈ ਰਣੀ ਉੱਥੇ ਤੇ ਉਤੋਂ ਬਾਅਦ ਚ ਉਹਨੇ ਚੁੱਕ ਕੇ ਮਾਂ ਨੇ ਖਾਣੀ ਇਹ ਮਾਂ ਦਾ ਨਿਤ ਉਹਦੀ ਸੋਚ ਸੀ ਕਿ ਜੋ ਕੁਝ ਵੀ ਰੱਬ ਨੂੰ ਚੜਾ ਦੋ ਚੜਾਉਂਦੇ 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 ਉਹਨੇ ਸਭ ਕੁਝ ਚੜਾ ਦਿੱਤਾ ਉਹਦਾ ਕੋਈ ਅੱਗੇ ਪਿੱਛੇ ਨਹੀਂ ਸੀ ਨਾ ਕੋਈ ਅੱਗੇ ਨਿਆਣਾ ਨਾ ਕੋਈ ਉਹਦਾ ਵਿਆਹ ਉਹਨੇ ਕੀਤਾ ਨਹੀਂ ਉਹਨੇ ਸਿਰਫ ਆਪਣੇ ਪ੍ਰਮਾਤਮਾ ਨੂੰ ਯਾਦ ਕਰਦੀ ਰਹੀ ਸਾਰੀ ਉਮਰ ਪ੍ਰਮਾਤਮਾ ਪ੍ਰਮਾਤਮਾ ਕਰਦੀ ਰਹੀ ਮੰਦਰ ਨਾਲ ਜੁੜੀ ਸੀ ਤੇ ਉਹ ਕੀ ਇੱਕ ਹੋਰ ਕੰਮ ਕਰਦੀ ਸੀ ਉਹ ਘਰ ਦਾ ਕੂੜਾ ਇਕੱਠਾ ਕਰਦੀ ਸੀ ਰੋਜ਼ ਘਰ ਝਾੜੂ ਮਾਰਦੀ ਸੀ ਕੂੜਾ ਵੀ ਇਕੱਠਾ ਕਰਦੀ ਸੀ ਕੂੜਾ ਇਕੱਠਾ ਕਰਕੇ ਵੀ ਨਾ ਤੇ ਜਾ ਕੇ ਮੰਦਰ ਸੁੱਟ ਆਂਦੀ ਸੀ ਭਗਵਾਨ ਦੇ ਅੱਗੇ ਲੋਕੀ ਬੜੇ ਹੈਰਾਨ ਕਿ ਮਾਤਾ ਕਰਦੀ ਕੀ ਹੈ ਇੱਕ ਦਿਨ ਇਹ ਹੋਣਾ ਰੋਈ ਦਾ ਕੰਮ ਸੀ ਹੁਣ ਇੱਕ ਪਹਿਲੇ ਵਾਲੇ ਲੋਕਾਂ ਨੂੰ ਤਾਂ ਪਤਾ ਸੀ ਕਿ ਇਹ ਮਾਂ ਕੀ ਕਰ ਰਹੀ ਹੈ ਹੁਣ ਨਵੀਂ ਕਮੇਟੀ ਆ ਗਈ ਨਵੇਂ ਲੋਕ ਆ ਗਏ ਨਵੀਂ ਪਨੀਰੀ ਆ ਗਈ ਉੱਥੇ ਇੱਕ ਸਾਧੂ ਆ ਗਿਆ ਉਸ ਸਾਧੂ ਨੇ ਇਹ ਗੱਲ ਖੜੀ ਕਰ ਦਿੱਤੀ ਕਿ ਮਾਂ ਇਹ ਮਾਤਾ ਆਤੀ ਹੈ ਕੂੜਾ ਵੀ ਘਰ ਕਾ ਫੇਕ ਜਾਤੀ ਹੈ ਇਸ ਕਾ ਦਿਮਾਗ ਖਰਾਬ ਹੈ ਇਹਨੂੰ ਰੋਕੋ ਸਾਧੂ ਨੇ ਫੂਕ ਮਾਰਤੀ ਲੋਕਾਂ ਨੂੰ ਲੋਕੀ ਉੱਥੇ ਜਿੰਨੇ ਵੀ ਸਨ ਇਕੱਠੇ ਹੋ ਗਏ ਉਹਨਾਂ ਸਾਰਿਆਂ ਨੇ ਸਲਾਹ ਕਰ ਲਈ ਪਹਿਲਾਂ ਤੇ ਉਹਨਾਂ ਨੇ ਕਿਹਾ ਨਹੀਂ ਚਲੋ ਭੋਲੀ ਹੈ ਮਾਤਾ ਨੂੰ ਕੀ ਕਹਿਣਾ ਤੇ ਬੜੇ ਚਿਰ ਤੋਂ ਕਰਦੀ ਪਹਿਲਾਂ ਤੇ ਲੋਕਾਂ ਨੇ ਵਿਚਾਰ ਨਹੀਂ ਕੀਤਾ ਜਦੋਂ ਸਾਧੂ ਨੇ ਕਹਿ ਤਾ ਹੁਣ ਸਾਧੂ ਵੀ ਇਦਾਂ ਦਾ ਸੀ ਸ਼ਰਾਰਤੀ ਉਹਨੇ ਕਹਿ ਦਿੱਤੀ ਗੱਲ ਪਾ ਦਿੱਤੀ ਹੁਣ ਲੋਕਾਂ ਨੇ ਉਹ ਸਾਧੂ ਰਾਤੀ ਕਿਤੇ ਉਹਨੇ ਇਕੱਠੇ ਕਰਕੇ ਬੰਦਿਆਂ ਨੂੰ ਮਾਤਾ ਨੂੰ ਰੋਕ ਦਿੱਤਾ ਮਾਤਾ ਨੂੰ ਕਿਹਾ ਤੁਹਾਈ ਤੋਂ ਬਾ ਖਬਰਦਾਰ ਮਾ ਤੂੰ ਦਰਬਾਰ ਇੱਥੇ ਆਈ ਮੰਦਰ ਚ ਤੈਨੂੰ ਨਹੀਂ ਅਹੀ ਬਾੜਾ ਨਾ ਅੰਦਰ ਰਾਤੀ ਉਹ ਸਾਧੂ ਸੁੱਤਾ ਮੰਦਰ ਦੇ ਵਿੱਚ ਹੀ ਸੁੱਤਾ ਔਰ ਉਹ ਸਭ ਸੁੱਤੇ ਸੋਤੇ ਉਹਨੂੰ ਰੱਬ ਦੇ ਘਰ ਦੇ ਦਰਸ਼ਨ ਹੋ ਗਏ ਜਿਸ ਜਿਹੜਾ ਮੰਦਰ ਸੀ ਹਰੀ ਮੰਦਰ ਸੀ ਉਹ ਨਾਰਾਇਣ ਦਾ ਨਾਰਾਇਣ ਦੇ ਬਕੁਨਠ ਧਾਮ ਤੇ ਪਹੁੰਚ ਗਿਆ ਉਹ ਰਾਤੀ ਨਾਰਾਇਣ ਸਾਹਮਣੇ ਤੇ ਨਾਰਾਇਣ ਤੇ ਕੋਲ ਜਾ ਕੇ ਉਹਨੇ ਨਾਰਾਇਣ ਦੇ ਦਰਸ਼ਨ ਕੀਤੇ ਹੱਥ ਜੋੜੇ ਤੇ ਇੰਨੇ ਚਿਰ ਨੂੰ ਨਾਰਾਇਣ ਸੱਜ ਧਜ ਕੇ ਬੈਠੇ ਨੇ ਤੇ ਨਾਰਾਇਣ ਨੇ ਆਖਿਆ ਉਸ ਸਾਧੂ ਨੂੰ ਕੋਈ ਸਾਧੂ ਮੈਂ ਸਵੇਰ ਦਾ ਬੈਠਾ ਮੇਰਾ ਸ਼ਿੰਗਾਰ ਕਰਦੀ ਸੀ ਇੱਕ ਇੱਕ ਔਰਤ ਆਉਂਦੀ ਸੀ ਤੂੰ ਡੱਕ ਦਿੱਤਾ ਤੂੰ ਉਹਨੂੰ ਉਹ ਮੇਰੇ ਤੇ ਕੋਈ ਚੀਜ਼ ਛੁੱਟਦੀ ਸੀ ਤੇ ਤੂੰ ਉਹਨੂੰ ਡੱਕ ਦਿੱਤਾ ਸਾਧੂ ਕਹਿਣ ਲੱਗਾ ਕਿ ਕੌਣ ਕਹਿੰਦੇ ਇੱਕ ਮਾਤਾ ਸੀ ਉਹ ਆਉਂਦੀ ਸੀ ਤੇ ਮੇਰੇ ਤੇ ਆਪਣੇ ਘਰ ਦਾ ਕੂੜਾ ਸੁੱਟਦੀ ਸੀ ਉਹਦੇ ਨਾਲ ਮੇਰਾ ਸ਼ਿੰਗਾਰ ਹੁੰਦਾ ਸੀ ਉਹਦੇ ਕਰਾਨੀ ਮੈਂ ਇੱਥੇ ਬਿਠਾ ਸਾਡੋ ਇੱਕਦਮ ਡੋਲ ਗਿਆ ਹੈ ਕਿਉਂਕਿ ਕੋਈ ਨਹੀਂ ਆਇਆ ਉਹ ਕਹਿ ਲਗੇ ਪ੍ਰਭੂ ਤੁਹਾਨੂੰ ਭੋਗ ਲਾਉਣ ਵਾਲੇ ਉੱਥੇ ਬੰਦੇ ਥੱਲੇ ਬੜੇ ਆਉਂਦੇ ਨੇ ਪ੍ਰਸ਼ਾਦ ਰੱਖਮਾ ਕਹਿੰਦੇ ਕੋਈ ਨਹੀਂ ਮੇਰੇ ਪੈ ਚੜਦਾ ਇਹ ਤੇ ਮਾਂ ਆਪਣੀ ਭਾਵਨਾ ਆਪਣਾ ਭਰੋਸਾ ਮੈਨੂੰ ਚੜਾਉਂਦੀ ਉਸ ਸੱਲ ਵਿੱਚ ਤੁਹਾਡਾ ਪਰੋਸਾ ਚੜਦਾ ਉੱਤੇ ਭਗਵਾਨ ਨੇ ਸਮਝਾਇਆ ਸਾਧੂ ਨੂੰ ਕਿ ਜਾ ਉਹਨੂੰ ਜਾ ਕੇ ਕਹਿ ਕਿ ਮੈਨੂੰ ਚੜਾਇਆ ਕਰੇ ਮੈਂ ਖੁਸ਼ ਹੁੰਨਾ ਵਾ ਉਹ ਸਾਧੂ ਨੇ ਜਾ ਕੇ ਮਾਂ ਕੋ ਮਾਫੀ ਮੰਗੀ ਕਿ ਮਾਂ ਜੋ ਤੂੰ ਕਰਦੀ ਹੈ ਠੀਕ ਕਰਦੀ ਰੱਬ ਵੀ ਤੇਰੀ ਇੰਤਜ਼ਾਰ ਕਰਦਾ ਕਿ ਤੇਰੇ ਘਰੋਂ ਜੋ ਚੜਦਾ ਉਹ ਰੱਬ ਨੂੰ ਸਿੱਧਾ ਜਾਂਦਾ ਇਹਨੂੰ ਕਹਿੰਦੇ ਨੇ ਭਾਵ ਗੁਰੂ ਨਾਨਕ ਦੇਵ ਜੀ ਮਰਨੇ ਜਪਜੀ ਸਾਹਿਬ ਜਦੋਂ ਰਚਿਆ ਉਹਦੇ ਵਿੱਚ ਇਹੋੀ ਚੀਜ਼ ਕਹੀ ਹੈ ਗਾਵੀਏ ਸੁਣੀਏ ਮਨ ਰੱਖੀਏ ਪਾਉ ਗਾਈਏ ਇਸ ਤਰੀਕੇ ਨਾਲ ਗਾਈਏ ਇੰਨਾ ਗਾ ਇਦਾਂ ਗਾਓ ਤੁਹਾਡੇ ਭਾਵ ਬਦਲ ਜਾਣ ਸੁਣੋ ਇਦਾਂ ਸੁਣੋ ਤੁਹਾਡੇ ਭਾਵ ਬਦਲ ਜਾਣ ਰੱਬ ਨੂੰ ਇਹ ਜੋ ਚੜਾਣਾ ਕੋਈ ਵਹਿਮ ਭਰਮ ਰੱਬ ਨੂੰ ਕੋਈ ਨਹੀਂ ਹੈ ਕਿ ਇਹ ਨਹੀਂ ਚੜਾਣਾ ਉਹ ਨਹੀਂ ਚੜਾਣਾ ਇਹ ਨਹੀਂ ਚੜਾਣਾ ਰੱਬ ਨੂੰ ਕੁਝ ਵੀ ਚੜਾਓ ਰੱਬ ਤੁਹਾਡੀ ਸਵੀਕਾਰ ਕਰੇਗਾ ਸਭ ਕੁਝ ਜੇ ਤੁਹਾਡੇ ਅੰਦਰ ਭਾਵਨਾ ਪਰਮਾਤਮਾ ਨਾਲ ਜੁੜੀ ਹੈ ਤੁਹਾਡੇ ਅੰਦਰ ਪਿਆਰ ਜੁੜਿਆ ਲਿਵ ਲੱਗੀ ਹੈ ਧਿਆਨ ਜੁੜਿਆ ਧਿਆਨ ਟਿਕੇ ਸਮਝ ਆ ਗਈ ਤੁਹਾਨੂੰ ਚੌਥੀ ਪਾਤਸ਼ਾਹੀ ਜੇਠਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਅੰਬ ਪਸੰਦ ਆ ਗਏ ਕਿ ਮੈਂ ਆਪਣੇ ਗੁਰੂ ਵਾਸਤੇ ਅੰਬ ਲੈਣੇ ਨੇ ਤੇ ਮੈਂ ਅੰਬ ਚੜਾਣੇ ਨੇ ਮਹਾਰਾਜ ਨੂੰ ਜਾ ਕੇ ਦਵਾਗਾ ਤੇ ਅੰਬ ਬੜੇ ਬੜੇ ਵਧੀਆ ਅੰਬ ਨੇ ਤੇ ਮੈਂ ਅੰਬ ਖਵਾਵਾਂਗਾ ਗੁਰੂ ਮਹਾਰਾਜ ਨੂੰ ਉਹ ਅੰਬ ਉਹਨਾਂ ਨੇ ਖਰੀਦੇ ਬੜੇ ਸੋਹਣੇ ਅੰਬ ਸੀ ਉੱਪ ਬੜੀ ਸੀ ਤੇ ਹੁਣ ਗਰਮੀ ਵਿੱਚ ਹੀ ਅੰਬ ਹੁੰਦੇ ਨੇ ਠੰਡ ਵਿੱਚ ਤੇ ਆਉਂਦੇ ਨਹੀਂ ਤੇ ਲਾਹੌਰ ਤਵਾਰੇ ਸੰਤ ਰਸਤੇ ਵਿੱਚ ਘਾਰ ਥੋੜਾ ਜਿਹਾ ਬਾਟ ਰਹਿ ਗਈ ਸੀ ਆਉਣਾ ਸੀ ਮਹਾਰਾਜ ਦੇ ਕੋਲ ਇੱਥੇ ਗੋਵਿੰਦਵਾਲ ਸਾਹਿਬ ਤੇ ਗੋਵਿੰਦਵਾਲ ਸਾਹਿਬ ਦੇ ਲਾਗੇ ਅੰਬ ਖਰੀਦਲੇ ਸੋਚਿਆ ਮਹਾਰਾਜ ਨੂੰ ਦਵਾਂਗਾ ਉਹ ਕੱਪੜੇ ਵਿੱਚ ਲਪੇਟੇ ਅੰਬ ਉਹ ਕੱਪੜੇ ਵਿੱਚ ਚੋਪੇ ਅੰਬ ਕੱਪੜਾ ਸਾਰਾ ਗਿੱਲਾ ਹੋਣਾ ਸ਼ੁਰੂ ਹੋ ਗਿਆ ਸੋਚੀ ਪੈ ਗਏ ਕਿ ਹੁਣ ਮੈਂ ਕੀ ਕਰਾਂ ਤੇ ਰਸਤੇ 'ਚ ਜਾਂਦੇ ਜਾਂਦੇ ਚੋਪ ਪੈਣੇ ਨੇ ਕਿਉਂਕਿ ਅੰਬ ਬੜੇ ਪੱਕੇ ਹੋਏ ਨੇ ਹੁਣ ਮੈਂ ਕਰਾਂ ਕੀ ਸੋਚੀ ਪੈ ਗਏ ਸੋਚਦੇ ਸੋਚਦੇ ਇੱਕ ਨਦੀ ਇਹ ਜਿਹੜਾ ਬਿਆਸ ਨਦੀ ਦੇ ਕੋਲ ਬੈਠੇ ਸਨ ਉੱਥੇ ਬੈਠੇ-ਬੈਠੇ ਮਨ ਵਿੱਚ ਖਿਆਲ ਆਇਆ ਕਿ ਮੈਂ ਕੀ ਕਰਾਂ ਕਿ ਗੁਰੂ ਦੀ ਗੱਲ ਚੇਤੇ ਆਈ ਕਿ ਗੁਰੂ ਦਾ ਧਿਆਨ ਕਰਕੇ ਗੁਰੂ ਨੂੰ ਗੁਰੂ ਦਾ ਸੇਵਕ ਵੀ ਕੁਝ ਖਾ ਲੇ ਤੇ ਗੁਰੂ ਨੂੰ ਪਹੁੰਚ ਜਾਂਦਾ ਉਸੇ ਵਲੇ ਅੰਬ ਦਰਿਆ ਵਿੱਚ ਸੁੱਟੇ ਤੇ ਇਦਾਂ ਧੋ ਕੇ ਪਾਣੀ 'ਚ ਸਾਫ ਕਰਕੇ ਕੱਪੜੇ 'ਨਾਂ ਪਹੁੰਚ ਕੇ ਰੱਖੇ ਧੰਗੁਰੂ ਅਮਰਦਾਸ ਧੰਗੁਰੂ ਅਮਰਦਾਸ ਕਹਿ ਕੇ ਧੰਗੁਰੂ ਨਾਨਕ ਕਹਿ ਕੇ ਅੰਬ ਚੁੱਪਣ ਲੱਗ ਗਏ ਤੇ ਕਹਿਣ ਲੱਗ ਪਏ ਇਹ ਅੰਬ ਮਹਾਰਾਜ ਜੀ ਮੈਂ ਨਹੀਂ ਚੁੱਪ ਰਿਹਾ ਅੰਬ ਤੁਸੀਂ ਚੁੱਪ ਰਹੇ ਮੈਂ ਨਹੀਂ ਖਾ ਰਿਹਾ ਤੁਸੀਂ ਖਾ ਰਹੇ ਹੋ ਕਹਿੰਦੇ ਨੇ ਸੱਚੀ ਮੁੱਚੀ ਮਹਾਰਾਜੀ ਤੱਕ ਅੰਬ ਪਹੁੰਚ ਗਏ ਜਦੋਂ ਜੇਠਾ ਜੀ ਮਹਾਰਾਏ ਕੋਲ ਪਹੁੰਚੇ ਜਦੋਂ ਪਹੁੰਚ ਕੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਹੱਥ ਜੋੜ ਕੇ ਨਮਸਕਾਰ ਕੀਤਾ ਤੇ ਮਹਾਰਾਜੀ ਬੈਠੇ ਨੇ ਗੁਰੂ ਗੱਦੀ ਤੇ ਤੇ ਕੀਰਤਨ ਸ਼ਬਦ ਬਾਣੀ ਚੱਲ ਰਿਹਾ ਤੇ ਮਹਾਰਾਏ ਨੇ ਉਸੇ ਵੇਲੇ ਜੇਠਾ ਜੀ ਦੇ ਸਿਰ ਤੇ ਹੱਥ ਤਰ ਕੇ ਆਖਿਆ ਜਿੰਨੇ ਮਿੱਠੇ ਤੇ ਜਿੰਨੇ ਸਵਾਦ ਅੰਬ ਅੱਜ ਮੈਂ ਚੁਪੇ ਨੇ ਇਸ ਤੋਂ ਪੇਲਾ ਇਹੋ ਜੇ ਅੰਬ ਵੀ ਨਹੀਂ ਚੁਪੇ ਇੰਨੇ ਸਵਾਦ ਨੇ ਮਿੱਠੇ ਇਹ ਹੈ ਸੇਵਕ ਦੀ ਭਾਵਨਾ ਸੇਵਕ ਅਗਰ ਅਗਰ ਸੇਵਕ ਤਾਕਤਵਰ ਹੈ ਤੋੜਾ ਗੁਰੂ ਵੀ ਤਾਕਤਵਰ ਹੋਵੇਗਾ ਜੇ ਸੇਵਕ ਕਮਜ਼ੋਰ ਹੈ ਗੁਰੂ ਵੀ ਕਮਜ਼ੋਰ ਹੋਵੇਗਾ ਇਹ ਵੀ ਯਾਦ ਰੱਖਣਾ ਇੱਕ ਬੰਦਾ ਮੈਨੂੰ ਆ ਕੇ ਖਿੰਦਾ ਕਹਿੰਦਾ ਜੀ ਮੈਂ ਅੱਖ ਲੱਗਾ ਕਹਿੰਦਾ ਮੈਂ ਗੁਰੂ ਧਾਰਨ ਐ ਅਸਲੀ ਗੁਰੂ ਕਿਹੜਾ ਹੁੰਦਾ ਇਹ ਹੁਣ ਇਹਦੀ ਗੱਲ ਮੈਂ ਕਿਹਾ ਅਸਲੀ ਗੁਰੂ ਮੈਂ ਸਮਝਿਆ ਨਹੀਂ ਸੱਜਣਾ ਕਹਿੰਦਾ ਨਹੀਂ ਅਸਲੀ ਤੇ ਨਕਲੀ ਗੁਰੂ ਹੁੰਦੇ ਨੇ ਅਸਲੀ ਗੁਰੂ ਕੌਣ ਹੁੰਦਾ ਮੈਂ ਕਿਹਾ ਅਸਲੀ ਗੁਰੂ ਉਹ ਹੁੰਦਾ ਜਿਹੜਾ ਸੇਵਕ ਵੀ ਅਸਲੀ ਹੋਵੇ ਤੂੰ ਅਸਲੀ ਐ ਤੇ ਤੈਨੂੰ ਅਸਲੀ ਗੁਰੂ ਮਿਲ ਜਾਣਾ ਤੇ ਜੇ ਤੂੰ ਨਕਲੀ ਐ ਤੇ ਫਿਰ ਤੇ ਨਕਲੀ ਗੁਰੂ ਮਿਲਣਗਾ ਚੁੱਪ ਕਰ ਗਿਆ ਅੱਖ ਲੱਗਾ ਉਹ ਕਿਦਾਂ ਮੈਂ ਤਾਂ ਤੰਗ ਐ ਮਿੰਤ ਗੁਰੂ ਅਗਰ ਅਸਲੀ ਮਿਲ ਜੇਗਾ ਤੇ ਮੈਨੂੰ ਨਕਲੀ ਨੂੰ ਵੀ ਅਸਲੀ ਬਣਾ ਦੇਗਾ ਮੈਂ ਕਹ ਇਹੋ ਹੀ ਤਾਂ ਤੇਰੀ ਇਹੋ ਹੀ ਤੇ ਸੋਚ ਆ ਤੁਹਾਡੀ ਗੁਰੂ ਅਸਲੀ ਲੱਭਣ ਵਾਸਤੇ ਸੇਵਕ ਵੀ ਅਸਲੀ ਚਾਹੀਦੇ ਨੇ ਗੁਰੂ ਲੱਭ ਨਹੀਂ ਸਕਦੇ ਅਸਲੀ ਜੇ ਸੇਵਕ ਨਕਲੀ ਹੋਵੇਗਾ ਤੇ ਉਹਦੀ ਪਹੁੰਚ ਨਹੀਂ ਹੋਣੀ ਉਹਨੂੰ ਗੁਰਨਾਨਕ ਵਰਗਾ ਮਿਲਣਾ ਹੀ ਨਹੀਂ ਉਹ ਤੂੰ ਹੀ ਅਸਲੀ ਹੋ ਆ ਤੁਹਾਨੂੰ ਇੱਕ ਗੁਰੂ ਮਿਲ ਗਿਆ। ਅਸਲੀ ਸੇਵਕ ਦੀ ਪਛਾਣ ਹੋਈ ਹੈ। ਅਸਲੀ ਸੇਵਕਾਂ ਦੀ ਗੱਲ ਏ ਹੋਈ ਹੈ। ਨਕਲੀ ਕਦੋਂ ਮਿਲਦੇ ਨੇ ਜਦੋਂ ਆਪ ਨਕਲੀ ਹੈ। ਉਹ ਆਪ ਨਕਲੀ ਹੈ ਉਹਨੂੰ ਸਮਾਜ ਨਕਲੀ ਮਿਲੇਗਾ। ਉਹ ਆਪ ਅਸਲੀ ਹੈ ਉਹਨੂੰ ਸਮਾਜ ਅਸਲੀ ਮਿਲੇਗਾ ਕੋਈ ਤਾਕਤ ਨਹੀਂ ਕਿ ਉਹਨੂੰ ਨਕਲੀ ਕੋਈ ਚੀਜ਼ ਮਿਲ ਜੇ। ਬਾਜ਼ਾਰ ਵਿੱਚੋਂ ਵੀ ਜਾਵੇਗਾ ਤੇ ਫਿਰ ਵੇਖੋ। ਉਹ ਕਹਿੰਦੇ ਮੈਂ ਲੁੱਟਿਆ ਗਿਆ। ਉਹ ਕਹਿੰਦੇ ਤਾਂ ਲੁੱਟਿਆ ਗਿਆ ਕਿ ਤੂੰ ਵੀ ਲੋਕਾਂ ਨੂੰ ਲੁੱਟਦਾ ਹੋਵੇਂਗਾ। ਇੱਕ ਸਾਡਾ ਬੰਦਾ ਸੀ ਉਹ ਕਹਿੰਦਾ ਮੇਰੀ ਛਾਪਾਂ ਲੋਟ ਮੈਨੂੰ ਨਾ ਰਸਤੇ 'ਚ ਕਿਸੇ ਨੇ ਲੁੱਟ ਲਿਆ ਮੈਨੂੰ ਕਹਿੰਦਾ ਆਇਆ ਮੇਰੇ ਕੋ ਬਾਬਾ ਜੀ ਕਿਸ ਨੇ ਲੁੱਟ ਲਿਆ ਮੈਂ ਹੱਸ ਪਿਆ ਉਹਨੂੰ ਵਿਚਾਨ ਨੂੰ ਦੁੱਖ ਸੀ ਮਿੰਨੀ ਖੁਸ਼ੀ ਵੇਖ ਕੇ ਉਹ ਹੋਰ ਪਰੇਸ਼ਾਨ ਹੋ ਗਿਆ ਕਹਿੰਦਾ ਤੁਸੀਂ ਤੁਹਾਨੂੰ ਖੁਸ਼ੀ ਹੋ ਰਹੀ ਹੈ ਬਾਬਾ ਜੀ ਮੈਨੂੰ ਲੁੱਟ ਲਿਆ ਮੇਰਾ ਪੈਸਾ ਖੋਲਿਆ ਮੇਰੇ 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 ਗਹਿਣੇ ਖੋਲੇ ਅੰਗੂਠੀ ਖੋਲੀ ਮੈਨੂੰ ਕੋਈ ਚੀਜ਼ ਨਸ਼ੇ ਦੀ ਦੇ ਕੇ ਮੈਂ ਉਹਨੂੰ ਆਖਿਆ ਮੈਂ ਕਿਹਾ ਮੈਂ ਮਾਫੀ ਚਾਹੁੰਨਾ ਜਿਹੜੀ ਤੁਸੀਂ ਗੱਲ ਕੀਤੀ ਐ ਇਹ ਗੱਲ ਮੈਨੂੰ ਸਮਝ ਨਹੀਂ ਪਈ ਤੁਹਾਨੂੰ ਲੁੱਟ ਲਿਆ ਕਿੰਨੇ ਲੁੱਟ ਲਿਆ ਕਹਿੰਦੇ ਇੱਕ ਬੇਈਮਾਨ ਇੱਕ ਇੱਕ ਠੱਗ ਮਿਲ ਗਿਆ ਰਸਤੇ 'ਚ ਉਹਨੇ ਲੁੱਟ ਲਿਆ ਮੈਂ ਕਿਹਾ ਠੱਗ ਕਿੰਨੂੰ ਮਿਲਦੇ ਨੇ ਜਾਂ ਤੇ ਉਸ ਨੂੰ ਮਿਲਦੇ ਨੇ ਜਿਹੜਾ ਸੱਜਣ ਠੱਗ ਮਿਲਿਆ ਤੇ ਮਾਰ ਇਹਨਾਂ ਨੂੰ ਠੱਗ 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 ਖਤਮ ਕਰਤਾ ਠੱਗ ਔਰੇ ਕੋਲ ਗਏ ਨੇ ਚੱਲ ਕੇ ਆਪ ਗਏ ਨੇ ਰਸ ਮਿਲਿਆ ਨਹੀਂ ਗੁਰਨਾਨਕ ਨੂੰ ਕੋਈ ਲੁੱਟਣ ਵਾਸਤੇ ਆਇਆ ਨਹੀਂ ਮਹਾਰਾਜੀ ਆਪ ਚੱਲ ਕੇ ਗਏ ਨੇ ਤੈਨੂੰ ਮੈਂ ਬੰਦਾ ਬਣਾਉਣਾ ਚੱਲ ਮੈਂ ਤੈਨੂੰ ਠੀਕ ਕਰਦਾ ਤੇਰੀ ਠੱਗੀ ਮੈਂ ਦੂਰ ਕਰਦਾ ਆਪ ਚੱਲ ਕੇ ਗਏ ਨੇ ਜਾਂ ਤੇ ਇਹ ਗੱਲ ਹੈ ਤੇ ਜਾਂ ਫਿਰ ਤੇਰੇ ਕੋਈ ਠੱਗ ਚੱਲ ਕੇ ਆਇਆ ਹੈ ਇਹਦਾ ਮਤਲਬ ਕੋਈ ਤੇਰਾ ਪੁਰਾਣਾ ਮਿੱਤਰ ਹੀ ਹੋਏਗਾ ਭਰਾਵਾ ਤੇਰੇ ਨਾਲ ਗੱਲਬਾਤ ਕਰਨ ਆਇਆ ਤੈਨੂੰ ਨਕਰ ਗਿਆ ਉਹ ਫਿਰ ਵੀ ਨਾ ਸਮਝਿਆ ਨਹੀਂ ਮੈਂ ਸਮਝਿਆ ਨਹੀਂ ਇਹ ਪੁਰਾਣੀਆਂ ਕਹਾਣੀਆਂ ਨੇ ਮੈਨੂੰ ਕਹਿੰਦਾ ਪੁਰਾਣੇ ਕੋਈ ਸੰਬੰਧ ਨੇ ਮੇਰੇ ਨਾਲ ਮੈਂ ਕਿਹਾ ਵੇਖ ਐਦਾਂ ਮਨ ਵਰਚਨ ਨੂੰ ਤੂੰ ਜੋ ਮਰਜ਼ੀ ਕਹਿ ਲੈ ਸੋਨੇ ਤੇ ਤੈਨੂੰ ਚਿੰਤਾ ਲੱਗੀ ਹੋਈ ਐ ਵੋਟੀ ਨੂੰ ਵੀ ਲੱਗੀ ਐ ਤੈਨੂੰ ਵੀ ਲੱਗੀ ਐ ਰੌਣਕਲ ਪੰਡਿਆ ਕਿ ਤੇਰਾ ਪੈਸਾ ਨਿਕਲ ਗਿਆ ਸੋਨਾ ਨਿਕਲ ਗਿਆ ਇਹ ਵਾਪਸ ਨਹੀਂ ਆਣਾ ਜਿਹੜਾ ਚਲਾ ਗਿਆ ਚਲਾ ਗਿਆ ਪਰ ਕਹਾਣੀ ਇਹ ਸਮਝ ਲੈ ਜੋ ਕੁਝ ਗਿਆ ਹੀ ਮੈਂ ਕਿਹਾ ਕਿਉਂ ਤੇਨਾਂ ਲਾਇਆ ਕੋਈ ਬੰਦਾ ਮੈਂ ਕਿਹਾ ਕੋਈ ਕਰਮਾਂ ਦੇ ਵਿੱਚ ਕੋਈ ਸਾਡੇ ਖਰਾਬੀ ਰਹੀ ਐ ਅਸੀਂ ਵੀ ਕੋਈ ਨਾ ਕੋਈ ਕਰਮ ਖਰਾਬ ਕੀਤੇ ਨੇ ਤੇ ਉਹ ਤੇ ਚਲਾ ਗਿਆ ਉੱਠ ਕੇ ਮੈਨੂੰ ਕਹਿ ਕੋ ਕੇ ਉਹਦਾ ਭਾਂਜਾ ਜਿਹੜਾ ਸੀ ਉਹ ਇੱਥੇ ਜੁੜਿਆ ਉਹ ਭਾਂਜਾ ਆ ਕੇ ਮੈਨੂੰ ਆ ਕੇ ਕਹਿੰਦਾ ਇਹ ਜਿਹੜਾ ਮੇਰਾ ਮਾਮਾ ਐ ਨਾ ਮਾਮਾ ਹੀਰਾ ਫੇਰੀਆਂ ਕਰ ਕਰ ਕੇ ਲੋਕਾਂ ਦੀਆਂ ਨਾ ਬਹੁਤ ਇਨੇ ਕੰਮ ਖਰਾਬ ਕੀਤੇ ਉਹਨੇ ਜੋ ਇਹ ਨਾਲ ਹੋਇਆ ਉਹ ਮੈਨੂੰ ਕਹਿੰਦਾ ਹੀ ਹੁਣਾਈ ਸੀ ਕਿਉਂਕਿ ਮਾਮੇ ਨੇ ਸਾਨੂੰ ਨਹੀਂ ਛੱਡਿਆ ਦੁਨੀਆ ਨੂੰ ਨਹੀਂ ਛੱਡਿਆ ਸਾਰੇ ਇਰ ਤੋਂ ਕਹਿੰਦੇ ਦੁਖੀ ਨੇ ਮੈਂ ਨਾ ਯਕੀਨ ਮੰਨਿਓ ਮੈਂ ਉਹਨੂੰ ਇਹ ਗੱਲ ਕਹੀ ਨਹੀਂ ਸੀ ਕਿ ਤੂੰ ਨਕਲੀਆਂ ਤੈਨੂੰ ਨਕਲੀ ਬੰਦੇ ਠੱਗ ਮਿਲ ਗਏ ਮੇਰੇ ਅੰਦਰ ਉਸੇ ਵਕਤ ਇਹ ਚੀਜ਼ ਪੈਦਾ ਹੋ ਗਈ ਕਿ ਮੈਂ ਕਿਹਾ ਵੇਖੋ ਸੱਜਣ ਕੇ ਚੰਗੇ ਬੰਦੇ ਨੂੰ ਨਹੀਂ ਕੋਈ ਠੱਗ ਸਕਦਾ ਉਹ ਹੱਥ ਲਾ ਕੇ ਵਿਖਾਏ ਨਾ ਤੁਸੀਂ ਚੰਗੇ ਹੋ ਇੱਕ ਇੱਕ ਬੱਚੀ ਮੈਨੂੰ ਆ ਕੇ ਕਹਿੰਦੀ ਹੈ ਧੀਰਾਨੀ ਚਲੋ ਮਹਾਰਾਜ ਜੀ ਕਿਰਪਾ ਕਰਨ ਮੈਨੂੰ ਕਹਿੰਦੀ ਜੀ ਉਹਨੇ ਮੈਨੂੰ ਗੰਦੀ ਨਿਗਾਹ ਨਾ ਵੇਖਿਆ ਉਹਨੇ ਮੇਰੇ ਬਾਰੇ ਇਹ ਗੱਲ ਕੀਤੀ ਮੈਂ ਕਿਹਾ ਪੁੱਤਰ ਪਹਿਲੀ ਗੱਲ ਇੱਕ ਮੇਰੀ ਤੂੰ ਧੀਰਾਨੀ ਹੈ ਮੈਂ ਨਹੀਂ ਕਹਿੰਦਾ ਕਿ ਤੈਨੂੰ ਤੂੰ ਠੀਕ ਨਹੀਂ ਹੈਗੀ ਤੇਰਾ ਆਚਰਣ ਠੀਕ ਨਹੀਂ ਪਰ ਇੱਕ ਜ਼ਰੂਰ ਗੱਲ ਹੈ ਕਿਸੇ ਦੀ ਮਜ਼ਾਲ ਨਹੀਂ ਕਿ ਗੰਦੀ ਨਿਗਾਹ ਦੇ ਨਾਲ ਕਿਸੇ ਨੂੰ ਵੇਖ ਸਕੇ ਜਿਨ੍ਹਾਂ ਚਿਕਰ ਉਹ ਅੱਗੋਂ ਇਸ਼ਾਰਾ ਨਾ ਕਰੇ ਕੋਈ ਬੱਚੀ ਤੇ ਕੋਈ ਔਰਤ ਕਿਦੀ ਤਾਕਤ ਅਕੇ ਦੇ ਚ ਕਿਹੇ ਹਿੰਮਤ ਕੋਈ ਉਹਨੂੰ ਦੇਖ ਵੀ ਜਾ ਉਹ ਤਾਂ ਤੇਰੇ ਚ ਕਮੀ ਹੈ ਤੂੰ ਮੌਕਾ ਦੇ ਰਹੀ ਹੈ ਤੇ ਅਗਲਾ ਬੰਦਾ ਤੈਨੂੰ ਇਦਾਂ ਕਰਕੇ ਜਾ ਰਿਹਾ ਉਸੇ ਵੱਲੇ ਚਪੇੜ ਕਿਉਂ ਨਹੀਂ ਮਾਰੀ ਗਈ ਤੇਰੇ ਕੋਲੋਂ ਤੂੰ ਆ ਜਾ ਕੇ ਮੈਨੂੰ ਇੱਥੇ ਕਹਿਣ ਨਹੀਂ ਲੋਕਾਂ ਨੂੰ ਸ਼ੋਰ ਮਚਾਣ ਨਹੀਂ ਤੈਨੂੰ ਕਿਉਂ ਨਹੀਂ ਰੋਕਿਆ ਗਿਆ ਡੱਕਿਆ ਗਿਆ ਕਿ ਖਬਰਦਾਰੀ ਓਏ ਮੇਰੇ ਵੱਲ ਕਿਸ ਨੇ ਇਦਾਂ ਵੇਖਿਆ ਤੇ ਮੈਂ ਤੇਰੇ ਚ ਦਮ ਕਿਉਂ ਨਹੀਂ ਆਇਆ ਇਹ ਬੰਦੇ ਚ ਤਾਕਤ ਹੈ ਉਹ ਕਿਸ ਨੂੰ ਮੌਕਾ ਕਿਉਂ ਦੇਣਾ ਉਂਗਲੀ ਦਾ ਰੋਕ ਹੀ ਲਓ ਪਹਿਲੇ ਦਮ ਚਾਹੀਦਾ ਤੇ ਜੇ ਕਹੋ ਜੀ ਨਹੀਂ ਜੀ ਇਹਦਾ ਮਤਲਬ ਮੈਂ ਚਾਹਨਾ ਮੈਂ ਜਾਣ ਕੇ ਹੋ ਜਾਏਗਾ ਤਾਂ ਮੈਂ ਚਾਹਨਾ ਕਿ ਮੇਰੀ ਜੱਗ ਹਸਾਈ ਹੋਵੇ ਤੇ ਮੈਂ ਉਦਾਂ ਦਾ ਬਣਿਆ ਮੇਰੀ ਕਰਤੂਤ ਉਦਾਂ ਦੀ ਚਲੋ ਅੱਗੋਂ ਚੱਲਦੇ ਹਾਂ ਮਹਾਰਾਜ ਜੀ ਕੀ ਕਹਿੰਦੇ ਕਿੰਨੇ ਮਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਖਿੰਨੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਮਾਇਆ ਮਤਲਬ ਮਾਇਆ ਦੇ ਚੱਕਰ ਚ ਅਸੀਂ ਫਸੇ ਆ ਇੱਕ ਮਾਇਆ ਇੱਕ ਸਿਰਫ ਮਾਇਆ ਰੱਬ ਨੂੰ ਨਹੀਂ ਪਕੜਦੀ ਜੇ ਤੁਸੀਂ ਰੱਬ ਦੀ ਗੱਲ ਕਰੋਗੇ ਤੁਹਾਨੂੰ ਵੀ ਨਹੀਂ ਫਿਰ ਮਾਇਆ ਫੜੇਗੀ ਤੇ ਜੇ ਤੁਸੀਂ ਹੋਰ ਵੀ ਕਿ ਦੇਵਤਿਆਂ ਦੀ ਗੱਲ ਕਰੋਗੇ ਦੇਵਤਿਆਂ ਤੱਕ ਵੀ ਮਾਇਆ ਪਹੁੰਚੀ ਹੋਈ ਹੈ ਮੈਂ ਤੁਹਾਨੂੰ ਦੱਸਾਂ ਦੇਵਤਿਆਂ ਤੱਕ ਵੀ ਮਾਇਆ ਦਾ ਪੈਰਾ ਹੈ ਮੈਂ ਇੱਕ ਬੜੀ ਤੁਹਾਨੂੰ ਗੱਲ ਬਚਿੱਤਰ ਗੱਲ ਦੱਸ ਰਿਹਾ ਕਹਿੰਦੇ ਨੇ ਨਾਰਾਇਣ ਨਾਰਾਇਣ ਦੇਖੇ ਨਾਰਾਇਣ ਜਾਣਦੇ ਤੁਸੀਂ ਨਾਰਾਇਣ ਕੌਣ ਨੇ ਨਾਰਾਇਣ ਵਿਸ਼ਨੂ ਜੀ ਮਹਾਰਾਜ ਜੀ ਵਿਸ਼ਨੂ ਜੀ ਮਹਾਰਾਜ ਦਾ ਆਸਨ ਕਿਹੜਾ ਹੈ ਸ਼ੇਸ਼ਨਾਗ ਉਹ ਕਿੱਥੇ ਲੇਟੇ ਹੋਏ ਨੇ ਸ਼ੇਸ਼ਨਾਗ ਚ ਕਿੱਥੇ ਰਹਿੰਦੇ ਨੇ ਸੀਰ ਸਾਗਰ ਚ ਉਹਨਾਂ ਦੇ ਨਾਲ ਕੌਣ ਹੈ ਮਾਂ ਲਕਸ਼ਮੀ ਤੇ ਜਦੋਂ ਉਹ ਸੌਂਦੇ ਨੇ ਨਾ ਕਹਿੰਦੇ ਨੇ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਹਨ ਉਹ ਨੂੰ ਨੀਂਦ ਨਹੀਂ ਆਉਂਦੀ ਤੇ ਜਦੋਂ ਉਹਨਾਂ ਨੂੰ ਨੀਂਦ ਆਉਣੀ ਨੀਂਦ ਵਾਸਤੇ ਕਿਉਂ ਨੀਂਦ ਆਵੇ ਉਹਨਾਂ ਨੂੰ ਸੌਣ ਨੂੰ ਨੀਂਦਰਾ ਮਿਲੇ ਉਹਨੂੰ ਕਹਿੰਦੇ ਨੇ ਯੋਗ ਨੀਂਦਰਾ ਸ਼ਬਦ ਬਣਿਆ ਉਹ ਨੀਂਦ ਉਹਨਾਂ ਨੂੰ ਆਵੇ ਉਹ ਨੀਂਦ ਉਹਨਾਂ ਨੂੰ ਕਦੋਂ ਹੁੰਦੀ ਹੈ ਜਦੋਂ ਮਾਇਆ ਦਾ ਸਾਥ ਮਿਲਦਾ ਉਹ ਮਾਇਆ ਇਹਦਾ ਮਤਲਬ ਨਾਰਾਇਣ ਤੱਕ ਪਹੁੰਚੀ ਹੋਈ ਹੈ ਮਾਇਆ ਨਾਰਾਇਣ ਵੀ ਮਾਇਆ ਨੂੰ ਲੈ ਕੇ ਤਾਂ ਅਖਮੰਦਕ ਕੇ ਨੀਂਦ ਲੈਂਦੇ ਨੇ ਹਾਂਜੀ ਇਹ ਪੱਕੀ ਗੱਲ ਹੋ ਗਈ। ਇਹਦਾ ਮਤਲਬ ਕੌਣ ਬਚਿਆ ਮਾਇਆ ਤੋਂ? ਮਾਇਆ ਤੋਂ ਬਚਿਆ ਜਿਹਨੇ ਵਿਸ਼ਨੂੰ ਨੂੰ ਵਿਸ਼ਨੂੰ ਬਣਾਇਆ, ਜਿਹਨੇ ਸ਼ਿਵ ਨੂੰ ਸ਼ਿਵ ਬਣਾਇਆ, ਬ੍ਰਹਮਾ ਨੂੰ ਬ੍ਰਹਮਾ ਬਣਾਇਆ, ਭਗੋਤੀ ਨੂੰ ਭਗੋਤੀ ਬਣਾਇਆ। ਆਪ ਅਕਾਲ ਪੁਰਖ ਰੱਬ ਬੈਠਾ ਉੱਪਰ, ਉਹੀ ਬਚਿਆ ਮਾਇਆ ਤੋਂ, ਬਾਕੀ ਕੋਈ ਨਹੀਂ ਬਚਿਆ। ਜੇ ਤੁਸੀਂ ਉਹਦੀ ਭਗਤੀ ਕਰੋਗੇ, ਤੁਸੀਂ ਮਾਇਆ ਤੋਂ ਬਚ ਜਾਵੋਗੇ, ਤੁਹਾਡਾ ਵੀ ਜੀਵਨ ਸਫਲ ਹੋ ਜਾਏਗਾ। ਇੱਕੋ ਹੀ ਬਚਿਆ ਪੁਰਖ ਜਿਹੜਾ ਮਾਇਆ ਤੋਂ ਬਾਹਰ ਉਹਨੂੰ ਰੱਬ ਕਹਿੰਦੇ। ਇਹ ਸਾਰਿਆਂ ਦਾ ਇੱਕੋ ਹੀ ਰੱਬ ਹੈ ਹਮ ਇੱਕ ਕੇ ਹਮ ਬਾਰਕ ਅਵਲ ਅੱਲਾਹ ਨੂਰ ਉਪਾਇਆ ਹ ਕੁਦਰਤ ਦੇ ਸਭ ਬੰਦੇ ਇੱਕ ਨੂਰ ਉਹ ਇੱਕ ਨੂਰ ਹੈ ਇੱਕ ਰੱਬ ਹੈ ਜਿਹਨੂੰ ਗੁਰਨਾਨਕ ਦੇਵ ਜੀ ਮਹਾਰਾ ਜੀ ਕਹਿੰਦੇ ਨੇ ਇੱਕ ਓ ਅੰਕਾਰ ਰੱਬ ਇੱਕ ਹੈ ਓਮਕਾਰ ਉਹੀ ਜਨਮ ਦਿੰਦਾ ਹੈ ਉਹੀ ਮੌਤ ਦਿੰਦਾ ਹੈ ਉਹੀ ਰੋਟੀ ਦਿੰਦਾ ਹੈ ਓ ਅੰਕਾਰ ਇੱਕ ਰੱਬ ਹੈ ਰੱਬੁਲ ਆਲਮੀਨ ਉਹ ਸਾਰਿਆਂ ਦਾ ਹੈ ਰੱਬ ਸਭ ਦਾ ਹੈ ਕੱਲੇ ਇੱਕ ਦਾ ਨਹੀਂ ਜੇ ਮੈਂ ਕਵਾਂ ਤਰਲੋਚਨ ਦਾਸ ਰੱਬ ਮੇਰਾ ਹੈ ਗਲਤ ਹੋਵੇਗਾ ਰੱਬ ਮੈਨੂੰ ਕਹੇਗਾ ਪੁੱਤਰ ਇਹ ਕਲ ਸੱਚ ਨਹੀਂ ਹੈ ਰੱਬੁਲ ਆਲਮੀਨ ਜਦੋਂ ਮੁਸਲਮਾਨਾਂ ਨੇ ਕਿਹਾ ਰੱਬੁਲ ਮੁਸਲਮਿਨ ਤੇ ਰੱਬ ਨੇ ਨਕਾਰ ਦਿੱਤਾ ਨਹੀਂ ਫਿਰ ਰੱਬ ਦੇ ਬੰਦਿਆਂ ਨੇ ਫਿਰ ਪੀਰਾਂ ਫਕੀਰਾਂ ਨੇ ਕਿਹਾ ਰੱਬੁਲ ਆਲਮੀਨ ਰੱਬ ਸਾਰਿਆਂ ਦਾ ਰੱਬ ਖੁਸ਼ ਹੋ ਗਿਆ ਹਾਂ ਪੁੱਤਰ ਇਹ ਗੱਲ ਠੀਕ ਹੈ ਮੈਂ ਸਾਰਿਆਂ ਦਾ ਮੈਂ ਕੱਲਾ ਇੱਕ ਜਗ੍ਹਾ ਦਾ ਨਹੀਂ ਇੱਕ ਥਾਂ ਦਾ ਇੱਕ ਟਿਕਾਣੇ ਦਾ ਇੱਕ ਬੰਦੇ ਦਾ ਇੱਕ ਜਾਤੀ ਦਾ ਇੱਕ ਇਨਸਾਨ ਦਾ ਇੱਕ ਕੌਮ ਦਾ ਮੈਂ ਇੱਕ ਜਮਾਤ ਦਾ ਨਹੀਂ ਮੈਂ ਸਾਰੀ ਜਮਹੂਰੀਅਤ ਦਾ ਮੈਂ ਸਾਰੀ ਜਮਹੂਰੀਅਤ ਮੇਰੀ ਹੈ ਸਾਰੀ ਖਲਕਤ ਮੇਰੀ ਹੈ ਕੁਦਰਤ ਮੇਰੀ ਹੈ ਅਸੀਂ ਕੁਦਰਤ ਦੇ ਅਧੀਨ ਆ ਤੇ ਕੁਦਰਤ ਮੇਰੇ ਪਰਮਾਤਮਾ ਦੇ ਅਧੀਨ ਹੈ ਵੇਖੋ ਪੰਤਰ ਪਰਮਾਤਮਾ ਅਸੀਂ ਕੁਦਰਤ ਕਰਕੇ ਜਿੰਦਾ ਵਾਂ ਤੇ ਕੁਦਰਤ ਪਰਮਾਤਮਾ ਕਰਕੇ ਜ਼ਿੰਦਾ ਹੈ ਇਹਦਾ ਮਤਲਬ ਕੁਦਰਤ ਨੂੰ ਬਣਾਉਣ ਵਾਲਾ ਕਾਦਰ کریم ਤੋਂ ਵੱਡੀ ਤਾਕਤ ਤੇ ਕੋਈ ਨਾ ਹੋਇਆ ਨਾ ਤੇ ਫਿਰ ਤੁਸੀਂ ਹੋਰ ਨਾਲ ਕਿਉਂ ਨਹੀਂ ਗੱਠਬੰਦੀ ਤੇ ਉਹਨਾਂ ਕਿ ਨਹੀਂ ਯੋਗ ਮਿਲਾ ਲੰਦੇ ਉਹਨਾਂ ਕਿਉਂ ਨਹੀਂ ਸਮਾਧੀ ਲਾ ਕੇ ਬਹਿ ਜਾਂਦੇ ਕਿਉਂ ਨਹੀਂ ਧਿਆਨ ਲਾ ਕੇ ਬਹਿ ਜਾਂਦੇ ਪਰਮਾਤਮਾ ਨਾਲ ਜੋੜ ਦਿੰਦੇ ਜੋੜਨਾ ਕਹਿ ਦਿੰਦੇ ਪਰਮਾਤਮਾ ਅਸੀਂ ਤੇਰੇ ਆ ਰੱਬ ਦੀ ਗੱਲ ਕਰਿਆ ਕਰੋ ਰੱਬ ਸਭ ਤੋਂ ਵੱਡਾ ਜੀ ਜਿਨੇ ਭਗੋਤੀ ਬਣਾਈ ਜਿਨੇ ਸ਼ਿਵ ਜੀ ਬਣਾਏ ਮਹਾਦੇਵ ਬਣਾਏ ਨਾਰਾਇਣ ਬਣਾਏ ਬ੍ਰਹਮਦੇਵ ਬਣਾਏ ਦੇਵਤੇ ਬਣਾਏ ਇਹ ਦੁਨੀਆ ਚ ਗੁਰੂ ਬਣਾਏ ਇਹ ਸੰਸਾਰ ਚ ਥਾਂ ਥਾਂ ਦੇ ਉੱਤੇ ਸਾਰਾ ਕੁਝ ਪ੍ਰਮਾਤਮਾ ਨੇ ਬਣਾਇਆ ਉਸ ਰੱਬ ਦੀ ਮੈਂ ਗੱਲ ਕਰ ਰਿਹਾ ਜਿਹੜਾ ਇੱਕ ਹੈ ਔਰ ਗੁਰੂ ਨਾਨਕ ਦੇਵ ਜੀ ਮਾਰ ਨੇ ਗੱਜ ਕੇ ਆਖਿਆ ਸਭਨਾ ਜੀਉਂ ਕਾ ਇੱਕ ਦਾਤਾ ਰੱਬ ਕੌਣ ਹੈ ਸਭਨਾ ਜੀਉਂ ਕਾ ਇੱਕ ਦਾਤਾ ਰੱਬ ਨੂੰ ਮੰਨੋ ਰੱਬ ਨੂੰ ਯਾਦ ਕਰੋ ਰੱਬ ਦਾ ਚੇਤਾ ਕਰੋ ਉਹਦੀ ਯਾਦ ਵਿੱਚ ਬੈਠਿਆ ਕਰੋ ਜਿਹਦੀ ਯਾਦ ਵਿੱਚ ਸ਼ਿਵਜੀ ਮਹਾਰਾਜੀ ਵੀ ਬੈਠੇ ਨੇ ਚਮਕੜੀ ਮਾਰ ਕੇ ਸ਼ਿਵਜੀ ਮਹਾਰਾਜੀ ਕੋ ਜੋ ਤੁਸੀਂ ਜਾਣਾ ਉਹਨਾਂ ਨੂੰ ਕਹਿਣਾ ਮਹਾਰਾਜ ਜੀ ਤੁਸੀਂ ਕਿਹੜੀ ਯਾਦ ਵਿੱਚ ਬੈਠੇ ਹੋ ਮਰਨ ਵੀ ਅੱਖ ਖੋਲ ਕੇ ਤੁਹਾਨੂੰ ਕਹਿਣਾ ਮੈਂ ਆਪਣੇ ਮਾਲਕ ਦੀ ਯਾਦ ਚ ਆਪਣੇ ਸਵਾਮੀ ਆਪਣੇ ਪ੍ਰਭੂ ਦੀ ਆਪਣੇ ਵਾਹਿਗੁਰੂ ਦੀ ਆਪਣੇ ਉਸ ਰੱਬ ਦੀ ਯਾਦ ਵਿੱਚ ਬੈਠਾ ਤੇ ਜੇ ਤੁਸੀਂ ਨਾਰਾਇਣ ਕੋ ਜਾਣਾ ਤਾਂ ਨਾਰਾਇਣ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਤਾਂ ਪੁੱਛੋ ਨਾਰਾਇਣ ਜੀ ਵੀਸ਼ਨੂ ਮਹਾਰਾਜ ਜੀ ਤੁਸੀਂ ਕਿਦੀ ਅੱਖ ਬੰਦ ਕਰਕੇ ਬੈਠੇ ਹੋ ਉਹ ਕਹਿੰਦਾ ਮੈਂ ਆਪਣੇ ਰੱਬ ਦੀ ਯਾਦ ਵਿੱਚ ਬੈਠਾ ਤੇ ਜੇ ਉਹ ਆਪਣੇ ਰੱਬ ਦੀ ਯਾਦ ਵਿੱਚ ਬੈਠੇ ਨੇ ਉਹ ਤੁਸੀਂ ਵੀ ਆਪਣੀ ਰੱਬ ਦੀ ਯਾਦ ਵਿੱਚ ਅੱਖ ਬੰਦ ਕਰਕੇ ਬੈਠੋ ਉਸੇ ਰੱਬ ਦੀ ਯਾਦ ਵਿੱਚ ਜਿਸ ਦੀ ਯਾਦ ਵਿੱਚ ਸਾਰੇ ਬੈਠੇ ਨੇ ਬੈਠਣਾ ਚਾਹੀਦਾ ਕਿ ਨਹੀਂ ਬੈਠਣਾ ਚਾਹੀਦਾ ਇਹ ਬੜਾ ਪਿਆਰਾ ਰਸਤਾ ਜੇ ਬੜਾ ਪਿਆਰਾ ਮਾਰਗ ਹੈ ਇਸ ਸਾਧਨਾ ਦਾ ਮਾਰਗ ਹੈ ਸਮਾਧੀ ਦਾ ਮਾਰਗ ਹੈ ਬਸ ਛੋਟੀ ਦੀ ਸਮਾਧੀ ਤੇ ਲਗਾਨੀ ਰੋਜ਼ ਅੱਖ ਬੰਦ ਕਰਕੇ ਤੇ ਨਾਮ ਹੀ ਜਪਣਾ ਜਿਹੜਾ ਨਾਮ ਤੁਹਾਨੂੰ ਮਿਲਿਆ ਪ੍ਰਭ ਬਨਾਸੀ ਅੰਤਰੀਆਮੀ ਉਹ ਨਾਮ ਮਿਲਿਆ ਨਾਮ ਮਿਲੇ ਤਾਂ ਜੀਵਾਂ ਨਾਨਕ ਜ਼ਿੰਦਗੀ ਪਲਟ ਕੇ ਰੱਖ ਦਿੰਦਾ ਨਾਮ ਪ੍ਰਭ ਬਨਾਸੀ ਕੌਣ ਹੈ ਜਿਹਦਾ ਵਿਨਾਸ਼ ਨਹੀਂ ਹੋ ਸਕਦਾ ਉਹ ਕੌਣ ਹੈ ਐਸਾ ਪੁਰਖ ਜਿਹੜੇ ਜਿਹੜਾ ਵਿਨਾਸ਼ ਨਹੀਂ ਹੋ ਸਕਦਾ ਜਿਹੜਾ ਅੰਤ ਨਹੀਂ ਹੋ ਸਕਦਾ ਜਿਹੜਾ ਅੱਜ ਵੀ ਹੈ ਜਿਹੜਾ ਕੱਲ ਵੀ ਸੀ ਜਿਹੜਾ ਪਰਸੋਂ ਤੱਕ ਰਹੇਗਾ ਜਿਹੜਾ ਜੁਗਾ ਜੁਗੋਂ ਤੱਕ ਸੀ ਤੇ ਜੁਗਾ ਜੁਗੋਂ ਤੱਕ ਰਹੇਗਾ ਉਹਨੂੰ ਕਹਿੰਦੇ ਨੇ ਪ੍ਰਭ ਅਬਨਾਸੀ ਉਹ ਸਦਾ ਸਦਾ ਸੀ ਸਦਾ ਸਦਾ ਰਹੇਗਾ ਉਹ ਅੰਤਰੀਆਮੀ ਹੈ ਕਿਉਂਕਿ ਸਾਰੇ ਦਿਲਾਂ ਨੂੰ ਪੜ ਲੈਂਦਾ ਆਤਮਾਵਾਂ ਨੂੰ ਪੜ ਲੈਂਦਾ ਉਹ ਅੰਦਰੋਂ ਪੜ ਲੈਂਦਾ ਇਹ ਬੰਦਾ ਕਿਉਂ ਬੈਠਿਆ ਮੇਰੇ ਕੋਲ ਤੇ ਕੀ ਕਰਨਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਬਿਨ ਬੋਲਿਆ ਸਭ ਕੁਝ ਜਾਣਦਾ ਉਹ ਸਭ ਕੁਝ ਜਾਣਦਾ ਉਹਨੂੰ ਦੱਸਣ ਦੀ ਲੋੜ ਨਹੀਂ ਹੈ ਉਹਨੂੰ ਹਰ ਚੀਜ਼ ਦਾ ਪਤਾ ਹੈ ਕਿ ਤੁਸੀਂ ਕਿਉਂ ਆਏ ਹੋ ਉਹਨੂੰ ਇਹ ਵੀ ਪਤਾ ਹੈ ਅੱਜ ਤੁਸੀਂ ਭਗਤ ਕਿਉਂ ਬਣੇ ਹੋ ਉਹਨੂੰ ਕੱਲ ਦਾ ਵੀ ਪਤਾ ਹੈ ਕਿ ਤੁਸੀਂ ਕੱਲ ਭਗਤਾਂ ਭਗਤਾਂ ਨੂੰ ਤੋੜਨਾ ਹੈ ਉਹਨੂੰ ਇਹ ਵੀ ਪਤਾ ਹੈ ਕਿ ਮੇਰੇ ਦਰਬਾਰ ਦੇ ਵਿੱਚ ਆ ਕੇ ਅੱਜ ਕਿਉਂ ਆਇਆ ਤੂੰ ਸਜਣਾ ਤੇ ਕੱਲ ਤੂੰ ਦਰਬਾਰ ਤੋਂ ਟੁੱਟ ਜਾਣਾ ਤੇ ਕਿਉਂ ਟੁੱਟਣਾ ਉਹਨੂੰ ਸਾਰੇ ਕਾਰਨ ਪਤਾ ਨੇ ਤੁਹਾਡੇ ਇਸ ਕਰਨ ਉਹਨੂੰ ਅੰਤਰੀਅਮੀ ਕਹਿੰਦੇ ਨੇ ਉਹਨੂੰ ਸਭ ਕੁਝ ਪਤਾ ਹੈ ਜਿਹਦੇ ਲਾੜੇ ਤੁਸੀਂ ਲੱਗੇ ਉਹਨੂੰ ਪੁਕਾਰੋ ਜਿਹੜਾ ਸੱਚੀ ਮੁੱਚੀ ਅੰਤਰੀਅਮੀ ਹੈ ਉਹਦੀ ਪੁਕਾਰ ਕਰੋ ਜਿਹੜਾ ਤੁਸੀਂ ਨਾਮ ਲਿਆ ਨਾਮ ਵਾਹਿਗੁਰੂ ਸ਼ਬਦ ਹੈ ਜਿਹੜਾ ਸਿਰਫ ਉਸ ਮਾਲਕ ਨੂੰ ਯਾਦ ਕਰਦਾ ਐਡੀ ਤਾਕਤ ਸਤਨਾਮ ਵਾਹਿਗੁਰੂ ਮਹਾਰਾ ਨੇ ਜਦੋਂ ਸ੍ਰਿਸ਼ਟੀ ਨੂੰ ਦੇ ਦਿੱਤਾ ਇਹ ਸ਼ਬਦ ਮੰਤਰ ਦੇ ਦਿੱਤਾ ਤੇ ਮਹਾਰਾ ਨੇ ਕਿਹਾ ਉਹ ਜਪਿਆ ਕਰ ਉਸ ਰੱਬ ਨੂੰ ਜਪ ਜਿਨੇ ਸਾਰਿਆਂ ਦਾ ਧਿਆਨ ਕਰਦਾ ਜਿਨ੍ਹਾਂ ਨੇ ਸਾਰਿਆਂ ਨੂੰ ਰੋਟੀ ਦੇਣੀ ਹੈ ਜਿਨ੍ਹਾਂ ਨੇ ਸਾਰਿਆਂ ਨੂੰ ਖੁਸ਼ੀਆਂ ਦੇਣੀਆਂ ਨੇ ਸੁੱਖ ਦੇਣਾ ਸਭ ਕੁਝ ਦੇਣਾ ਤੇ ਕੋਈ ਚੀਜ਼ ਨਹੀਂ ਕੋਈ ਤੋ ਲੱਗੀ ਸੀ ਨਾ ਤੁਹਾਨੂੰ ਲੱਗੀ ਸੀ ਜੋ ਜਦੋਂ ਲੈਣਾ ਜੀ ਲੈਣਾ ਜੀ ਬਣ ਕੇ ਦੂਜੀ ਪਾਤਸ਼ਾਹੀ ਜਦੋਂ ਮਹਾਰਾਜ ਜੀ ਕੋਲ ਆਈ ਹੈ ਤੇ ਉਹਨਾਂ ਨੇ ਪੌੜੀ ਕੀ ਸੁਣੀ ਸੀ ਭਾਈ ਜੋਧ ਜੀ ਕੋਲੋਂ ਆਪ ਤੇ ਉਹ ਲੱਗੇ ਸਨ ਮਾਤਾ ਦੇ ਭਗਤ ਸਨ ਚਿੰਤਪੂਰਨੀ ਜਾਂਦੇ ਸੀ ਤੇ ਚਿੰਤਪੁਰਨੀ ਹਰ ਸਾਲ ਜਾਂਦੇ ਸੀ ਜਥੇ ਲੈ ਕੇ ਜਾਂਦੇ ਸੀ ਸੰਗਤਾਂ ਲੈ ਕੇ ਜਾਂਦੇ ਸੀ ਅੱਜ ਵੀ ਗਏ ਨੇ ਤੇ ਜਦੋਂ ਉਹਨਾਂ ਨੇ ਪਹਿਲਾਂ ਘਰ ਜਗਰਾਤਾ ਕਰਾਇਆ ਉਸ ਪਿੰਡ ਦੇ ਵਿੱਚ ਜਗਰਾਤਾ ਹੋਇਆ ਜਗਰਾਤਾ ਕਰ ਦਿੱਤਾ ਸਾਰੀ ਰਾਤ ਜੈ ਮਾਤਾ ਦੀ ਜੈ ਮਾਤਾ ਦੀ ਕੀਤਾ ਤੇ ਅਗਲੇ ਦਿਨ ਜਦੋਂ ਸਵੇਰੇ ਉੱਠੇ ਅੰਮ੍ਰਿਤ ਵੇਲੇ ਜਦੋਂ ਕਹਿੰਦੇ ਨੇ ਤਾਰਾ ਰਾਣੀ ਦੀ ਕਥਾ ਹੋ ਗਈ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਚੁੱਕੀ ਕੀਤਾ ਵਾਪਸ ਆ ਰਹੇ ਨੇ ਕਿਉਂਕਿ ਧਰਮਸ਼ਾਲਾ ਸੀ ਨਾ ਧਰਮਸ਼ਾਲਾ ਤੋਂ ਘਰ ਵਾਪਸ ਆ ਰਹੇ ਨੇ ਸਵੇਰ ਉੱਥੇ ਹੀ ਪੈ ਗਈ ਜਦੋਂ ਵਾਪਸ ਆ ਰਹੇ ਖੂ ਆਇਆ ਰਸਤੇ 'ਚ ਉਸ ਖੂ ਦੇ ਕੋਲ ਭਾਈ ਜੋਧ ਜੀ ਬੈਠੇ ਨੇ ਤੇ ਉਹ ਸ਼ਬਦ ਕਰ ਰਹੇ ਨੇ ਉਹ ਗੁਰਨਾਨਕ ਦਾ ਸ਼ਬਦ ਪੜ ਰਹੇ ਨੇ ਗੁਰਨਾਨਕ ਦਾ ਸ਼ਬਦ ਬਾਣੀ ਪੜ ਰਹੇ ਨੇ ਗੁਰਨਾਨਕ ਦੀ ਮਿੱਠੀ ਬਾਣੀ ਬਸ ਚੋਟ ਕਰ ਗਈ ਬਾਣੀ ਸੁਣ ਸੁਣ ਕੇ ਹੀ ਅੰਦਰ ਸੁਣ ਸੁਣ ਨਾਮ ਤੁਹਾਰਾ ਪ੍ਰੀਤਮ ਮੈਂ ਤੇਰਾ ਨਾਮ ਸੁਣ ਕੇ ਸੁਣ ਸੁਣ ਨਾਮ ਤੁਹਾਰਾ ਪ੍ਰੀਤਮ ਪ੍ਰਭ ਪੇਖਨ ਕਾ ਚਾਓ ਮੈਨੂੰ ਚਾਹ ਲੱਗ ਗਿਆ ਰੱਬ ਦੇ ਦਰਸ਼ਨ ਕਰਨ ਦਾ ਉਹ ਜਗਰਾਤੇ ਚ ਨਹੀਂ ਲੱਗਾ ਜਗਰਾਤੇ ਚ ਬੜੇ ਟੱਲ ਖੜਕਾਏ ਬੜੀਆਂ ਘੰਟੀਆਂ ਤੇ ਬੜੇ ਉਹਨਾਂ ਨੇ ਨਾਦ ਖੜਕਾਏ ਇਹ ਨਹੀਂ ਕਿ ਤੁਹਾਨੂੰ ਨਹੀਂ ਲੱਗੀ ਪਰ ਇੱਕ ਭਾਈ ਜੋਧ ਜੀ ਨੇ ਸਿਰਫ ਗੁਰੂ ਨਾਨਕ ਦਾ ਪੌੜੀ ਸ਼ਬਦ ਪੜ ਰਹੇ ਸੀ ਪੜਦੇ ਪੜਦੇ ਅੰਦਰ ਚੋਟ ਕਰ ਗਿਆ ਹਿਰਦੇ ਇੱਕਦਮ ਖੜੇ ਹੋ ਕੇ ਸੁਣੋਗੇ ਹੈ ਇੱਕਦਮ ਰਹਿ ਨਹੀਂ ਗਿਆ ਰੋਂਗ ਰੋਂਗ ਤੇ ਖੜੇ ਹੋ ਗਏ ਹੈ ਪਾਣੀ ਜਦੋਂ ਸੁਣੀ ਤੇ ਸਰੀਰ ਠੰਡਾ ਹੋ ਗਿਆ ਮਨੋਂ ਕਿੰਨੇ ਜਨਮਾਂ ਦੀ ਤਪੱਸ ਮਿਟ ਗਈ ਤੇ ਸਿੱਧਾ ਜਾ ਕੇ ਭਾਈ ਜੋਧ ਜੀ ਕੋਲ ਬੈਗੇ ਨੇ ਜਾ ਕੇ ਚੌਂਕੜੀ ਮਾਰ ਜੋਧ ਜੀ ਨੂੰ ਕਹਿੰਦੇ ਨੇ ਦੁਬਾਰਾ ਗਾਓ ਦੁਬਾਰਾ ਸ਼ਬਦ ਸੁਣਾਓ ਜੋਧ ਜੀ ਕਹਿੰਦੇ ਨੇ ਤੁਸੀਂ ਕੌਣ ਹੋ ਕਹਿੰਦੇ ਮੈਂ ਲੈਣਾ ਇਸ ਪਿੰਡ ਦੇ ਵਿੱਚ ਮੇਰੀ ਛੋਟੀ ਦੁਕਾਨ ਹੈ ਮੈਂ ਛੋਟਾ ਜਿਹਾ ਵਪਾਰੀ ਹਾਂ ਨਿੱਕਾ ਜਿਹਾ ਸੇਵਾਦਾਰ ਹਾਂ ਇਹ ਤੁਸੀਂ ਜਿਹੜੇ ਸ਼ਬਦ ਪੜ੍ਹਦੇ ਪਏ ਸੀ ਇਹ ਕਿਹੜੇ ਸ਼ਬਦ ਨੇ ਇਹ ਕਿਹੜੇ ਸ਼ਬਦ ਨੇ ਉਹ ਕਹਿੰਦੇ ਗੁਰੂ ਨਾਨਕ ਦੇ ਗੁਰੂ ਨਾਨਕ ਕੌਣ ਨੇ ਇੱਕ ਗੁਰੂ ਨੇ ਕਿੱਥੇ ਨੇ ਇਹ ਕਰਤਾਰਪੁਰ ਨੇ ਤਨ ਗੁਰੂ ਨਾਨਕ ਬਾਰੇ ਨਹੀਂ ਪਤਾ ਕੰਮ ਸੁਣਿਆ ਹੈਗਾ ਉਹ ਇੱਕ ਪਾਈ ਸੋਹੀ ਜੀ ਸਨ ਉਹਨਾਂ ਦੇ ਉਹ ਸਾਖੀ ਆਲਰੇਡੀ ਕੱਟ ਗਈ ਸੀ ਪਤਾ ਸੀ ਗੁਰੂ ਨਾਨਕ ਦਾ ਸੇਵਾਦਾਰ ਉਸ ਪਿੰਡ ਚ ਰਹਿੰਦੇ ਸਨ ਸੇਵਕ ਸਿੱਖ ਰਹਿੰਦੇ ਸਨ ਮਹਾਰਾਜ ਦੇ ਪਤਾ ਸੀ ਪਰ ਬਾਣੀ ਦਾ ਨਹੀਂ ਸੀ ਪਤਾ ਅੱਜ ਜਦੋਂ ਗੁਰੂ ਨਾਨਕ ਦੀ ਬਾਣੀ ਨੇ ਠੰਡ ਪਾ ਦਿੱਤੀ ਨਾ ਕਲੇਜੇ ਚ ਤੇ ਅੱਜ ਲੈਣਾ ਜੀ ਅੱਖਾਂ ਰੋਣ ਲੱਗ ਪਿਆ ਟਪਕਣ ਲੱਗ ਪਿਆ ਅੱਖਾਂ ਖਿੱਚ ਪੈ ਗਈ ਗੁਰੂ ਨਾਨਕ ਦੀ ਹੁਣ ਰਿਆ ਨਹੀਂ ਜਾ ਰਿਹਾ ਉਹਨੂੰ ਕਹਿੰਦੇ ਨੇ ਜੋਧ ਜੀ ਨੂੰ ਇੱਥੇ ਮਿਲਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਕਹਿੰਦੇ ਉਹ ਕਰਤਾਰਪੁਰ ਜਾਓ ਦਰਸ਼ਨ ਕਰਾਓ ਜੇ ਤੁਹਾਡੇ ਕਰਮ ਚੰਗੇ ਨੇ ਜਾਓ ਜਾ ਕੇ ਦਰਸ਼ਨ ਕਰਾਓ ਹੁਣ ਜਥਾ ਲੈ ਕੇ ਜਾਣਾ ਸੀ ਮਾਤਾ ਰਾਣੀ ਕੋਲ ਪਾਣੀ ਨੇ ਨਹੀਂ ਖਿੱਚ ਪਾਤੀ ਅੰਦਰ ਨਹੀਂ ਠੰਡ ਪੈ ਗਈ ਸਿਆਣੇ ਬੰਦੇ ਨੂੰ ਤੇ ਇਸ਼ਾਰਾ ਹੀ ਬਣਾ ਹੁੰਦਾ ਓਕੋੜਾ ਜਿਹੜਾ ਸੀ ਨਾ ਉਹ ਕਰਤਾਰਪੁਰ ਮੁੜ ਗਿਆ ਉਹ ਜਦੋਂ ਕਰਤਾਰਪੁਰ ਮੁੜ ਗਿਆ ਤੇ ਜਾ ਕੇ ਸਿੱਧਾ ਗੁਰੂ ਨਾਨਕ ਦੇ ਦਰ ਤੇ ਪਹੁੰਚ ਗਿਆ ਤੇ ਅੱਗੋਂ ਮਿਹਰਬਾਨੀ ਹੋਈ ਗੁਰੂ ਨਾਨਕ ਆਪ ਸੱਚੇ ਪਾਤਸ਼ਾਹ ਅੱਗੇ ਮਿਲ ਗਏ ਨੇ ਕਰਤਾਰਪੁਰ ਦੇ ਬਾਹਰ ਹੀ ਮਿਲ ਗਏ ਨੇ ਤੇ ਕਰਤਾਰਪੁਰ ਦੇ ਬਾਹਰ ਖੜੇ ਮਿਲ ਗਏ ਨੇ ਬ੍ਰਿਧ ਰੂਪ ਚ ਇਹਨਾਂ ਦੀ ਉਮਰ ਸੀ ਕੋਈ 26 ਕੇ ਸਾਲ ਦੀ ਭਾਈ ਲਹਿਣਾ ਜੀ ਦੇ ਨੌਜਵਾਨ ਨੇ ਘੋੜੇ ਤੇ ਬੈਠੇ ਨੇ ਇਹਨਾਂ ਨੇ ਜਾ ਕੇ ਸਿੱਧੀ ਗੱਲ ਕੀਤੀ ਕਿ ਬਾਬਾ ਜੀ ਬਾਬਾ ਜੀ ਕਹਿੰਦੇ ਹੁੰਦੇ ਸੀ ਜਿਹੜੇ ਬਜ਼ੁਰਗ ਹੁੰਦੇ ਸੀ ਪ੍ਰਿਧ ਬੰਦੇ ਨੂੰ ਇਹ ਬਾਬਾ ਜੀ ਗੁਰੂ ਨਾਨਕ ਦਾ ਘਰ ਕਿਹੜਾ ਤੇ ਗੁਰੂ ਨਾਨਕ ਕੋਲੇ ਪੁੱਛਦੇ ਨੇ ਗੁਰੂ ਨਾਨਕ ਦਾ ਘਰ ਕਿਹੜਾ ਜੇ ਗੁਰਨਾਨਕ ਕੀ ਕਰਦੇ ਨੇ ਵੇਖਦੇ ਨੇ ਉਹਨਾਂ ਵੱਲ ਆਪਣੀ ਨਿਗਾਹ ਵੇਖੀ ਨੌਜਵਾਨ ਹੁਣ ਮਾਰੇ ਨੇ ਆਪ ਹੀ ਬੁਲਾਇਆ ਸੱਦਾ ਦੇ ਕੇ ਤੇ ਮਾਰੇ ਨੂੰ ਪਤਾ ਸਾਰਾ ਕੁਝ ਮਾਰੇ ਕਹਿੰਦੇ ਨੇ ਘੋੜੇ ਦੀ ਏਡਾ ਲਗਾਮ ਫੜੀ ਮਾਰੇ ਨੇ ਕਹਿੰਦੇ ਆ ਮੈਂ ਤੈਨੂੰ ਲੈ ਕੇ ਚੱਲਾਂ ਨਾਲ ਅੱਜ ਮੈਂ ਤੈਨੂੰ ਗੁਰਨਾਨਕ ਦੇ ਘਰ ਲੈ ਚੱਲਾਂ ਆਪ ਹੀ ਗੁਰਨਾਨਕ ਘੋੜੇ ਦੀ ਲਗਾਮ ਫੜਦੇ ਨੇ ਤੇ ਲੈਣਾ ਜੀ ਨੂੰ ਆਪ ਆਪਣੇ ਘਰ ਲੈ ਕੇ ਜਾ ਰਹੇ ਨੇ ਸੋਚੋ ਇੱਥੋਂ ਸੋਚਿਓ ਜੇ ਸੋਚ ਹੈ ਜਿੰਨੇ ਮੇਰੇ ਗੁਰੂ ਨਾਨਕ ਦੇ ਘਰ ਜਾਣਾ ਨਾ ਤੇ ਗੁਰੂ ਨਾਨਕ ਨੂੰ ਹੀ ਕਹਿਣਾ ਪੈਣਾ ਲਗਾਮ ਵੀ ਤੂੰ ਫੜ ਤੇ ਆਪਣੇ ਘਰ ਵੀ ਤੂੰ ਲੈ ਕੇ ਜਾਈਂ ਨਹੀਂ ਤੇ ਨਹੀਂ ਪਹੁੰਚ ਸਕਦੇ ਅਸੀਂ ਸਮਝ ਪਈ ਗੱਲ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਜੇ ਗੁਰੂ ਨਾਨਕ ਦੇ ਘਰ ਜਾਣਾ ਤੇ ਗੁਰੂ ਨਾਨਕ ਨੂੰ ਹੀ ਕਹਿਣਾ ਪੈਣਾ ਮੇਰੀ ਲਗਾਮ ਤੂੰ ਫੜ ਤੇ ਮੈਨੂੰ ਆਪ ਆਪਣੇ ਘਰ ਲੈ ਕੇ ਜਾ ਉਹ ਵਿਦ ਆਪ ਬਣਾਵੇਗਾ ਜੋ ਤੁਸੀਂ ਕੋਈ ਗੁਰੂ ਤਰਨ ਕਰਨਾ ਗੁਰੂ ਘਰ ਜਾਣਾ ਤੇ ਤੁਹਾਨੂੰ ਖਾਲੀ ਹੋ ਕੇ ਜਾਣਾ ਪੈਣਾ ਤੁਹਾਨੂੰ ਕੋਈ ਸੋਚ ਰੱਖ ਕੇ ਮਿੱਥ ਕੇ ਨਹੀਂ ਜਾਣਾ ਪੈਣਾ ਕਿ ਮੈਂ ਗੁਰੂ ਕਿਹੜਾ ਤਾਰਨ ਤੁਸੀਂ ਜਿਹੜੀਆਂ ਸੋਚਾਂ ਲੈ ਕੇ ਬੈਠੇ ਹੋ ਪਹਿਲਾਂ ਹੀ ਬੰਦਿਆਂ ਨੇ ਨਾ ਰੂਪ ਧਾਰਨ ਕੀਤੇ ਨੇ ਮੈਂ ਇਦਾਂ ਦਾ ਗੁਰੂ ਉਹ ਇਦਾਂ ਕਰੇ ਉਹ ਇਦਾਂ ਦੀ ਕੋਈ ਚੀਜ਼ ਨਾ ਲੈ ਕੇ ਜਾਓ ਆਪਣੇ ਆਪ ਨੂੰ ਖਾਲੀ ਕਰਕੇ ਜਾਓ ਤੇ ਗੁਰੂ ਦੇ ਦਰਵਾਜੇ ਤੇ ਜਾ ਕੇ ਕਹੋ ਗੁਰੂ ਤੂੰ ਮੈਨੂੰ ਸੇਵਕ ਬਣਾਉਣਾ ਮੈਂ ਤੈਨੂੰ ਗੁਰੂ ਥੋੜੀ ਬਣਾਉਣਾ ਤੂੰ ਮੈਨੂੰ ਸੇਵਕ ਬਣਾਉਣਾ ਗੱਲ ਤਾਂ ਗੁਰੂ ਨੇ ਬਣਾਉਣੀ ਹੈ ਮੈਂ ਕੌਣ ਹਾਂ ਗੁਰੂ ਬਣਾਉਣ ਵਾਲਾ ਮੇਰੇ ਕੋਲ ਕਿਹੜੀ ਤਾਕਤ ਹੈ ਜਿਹੜਾ ਮੈਂ ਗੁਰੂ ਬਣਾ ਲਵਾਂ ਹੈ ਕੋਈ ਤਾਕਤ ਦੱਸਿਓ ਜਰਾ ਉਹਦੀ ਤਾਕਤ ਅਸੀਂ ਸੇਵਕ ਉਹਨੇ ਬਣਾਇਆ ਸਿੱਖ ਬਣਾਇਆ ਸੇਵਕ ਬਣਾਇਆ ਇਹ ਉਹਦੀਆਂ ਮਿਹਰਬਾਨੀਆਂ ਨੇ ਗਰੀਬ ਨਵਾਜ਼ੀਆਂ ਨੇ ਕਰਮ ਨਵਾਜ਼ੀਆਂ ਨੇ ਕਿ ਸਾਨੂੰ ਨੇ ਆਪਣਾ ਬੰਦਾ ਬਣਾ ਲਿਆ ਸਾਡੇ ਕੋ ਕਿਹੜੀ ਤਾਕਤ ਹੁਣ ਮਹਾਰਾਜ ਜੀ ਨੇ ਕੀ ਕੀਤਾ ਘੋੜੇ ਦੀ ਲਗਾਮ ਫੜੀ ਔਰ यही चीज कृष्ण ਮਹਾਰਾਜ ਜੀ ਕੇ ਸਮੇਂ ਹੋਈ ਇਹ ਵੀ ਮੈਂ ਤੁਹਾਨੂੰ ਸੁਣਾ ਦਿੰਨਾ ਜਿਹੜੇ ਭਗਵਾਨ कृष्ण ਜਦੋਂ ਰੱਥ ਤੇ ਬੈਠੇ ਨੇ ਅਰਜੁਨ ਦੇ ਨਾਲ ਉਹ 35 ਮਿੰਟ ਗੀਤਾ ਉਪਦੇਸ਼ ਚਲਾਉਣਾ ਸੀ 35 ਮਿੰਟ 35 ਮਿੰਟ ਸਾਸੰਗ ਗੀਤਾ ਮਾਰਾਈ ਨੇ ਕ੍ਰਿਸ਼ਨ ਮਾਰਾਈ ਨੇ ਗੀਤਾ ਸਾੜੀ 35 ਮਿੰਟ ਵਿੱਚ ਪੜ੍ਹ ਛੜੀ ਸੀ ਸ਼ਲੋਕ ਬੋਲੇ ਨਾ ਸੰਸਕ੍ਰਿਤ ਚ ਤੇ ਕੋਈ ਉਹ ਕੰਮ ਵੱਡਾ ਨਹੀਂ ਸੀ ਸ਼ਲੋਕ ਬੋਲਦੇਗੇ ਅਰਜੁਨ ਨੂੰ ਸਮਝ ਆਉਂਦਾ ਗਿਆ ਅਰਜੁਨ ਦੇ ਕਬੜ ਖੁੱਲਦੇਗੇ ਸ਼ਲੋਕ ਬੋਲਦੇਗੇ 35 ਮਿੰਟ ਲੱਗੇ ਬਸ ਪਰ 35 ਮਿੰਟ ਤੋਂ ਪਹਿਲਾਂ ਜਦੋਂ ਰੱਥ ਤੇ ਬੈਠਣ ਲੱਗੇ ਨੇ ਕ੍ਰਿਸ਼ਨ ਮਹਾਰਾ ਜੀ ਤੇ ਕਿਵੇਂ ਬੈਠਣ ਲੱਗੇ ਨੇ अर्जुन ਨੂੰ ਕਹਿੰਦੇ ਨੇ ਅਰਜੁਨ ਮੈਂ ਬੈਠਣ ਲੱਗਾ ਰੱਥ ਤੇ ਤੇ ਜਦੋਂ ਕ੍ਰਿਸ਼ਨ ਮਹਾਰਾਜ ਨੇ ਰੱਥ ਦੇ ਉੱਤੇ ਪੈਰ ਰੱਖ ਕੇ ਤੇ ਚੜ ਕੇ ਉੱਪਰ ਚੌਂਕੜੀ ਮਾਰ ਕੇ ਉੱਪਰ ਜਾ ਕੇ ਬੈਠੇ ਨੇ ਰੱਥ ਤੇ ਤੇ ਘੋੜਿਆਂ ਦੀ ਲਗਾਮ ਫੜੀ ਅਰਜੁਨ ਟਹਾ ਮਾਰ ਕੇ ਰੋਇਆ ਥੇ ਕਿਉਂ ਰੋਇਆ ਤੇ ਕ੍ਰਿਸ਼ਨ ਮਾਰੇ ਨੂੰ ਕਹਿੰਦਾ ਮਹਾਰਾਜ ਜੀ ਪੰਜ ਘੋੜੇ ਸੀ ਨਾ ਲੱਗੇਦੇ ਉਹਦੇ ਰੱਥ ਦੇ ਪੰਜ ਘੋੜੇ ਸੀ ਤੇ ਇੱਕ ਇੱਕ ਘੋੜੇ ਨੂੰ ਕਹਿੰਦਾ ਕਿੰਦਾ ਇੱਕ ਕਾਮ ਦਾ ਘੋੜਾ ਇੱਕ ਕ੍ਰੋਧ ਦਾ ਘੋੜਾ ਇਹ ਮੇਰਾ ਹੰਕਾਰ ਦਾ ਘੋੜਾ ਇਹ ਮੇਰਾ ਮੋਹ ਦਾ ਘੋੜਾ ਇਹ ਮੇਰਾ ਲੋਭ ਦਾ ਘੋੜਾ ਮਹਾਰਾਜ ਜੀ ਹੁਣ ਲਗਾਮ ਤੁਹਾਡੇ ਹੱਥਾਂ ਗਈ ਜੇ ਇਹ ਅਰਜੁਨ ਦੇ ਪੰਜ ਘੋੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਵਕਾਰਾਂ ਦੇ ਘੋੜੇ ਨੇ ਤੇ ਮਹਾਰਾਜ ਜੀ ਖਿੱਚ ਕੇ ਰੱਖਿਓ ਅਰਜੁਨ ਦੇ ਕਿਤੇ ਘੋੜੇ ਨਾ ਇੱਧਰ ਉੱਧਰ ਹੋ ਜਾਣ ਤੁਹਾਡਾ ਜੋਗਾ ਰਵੇ ਇਹੋ ਘੋੜੇ ਨਾ ਤੰਕਰੇ ਇਹ ਤੁਹਾਡੇ ਹੋ ਗਿਆ ਅਜ ਤੋਂ ਬਾਅਦ ਤੁਸੀਂ ਫੜ ਲਓ ਲਗਾਮ ਇਹਦੀ ਖਿੱਚ ਕੇ ਪਸ ਕ੍ਰਿਸ਼ਨ ਮਾਰੇ ਨੂੰ ਕਹਿ ਤਰਜਨ ਤੇ ਮਾਰੇ ਨੇ ਕਿਹਾ ਪੁੱਤਰ ਲੈ ਮੈਂ ਤੇਰੇ ਘੋੜੇ ਫੜ ਲੇ ਲਗਾਮ ਫੜ ਲਈ ਕੁੱਟ ਕੇ ਪਤੋ ਸੀ ਵੀ ਕਹਿ ਦੋ ਰੱਬ ਨੂੰ ਮੇਰੀ ਲਗਾਮ ਫੜ ਲੈ ਪ੍ਰਭੂ ਲੈ ਚਲ ਮੈਨੂੰ ਇਸ ਪਵ ਸਾਗਰ ਤੋਂ ਬਾਹਰ ਕਹਿਣਾ ਪਵੇਗਾ ਤੁਹਾਨੂੰ ਕਹਿਣਾ ਪਵੇਗਾ ਕਿ ਮੈਂ ਕਾਮਵਾਸਨਾ ਤੋਂ ਮੁਕਤ ਹੋਣਾ ਚਾਹਨਾ ਰੋਣਾ ਪਵੇਗਾ ਰੱਬ ਅੱਗੇ ਤੁਹਾਡੀ ਕਾਮਵਾਸਨਾ ਉਸ ਦਿਨ ਤੋਂ ਬਾਅਦ ਮੁਕਤ ਹੋਣੀ ਸ਼ੁਰੂ ਹੋ ਜਾਏਗੀ ਕਹਿਣਾ ਪਵੇਗਾ ਔ ਲੋਕ ਕਹਿੰਦੇ ਨਹੀਂ ਔ ਲੋਕੀ ਕਹਿੰਦੇ ਨਹੀਂ ਕਿ ਕਰੋਧ ਤੋਂ ਮੁਕਤ ਕਰੋ ਪ੍ਰਭੂ ਕਿਉਂਕਿ ਲੋਕਾਂ ਨੂੰ ਸਵਾਦ ਆਂਦਾ ਗੁੱਸਾ ਕਰਕੇ ਕਦੀ ਨਹੀਂ ਕਿਹਾ ਤੁਸੀਂ ਕਿ ਗੁਰੂ ਮਹਾਰਾਜ ਜੀ ਮੇਰਾ ਗੁੱਸਾ ਮਾਰੋ ਕਿਉਂਕਿ ਤੁਹਾਨੂੰ ਕਹਿਣਾ ਹੀ ਨਹੀਂ ਆਇਆ ਤੁਸੀਂ ਮਾਰੇ ਨੂੰ ਕੌਣ ਨਾ ਮੇਰਾ ਕਰੋਧ ਮਾਰੋ ਮੇਰਾ ਕਾਮ ਮਾਰੋ ਮੇਰਾ ਹੰਕਾਰ ਮਾਰੋ ਮਹਾਰਾਜ ਜੀ ਮਾਰੋ ਇੱਥੇ ਤੇ ਜੇ ਨਾ ਮਾਰੇ ਤੇ ਉਹਨੂੰ ਰੱਬ ਹੀ ਨਹੀਂ ਕਹੀਂ ਕਹੋ ਉਹਨੇ ਭੋਲੀ-ਵਲੀ ਖਤਮ ਕਰਨਾ ਸ਼ੁਰੂ ਕਰ ਦੇਣਾ ਜਦੋਂ ਮੰਗੋ ਇਹੀ ਮੰਗੋ ਮਹਾਰਾਜ ਜੀ ਮੇਰਾ ਖਤਮ ਕਰ ਦਿਓ ਇਹ ਮੇਰਾ ਖਤਮ ਕਰ ਦਿਓ ਇਹ ਮੇਰਾ ਵਿਨਾਸ਼ ਕਰ ਦਿਓ ਇਹ ਮੇਰਾ ਅੰਤ ਕਰ ਦਿਓ ਮੰਗੀ ਜਾਓ ਮੰਗੀ ਜਾਓ ਮੰਗੀ ਜਾਓ ਜਦੋਂ ਤੱਕ ਮੰਗੋ ਉਦੋਂ ਤੱਕ ਮੰਗੋ ਜਦੋਂ ਤੱਕ ਤੁਹਾਨੂੰ ਦੇਂਦਾ ਨਹੀਂ ਉਹਨੇ ਤੁਹਾਨੂੰ ਦੇਈ ਜਾਣਾ ਉਹਨੇ ਕਹਣਾ ਇਹ 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 ਨੂੰ ਮੁਕਤ ਕਰ ਦੇ ਪਏ ਜਦੋਂ ਤੁਹਾਡੇ ਕੋ ਪੰਜ ਵਿਕਾਰ ਮੁਕਤ ਹੋ ਗਏ ਇਹ ਤੁਸੀਂ ਤੇ ਚਮਕਾਂ ਮਾਰਨੀ ਆ ਤੁਹਾਂ ਤੇ ਮਾਰੇ ਦੇ ਬੰਦੇ ਬਣ ਗਏ ਤੁਸੀਂ ਤੇ ਰੱਬ ਦੇ ਰੂਪ ਹੋ ਗਏ ਉਹ ਖਾਲਸਾ ਇਹ ਖਾਲਸ ਸ਼ਬਦ ਮਾਰੇ ਨੇ ਬਣਾ ਖਾਲਸ ਪਿਓਰ ਪਿਓਰ ਹੋ ਗਏ। ਇੱਕਦਮ ਪਿਓਰ ਜਿਹਦੇ ਵਿੱਚ ਕੋਈ ਖੋਟ ਨਹੀਂ। ਇੱਕਦਮ ਖਾਲਸ। ਇੱਕਦਮ ਪਿਓਰਿਟੀ ਚ ਇੱਕਦਮ ਸਾਫ਼ ਸੁਥਰਾ پاک ਪਵਿੱਤਰ ਇਨਸਾਨ ਬਣ ਗਿਆ। ਹੁਣ ਰੱਬ ਦਾ ਬੰਦਾ ਬਣ ਗਿਆ। ਸਮਝ ਆ ਗਈ? ਨਾਮ ਦਾ ਨਹੀਂ। ਹੁਣ ਜੀਵਨ ਪਲਟ ਗਿਆ। ਤੇ ਗੁਰੂ ਨਾਨਕ ਦੇ ਘਰ ਵਿੱਚ ਮਹਾਰਾਜ ਜੀ ਆਪ ਲੈ ਕੇ ਗਏ ਨਹੀਂ ਲਗਾਮ ਪੜ ਕੇ ਤੇ ਪਹੁੰਚ ਗਏ ਨੇ ਅੱਗੇ ਘਰ ਪਹੁੰਚ ਕੇ ਲੈਣਾ ਜਿਹਨੂੰ ਕਹਿੰਦੇ ਨੇ ਇਹ ਹੈ ਗੁਰਨਾਨਕ ਦਾ ਘਰ ਲਾ ਘੋੜਾ ਆਪਣਾ ਇੱਥੇ ਬੰਨਦੇ ਆਪਣੇ ਘੋੜੇ ਨੂੰ ਇੱਥੇ ਤੇ ਉਤਰ ਕੇ ਉਹ ਘੜਾ ਪਿਆਈ ਹੱਥ ਤੋਂ ਤੇ ਅੰਦਰ ਆ ਕੇ ਬਹਿ ਕਮਰੇ 'ਚ ਉੱਥੇ ਤੈਨੂੰ ਗੁਰਨਾਨਕ ਮਿਲੇਗਾ ਆਪ ਜਾ ਕੇ ਚੌਂਕੜਾ ਮਾਰ ਕੇ ਤਖਤ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਗਏ ਨੇ ਆਪ ਤੇ ਜਦੋਂ ਲੈਣਾ ਜੀ ਆਏ ਮਾਰੇ ਨੂੰ ਵੇਖਿਆ ਹੈ ਇਹ ਤੇ ਉਹੀ ਨੇ ਜਿਹੜੇ ਮੈਨੂੰ ਲੈ ਕੇ ਆਏ ਨੇ ਮੈਨੂੰ ਘੋੜੇ ਤੇ ਤੇ ਹੋਰ ਮਨ ਪਰ ਗਿਆ ਜਾ ਕੇ ਕੋਲ ਜਾ ਕੇ ਮੱਥਾ ਟੇਕਿਆ ਮਾਫੀ ਮੰਗੀ ਕਿ ਮੈਂ ਤੁਹਾਨੂੰ ਪਛਾਨਿਆ ਨਹੀਂ ਤੁਸੀਂ ਗੁਰਨਾਨਕ ਸੀ ਮੈਂ ਘੋੜੇ ਤੇ ਬੈਠਾ ਰਿਆ ਤੁਸੀਂ ਪੈਦਲ ਚੱਲ ਚੱਲ ਕੇ ਆਏ ਮੈਂ ਤੋਹੀਨ ਕੀਤੀ ਮਾਰੇ ਨੇ ਕਿਹਾ ਅੱਛਾ ਠੀਕ ਹੈ ਮਾਰੇ ਬੋ ਘੱਟ ਬੋਲਦੇ ਹੁੰਦੇ ਸੀ ਜਿਆਦਾ ਨਹੀਂ ਸਿੱਪ ਬੋਲਦੇ ਜਿਹੜੇ ਵੱਡੇ ਮਹਾਪੁਰਖ ਹੁੰਦੇ ਨੇ ਬੋਲਦੇ ਹੀ ਨਹੀਂ ਇਹ ਬੁਲਾਇਆ ਵੀ ਨਹੀਂ ਬੋਲਦੇ ਚੁੱਪ ਰਹਿੰਦੇ ਨੇ ਚੁੱਪ ਵਿੱਚ ਤਾਕਤ ਬੜੀ ਹੈ ਜਿਹੜਾ ਬੰਦਾ ਚੁੱਪ ਹੋ ਗਿਆ ਨਾ ਤਾਕਤ ਹੈ ਬੋਲਣ ਲੱਗ ਪਿਆ ਉਹ ਐਵੇਂ ਐਵੇਂ ਬੋਲੀ ਜਾਏਗਾ ਬੋਲਣ ਵਿੱਚ ਤਾਕਤ ਨਹੀਂ ਹੈ ਚੁੱਪ ਚ ਤਾਕਤ ਰੱਬ ਚੁੱਪ ਹੈ ਸਾਇਲੈਂਟ ਬੋਲਦਾ ਨਹੀਂ ਚੁੱਪ ਚ ਤਾਕਤ ਮਹਾਰਾਜੀ ਨੇ ਇੱਕੋ ਸਵਾਲ ਕੀਤਾ ਤੁਹਾਡਾ ਨਾਮ ਕੀ ਹੈ ਤੂੰ ਕਹਿੰਦੇ ਲੈਣਾ ਮੇਰਾ ਨਾਮ ਹੈ ਕਹਿੰਦੇ ਫਿਰ ਜਿਹੜਾ ਲੈਣ ਆਉਂਦਾ ਨਾ ਪੁੱਤਰ ਜਿਹੜਾ ਲੈਣ ਆਉਂਦਾ ਤੁਸੀਂ ਲੈਣਾ ਜੀਓ ਤੁਸੀਂ ਲੈਣ ਵਾਸਤੇ ਆਏ ਹੋ ਤਾਂ ਤੁਸੀਂ ਘੋੜੇ ਤੇ ਚੜ ਕੇ ਆਓਗੇ ਤੇ ਮੈਂ ਤੁਹਾਨੂੰ ਦੇਣਾ ਆ ਤੇ ਮੈਂ ਤਾਂ ਥੱਲੇ ਖੜੇ ਹੋ ਕੇ ਦਵਾਂਗਾ ਨਾ ਤੁਸੀਂ ਤੇ ਮੇਰੇ ਮੈਂ ਤੁਹਾਡਾ ਕਰਜ਼ਾ ਦੇਣਾ ਤੁਸੀਂ ਮੇਰੇ ਕੋਲ ਲੈਣਾ ਮੈਂ ਤੁਹਾਡਾ ਦੇਣਾ ਨਾਨਕ ਨੇ ਤੁਹਾਡਾ ਦੇਣਾ ਤੇ ਤੁਸੀਂ ਲੈਣਾ ਇਹ ਦੇਖੋ ਸੰਬੰਧ ਬਣਾ ਲਿਆ ਉੱਥੇ ਜੋੜਾ ਕੋੜੇ ਤੇ ਚੜ ਕੇ ਤੈਨੂੰ ਆਣਾ ਹੀ ਪੈਣਾ ਹੈ ਇੱਥੇ ਗੱਲ ਬਣ ਗਈ ਚਲੋ ਇਹ ਹੈ ਗੁਰੂ ਦੀ ਕਿਰਪਾ ਤੁਹਾਨੂੰ ਮਜ਼ਬੂਤ ਬੰਨਾ ਪੈਣਾ ਸਾਰਿਆਂ ਨੂੰ ਤਾਕਤਵਰ ਮਜ਼ਬੂਤ ਆਪਣੀ ਆਪ ਨੂੰ ਮਜ਼ਬੂਤ ਬਣਾਣਾ ਹੌਸਲਾ ਬਲੰਦ ਕਰਨਾ ਪੈਣਾ ਇੱਕ ਤਾਕਤ ਦਮਦਲੀ ਰੱਖਣੀ ਪੈਣੀ ਇਹ ਸੋਚਣਾ ਪੈਣਾ ਕਿ ਮੈਂ ਥੜਕਾਂ ਨਾ ਕਦੇ ਵੀ ਮੈਂ ਮਾਰੇ ਦਾ ਹੋ ਜਾਂ ਡੱਟ ਕੇ ਇੱਕ ਮਜਬੂਤ ਸੇਵਕ ਬਣਾ ਬਸ ਤੁਰਦਾ ਜਾਮਾ ਅੱਜ ਨਹੀਂ ਤੇ ਕੱਲ ਮੇਰਾ ਮਿਲਾਪ ਪੱਕਾ ਮੈਂ ਮਹਾਰਾ ਜੀ ਨੂੰ ਮਿਲਾਂਗਾ ਅੱਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋਮਚੰਦਨੀ ਮੈਂ ਤਾਂ ਮਿਲ ਹੀ ਜਾਣਾ ਰੱਬਨ ਗੱਲ ਬਣ ਜਣੀ ਜੀ ਮਹਾਪੁਰਖ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕਿੰਨੂ ਵਿਚੋਲਾ ਬਣਾਓਗੇ ਰੱਬ ਦੇ ਵਿੱਚ ਕਿਨੂ ਪਾਓਗੇ ਕੋਈ ਵਿੱਚ ਨਹੀਂ ਪਿੰਦਾ ਕੋਈ ਵਿਚੋਲਾ ਨਹੀਂ ਰੱਬ ਨਾਲ ਸਿੱਧੀ ਗੱਲਬਾਤ ਕਰੋ ਉਹ ਸਿੱਧੀ ਗੱਲਬਾਤ ਕਦੋਂ ਹੋਣੀ ਹੈ ਨਾਮ ਜਪ ਕੇ ਤੁਹਾਨੂੰ ਨਾਮ ਮਿਲਿਆ ਹੋਇਆ ਤੁਸੀਂ ਪ੍ਰਭ ਅਬਨਾਸ਼ੀ ਅੰਤਰੀਆਮੀ ਦੀ ਆਵਾਜ਼ਾਂ ਮਾਰੋ ਰੋਜ਼ ਮਾਰੋ ਉਸ ਨੂੰ ਯਾਦ ਕਰੋ ਉਹਨੂੰ ਰੋਜ਼ ਦੱਸੋ ਅਸੀਂ ਦਰਸ਼ਨਾਂ ਦੇ ਭੁੱਖੇ ਆ ਅਸੀਂ ਸ਼ਰਨ ਦੇ ਭੁੱਖੇ ਆ ਸਾਨੂੰ ਸ਼ਰਨ ਦੇ ਸ਼ਰਨਾਈ ਦੇ ਪਾਰ ਬ੍ਰह्म ਸ਼ਰਨਾਈ ਤੇਰੀ ਸ਼ਰਨ ਚਾਹੀਦੀ ਹੈ ਤੇਰੇ ਦਰਸ਼ਨ ਚਾਹੀਦੇ ਨੇ ਮਹਾਰਾਜ ਸਾਡੀ ਭੁੱਖ ਮਿਟਣੀ ਤਾਂ ਹੀ ਹੈ ਰੋਜ ਰੋਵੋ ਸੇਰੇ ਵੀ ਰੋਵੋ ਰਾਤੀ ਵੀ ਰੋਵੋ ਦਿਨੇ ਵੀ ਰੋਵੋ ਬਾਰ ਬਾਰ ਰੋਵੋ ਇੱਕ ਗੱਲ ਬਾਰ ਬਾਰ ਪ੍ਰਮਾਤਮਾ ਨੂੰ ਕਰੋ ਤਾਂ ਕਿ ਪ੍ਰਮਾਤਮਾ ਨੂੰ ਦਇਆ ਆ ਜਾਵੇ ਤੇ ਤਰਸ ਕਰਕੇ ਪ੍ਰਮਾਤਮਾ ਸਾਡੇ ਰਸਤੇ ਖੋਲ ਦੇ ਸਾਰੇ ਜੀ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਲੇਖਨਾ ਮਿਟੇ ਸਖੀ ਦੇ ਜੋ ਲਿਖਿਆ ਕਰਤਾ ਹੁਣ ਪਰਮਾਤਮਾ ਨੇ ਸਭ ਕੁਝ ਪਹਿਲਾਂ ਤੋਂ ਤੈਅ ਕੀਤਾ ਹੋਇਆ ਜੇ ਅਸੀਂ ਕਹੀਏ ਕਿ ਤੂੰ ਲਿਖ ਦੇ ਮਹਾਰਾਜ ਕਹਿੰਦੇ ਨੇ ਜੋ ਕੁਝ ਬਣਾਇਆ ਪਰਮਾਤਮਾ ਨੇ ਉਹਨੇ ਬਣਾ ਦਿੱਤਾ ਹੈ ਤੁਸੀਂ ਕੇਵਲ ਪਰਮਾਤਮਾ ਨੂੰ ਖੁਸ਼ ਕਰੋ ਉਹ ਆਪਣੇ ਆਪ ਲਕੀਰਾਂ ਪਲਟ ਦੇਵੇਗਾ ਤੁਹਾਨੂੰ ਰੱਬ ਨੂੰ ਨਹੀਂ ਕਹਿਣ ਦੀ ਲੋੜ ਮਹਾਰਾਜ ਜੀ ਲਕੀਰਾਂ ਪਲਟੋ ਲੇਖ ਬਦਲੋ ਤੁਸੀਂ ਪਰਮਾਤਮਾ ਦੀ ਸ਼ਰਨ ਤੇ ਆ ਜਾਵੋ ਤੇ ਪਰਮਾਤਮਾ ਉਸ ਦਿਨ ਤੋਂ ਬਾਅਦ ਤੁਹਾਡੇ ਸਾਰੇ ਦੁੱਖ ਆਪਣੇ ਬਣਾ ਲਵੇਗਾ ਕਹਿੰਦੇ ਨੇ ਰੱਬ ਦੇ ਚਰਨਾਂ 'ਚ ਜਾ ਕੇ ਜੁੜ ਜਾਈਏ ਰੱਬ ਸਾਡੇ ਅੱਧੇ ਤੋਂ ਜ਼ਿਆਦਾ ਕੰਮ ਉਸੇ ਵਕਤ ਕਰ ਦਿੰਦਾ ਤੇ ਜਿਉਂ-ਜਿਉਂ ਬੰਦਾ ਜ਼ਿਆਦਾ ਜੁੜੀ ਜਾਂਦਾ ਜੁੜੀ ਜਾਂਦਾ ਜੁੜੀ ਜਾਂਦਾ ਔਰ ਰੱਬ ਦੇਖਦਾ ਤੋਂ ਦਾ ਇਹ ਬੰਦਾ ਮੇਰੇ ਤੇ ਯਕੀਨ ਭਰੋਸਾ ਕਰਦਾ ਜੁੜਿਆ ਕਿ ਨਹੀਂ ਜੁੜਿਆ ਇਹ ਅੰਦਰੋਂ ਜੁੜਿਆ ਕਿ ਨਹੀਂ ਜੁੜਿਆ ਜਦੋਂ ਰੱਬ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਰੱਬ ਪਸੰਦ ਹੋ ਜਾਂਦਾ ਤੇ ਫਿਰ ਰੱਬ ਤੁਹਾਡੇ ਸਾਰੀ ਕਿਸਮਤ ਪਲਟ ਕੇ ਰੱਖ ਦਿੰਦਾ ਫਿਰ ਜੋ ਕੁਝ ਨਹੀਂ ਲਿਖਿਆ ਉਹ ਵੀ ਲਿਖ ਦਿੰਦਾ ਤੁਹਾਡੇ ਤੁਹਾਡੇ ਵਾਸਤੇ ਇਹ ਹੈ ਰੱਬ ਦੀ ਲੀਲਾ ਜੀ ਵੱਡ ਪਾਗੀ ਮੇਰਾ ਪ੍ਰਭ ਮਿਲੈ ਉਤਰੇ ਸਭ ਬਿਯੋਗ ਰੱਬ ਵੱਡ ਭਾਗੀ ਮਿਲਦਾ ਇਹ ਵੱਡੇ ਭਾਗਾਂ ਦਾ ਕੰਮ ਹੈ ਇਹ ਆਮ ਕੰਮ ਨਹੀਂ ਹੈ ਕੋਈ ਛੋਟੀ ਗੱਲ ਨਹੀਂ ਹੈ ਇਹ ਤੁਸੀਂ ਸੋਚੋ ਮਖੌਲ ਬਣਾ ਲਿਆ ਜੀ ਚਲੋ ਜੀ ਰੱਬ ਦੀ ਦੁਨੀਆ ਜਾਈਏ ਨਹੀਂ ਐਦਾਂ ਨਹੀਂ ਇਹ ਵੱਡੀ ਗੱਲ ਹੈ ਰੱਬ ਮਿਲਣਾ ਵੱਡ ਭਾਗਿਆ ਇਹ ਵੱਡ ਭਾਗੀ ਹੋ ਤੁਸੀਂ ਤੁਹਾਨੂੰ ਰੱਬ ਮਿਲੇਗਾ ਅ ਜਦੋਂ ਮਿਲੇਗਾ ਗੱਲ ਬਣ ਜੇਗੀ ਹੁਣ ਰੱਬ ਦੇ ਮਗਰ ਚੱਲਣਾ ਇਹ ਕਰਮ ਕਮਾਉਣ ਦਾ ਮਹੀਨਾ ਹੈ ਇਹ ਕਰਮ ਕਮਾਣੇ ਨੇ ਇਹਨਾਂ ਵਿੱਚ ਕਰਮ ਕਮਾਣੇ ਨੇ ਆਪ ਜੀ ਨੇ ਉਹ ਕਿਹੜੇ ਕਰਮ ਕਰਨੇ ਨੇ ਪ੍ਰਮਾਤਮਾ ਨੂੰ ਮਿਲਣਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਦਿਨ ਰਾਤ ਜਪਣਾ ਅਠੋ ਪੈਰ ਜਪਣਾ ਨਾਮ ਦੀ ਗੱਲ ਕਰਨੀ ਜਿੱਥੇ ਬਹਿਣਾ ਨਾਮ 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 ਦੀ ਗੱਲ ਕਰੋ ਨਾਮ ਜਪਣਾ ਬਸ ਕਿਉਂਕਿ ਬਾਣੀ ਨੇ बार-बार ਸਾਨੂੰ ਇਹ ਗੱਲ ਸਮਝਾ ਦਿੱਤੀ ਹੈ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਜਿਨ੍ਹੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੀ ਨਾਮ ਧਿਆਇਆ ਗਏ ਮੁਸਕਤ ਕਾਲ ਜਿਨੇ ਨਾਮ ਜਪ ਲਿਆ ਨਾਮ ਦੀ ਗੱਲ ਕਰ ਦਿੱਤੀ ਨਾਨਕਾ ਉਹਦਾ ਬੇੜਾ ਪਾਰ ਹੋ ਗਿਆ ਰੀਈ ਕੱਖ ਨਹੀਂ ਮਗਰ ਨਾਮ ਦੀ ਗੱਲ ਹੈ ਤੇ ਤੁਸੀਂ ਨਾਮ ਨਾਲ ਹੀ ਜੁੜ ਕੇ ਤ੍ਰਿਪਤ ਹੋਣਾ ਹੈ ਜਨਮਾਂ ਜਨਮਾਂ ਦੀ ਤ੍ਰਿਪਤੀ ਹੋਣੀ ਹੈ ਜਨਮਾਂ ਜਨਮਾਂ ਦੀ ਭੁੱਖ ਤੇ ਪਿਆਸ ਮਿਟ ਜਾਣੀ ਹੈ ਜਪ ਲਿਆ ਕਰੋ ਅੱਧਾ ਪੌਣਾ ਘੰਟਾ ਲਾ ਲਿਆ ਕਰੋ ਕਿਹੜਾ ਲਾਣਾ ਹੁੰਦਾ ਬਸ ਟੀਵੀ ਵੇਖਦੇ ਹੋ ਨਾ ਤੇ ਟੀਵੀ ਦੀ ਖਿੱਚ ਪੈਂਦੀ ਕਿ ਟੀਵੀ ਵੇਖ ਲਓ ਕੋਈ ਨਾਟਕ ਨਾ ਛੋਟ ਛੋਟ ਛੁੱਟ ਜੇ ਕੋਈ ਡਰਾਮਾ ਨਾ ਛੁੱਟ ਜੇ ਕੋਈ ਤੁਹਾਡੀ ਫਿਲਮ ਨਾ ਛੁੱਟ ਜੇ ਤੁਹਾਡੇ ਅੰਦਰ ਖਿੱਚ ਪਈ ਹੁੰਦੀ ਕੋਈ ਲਾਲੋ ਟੀਵੀ ਅਖਬਾਰਾਂ ਫੜ ਕੇ ਬੈਠੇ ਰਹਿੰਦੇ ਹੋ ਅਖਬਾਰਾਂ ਪੜ ਲਓ ਕੀ ਖਬਰਾਂ ਨੇ ਉਹ ਹੀ ਘੁੰਮ ਘੁਮਾ ਕੇ ਸੇਮ ਖਬਰਾਂ ਨੇ ਕਿਸੇ ਨੇ ਗਲਾ ਵੜਤਾ ਕਿਸੇ ਨੇ ਕਿਸ ਦੀ ਹੱਤਿਆ ਕਰ ਦਿੱਤੀ ਕਿਸੇ ਨੇ ਕਿਸ ਦਾ ਧੰਨ ਲੁੱਟ ਲਿਆ ਕਿਸੇ ਨੇ ਕਿਸੇ ਨੂੰ ਮਾਰ ਦਿੱਤਾ ਕਿਸੇ ਨੇ ਕਿਸੇ ਕੋ ਕੁਝ ਖੋ ਲਿਆ ਹੋਰ ਤਾਂ ਕੋਈ ਕਹਾਣੀਆਂ ਨਹੀਂ ਉਹ ਹੀ बार-बार ਪੜ ਪੜ ਕੇ ਤੁਸੀਂ ਦੁਖੀ ਵੀ ਹੁੰਦੇ ਹੋ ਖੁਸ਼ ਵੀ ਹੁੰਦੇ ਹੋ ਕੀ ਕੀ ਹੋ ਰਿਹਾ ਸੰਸਾਰ 'ਚ ਤੇ ਜੇ ਉਹਦੀ ਜਗ੍ਹਾ ਮੰਨ ਲਓ ਜੇ ਤੁਹਾਡੇ ਹੱਥ 'ਚ ਬਾਣੀ ਹੋਵੇ ਤੇ ਤੁਹਾਡੇ ਹੱਥ ਵਿੱਚ ਮਾਰੇ ਦਾ ਨਾਮ ਹੋਵੇ ਸ਼ਬਦ ਹੋਵੇ ਤੇ ਤੁਹੇ ਕਿੰਨਾ ਮਜ਼ਾ ਆਵੇ ਤੁਹਾਨੂੰ ਖਿੱਚ ਪਵੇ ਜੇ ਦੋ ਘੜੀ ਪ੍ਰਮਾਤਮਾ ਨੂੰ ਯਾਦ ਕਰ ਹੀ ਲਿਆ ਕਰੋ ਔਖੇ ਸਖਿਓਗੇ ਕੀ ਜਾਂਦਾ ਤੁਹਾਡਾ ਦੱਸੋ ਜਰਾ ਮੈਨੂੰ ਕੋਈ ਲੱਗਦਾ ਕੋਈ ਔਖਾ ਕੰਮ ਲੱਗਦਾ ਤੁਸੀਂ ਨਾਮ ਜਪਣਾ ਜਪ ਲਿਆ ਕਰੋ ਬਸ ਕਿਹੜਾ ਲਾ ਲਿਆ ਕਰੋ ਬਸ ਬੈਠ ਜਾ ਕਰੋ ਸਮਾਧੀ ਲਾ ਕੇ ਤੇ ਮਾਰੇ ਨੂੰ ਕਿਆ ਕਰਾਂ ਮਾਰੇ ਤੁਹੀ ਤੁਹਾਡਾ ਨਾਮ ਜਪ ਰਹੇ ਆ ਤੁਹੀ ਆਪ ਜਪਾਉਣਾ ਤੁਹੀ ਆਪ ਹੀ ਕਰਾਉਣਾ ਆਪ ਹੀ ਸਾਰਾ ਕੁਝ ਕਰਨਾ ਮੈਂ ਕੁਝ ਨਹੀਂ ਕਰਨ ਵਾਲਾ ਮੇਰੇ ਹੱਥ ਵਸ ਕੁਝ ਨਹੀਂ ਜੋ ਕੁਝ ਕਰਨਾ ਆਪਨੇ ਕਰਨਾ ਤੁਸੀ ਹੀ ਕਰਾਉਣਾ ਇਹ ਰੱਬ ਦੇ ਕੰਮ ਰੱਬ ਹੀ ਕਰੇਗਾ ਤੁਹੀ ਸਿਰ ਰੱਬ ਦੀ ਦੁਨੀਆ ਚ ਬਹਿਣਾ ਅੱਜ ਵੀ ਤੇ ਬੈਠੇ ਆ ਸਤਸੰਗਤ ਵਿੱਚ ਤੇ ਜੋ ਸਤਸੰਗ ਚੱਲ ਰਿਹਾ ਚੱਲ ਰਿਹਾ ਕੋਈ ਆਪਾਂ ਮੈਂ ਸਤਸੰਗ ਕਰ ਰਹੇ ਆ ਮੈਂ ਨਹੀਂ ਕਰ ਰਿਹਾ ਮੈਂ ਤੇ ਪਹਿਲਾਂ ਹੀ ਬੈਠੇ ਮਾਰੇ ਨੂੰ ਕਹਿਤਾ ਮਾਰੇ ਮੈਂ ਸਤਸੰਗ ਨਹੀਂ ਕਰ ਸਕਦਾ ਮੈਂ ਕੋણો ਨਾ ਸ਼ਾਸਨ ਕਰਨ ਵਾਲਾ। ਔਰ ਮੈਂ ਕੋણો ਨਾ ਤੁਹਾਡੇ ਬੰਦਿਆਂ ਨੂੰ ਕੋਈ ਤੁਹਾਡੀ ਗੱਲ ਸੁਣਾਉਣ ਵਾਲਾ। ਮਿਰਚ ਕਿਹੜੀ ਔਕਾਤ ਹੈ ਮੈਂ ਤੁਹਾਡੇ ਬਾਰੇ ਕੁਝ ਬੋਲ ਜਾ ਮਹਾਰਾਜ ਜੀ। ਔਰ ਤੁਸੀਂ ਤੇ ਮਾਲਕ ਹੋ ਹਾਲਤ ਪਲਦ। ਮੈਂ ਤੁਹਾਡੇ ਬਾਰੇ ਚ ਕੁਝ ਲੋਕਾਂ ਨੂੰ ਸਮਝਾਦਾ ਮੇਰੀ ਔਕਾਤ ਨਹੀਂ ਹੈ। ਤੁਸੀਂ ਆਪ ਹੀ ਕਰਨਿਆ ਸਾਰਾ ਕੁਝ ਆਪ ਹੀ ਸ਼ਾਸਨ ਕਰੋਗੇ, ਆਪ ਹੀ ਬੋਲੋਗੇ, ਆਪ ਹੀ ਰਹਿਮਤਾਂ ਕਰੋਗੇ। ਆਪ ਹੀ ਦੁਨੀਆ ਨੂੰ ਦੱਸੋਗੇ ਵੰਡੋਗੇ ਰਹਿਮਤਾਂ ਦਵੋਗੇ ਤੇ ਸਾਰਾ ਕੁਝ ਦਵੋਗੇ ਮਾਰੇ ਤੁਹਾਡੇ ਆਪਣੀ ਕਿਰਪਾ ਤੁਹਾਡੀ ਮੇਰਾ ਕੋਈ ਰੋਲ ਵਿੱਚ ਰੋਲ ਨਹੀਂ ਇਸ ਕਰਨ ਕੋਈ ਵਿੱਚ ਨਹੀਂ ਹੈਗਾ ਵਿਚੋਲਾ ਨਹੀਂ ਹੈਗਾ ਰੱਬ ਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਸਿੱਧੀ ਗੱਲ ਬਾਤ ਉਹ ਨਾਮ ਮਿਲਿਆ ਨਾਮ ਨਾਲ ਗੱਲ ਕਰੋ ਰੱਬ ਨਾਲ ਨਾਮ ਜਪੋ ਆਪਣੀ ਭੁੱਖ ਮਟਾਓ ਤੇ ਜਿਹੜਾ ਬੰਦਾ ਕਹੇ ਮੇਰੀ ਭੁੱਖ ਨਹੀਂ ਮਿਟਦੀ ਮੈਨੂੰ ਖੋਖੋ ਪੈਂਦੀ ਹੈ ਖਿੱਚ ਪੈਂ ਇਹ ਰਵੇ ਤੂੰ ਨਾਮ ਨਹੀਂ ਜਪਦਾ ਤੋ ਸਹੀ ਤਰੀਕੇ ਨਾਲ ਨਾਮ ਨਹੀਂ ਜਪਦਾ ਉਹ ਕਿੰਟਾ ਲਾ ਲਿਆ ਹਵੇ ਰੋਜ਼ 2 ਘੰਟੇ ਲਾ ਲੇ ਹੁਣ ਠੰਡ ਪੈ ਜਾਂਦੀ ਸਹੀ ਤਰੀਕੇ ਨਾਲ ਉਸ ਦਿਨ ਟੈਲੀਫੋਨ ਵੀ ਬੰਦ ਕਰ ਦੋ ਤਦੇ ਕਹਿੰਦੇ ਨੇ ਸਵੇਰੇ ਅੰਮ੍ਰਿਤ ਵੇਲੇ ਜਪ ਅੰਮ੍ਰਿਤ ਵੇਲੇ ਬੈਠ ਤੱਕ ਕੋਈ ਤੈਨੂੰ ਡਿਸਟਰਬ ਨਾ ਕਰੇ ਤੈਨੂੰ ਕੋਈ ਤੰਗ ਨਾ ਕਰੇ 4 ਵਜੇ 3 ਵਜੇ ਸਾਢੇ 3 ਵਜੇ ਉੱਠ ਕੇ ਤੂੰ ਨਾਮ ਜਪ ਤੈਨੂੰ ਕੋਈ ਤੰਗ ਨਾ ਕਰੇ ਫਿਰ ਕੀ ਹੋ ਗਿਆ ਜੇ ਨੀਂਦ ਪੂਰੀ ਕਰਨੀ ਹੈ ਜੇ ਸਵੇਰੇ ਉੱਠ ਕੇ ਤੁਸੀਂ ਪਿਸ਼ਾਬ ਕਰਨ ਲਈ ਤੇ ਉੱਠਦੇ ਹੋਗੇ ਥੋੜਾ ਸਮਾਂ ਉੱਠਦੇ ਉਹ ਨਹੀਂ ਉੱਠਦੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਯੋ بڑے ਬੰਦੇ ਉੱਠਦੇ ਨੇ ਆਪੀ ਰੱਬ ਆਵਾਜ਼ ਮਾਰ ਕੇ ਉਠਾ ਦਿੰਦਾ ਬਹਿ ਜਾ ਕਰੋ ਫਿਰ ਸੋ ਜਾਇਆ ਕਰੋ ਘੰਟਾ ਨਾਮ ਜਪ ਕੇ 2 ਘੰਟੇ ਨਾਮ ਜਪ ਕੇ ਫਿਰ ਸੋਗੇ ਜੇ ਨੀਂਦ ਆਉਂਦੀ ਹੈ 2 ਘੰਟੇ ਫਿਰ ਲਾ ਲੈ ਨੀਂਦ ਨੂੰ ਦੇ ਦਿੱਤੇ ਇੱਕ ਦੇ ਅਕ ਵੇਖੋ ਫਿਰ ਸਾਲ 2 ਸਾਲ 3 ਸਾਲ 4 ਸਾਲ ਬਾਅਦ ਤੁਹਾਹ ਕਹਿਣਾ ਹੈ ਉਹ ਤੂੰ ਕਿਰੇ ਮਗਰ ਲਾਤਾ ਸਾਨੂੰ ਤੂੰ ਦੇ ਕੇ ਦਿੱਤੀ ਹੈ ਕੀ ਚੀਜ਼ ਕੀ ਹੈਗੀ ਹੈ ਉਧਰ ਰੌਣਕ ਹੀ ਬਦਲ ਜਾਣੀ ਹੈ ਰੰਗ ਹੀ ਬਦਲ ਜਾਣਾ ਸਭ ਸਭ ਕੁਝ ਹੀ ਬਦਲ ਜਾਣਾ ਕਿਤੇ ਇੱਕ ਸਾਲ ਤੁਸੀਂ ਲਾ ਕੇ ਵੇਖੋ ਮਿਹਨਤ ਕਰਕੇ ਵੇਖੋ ਨਾਮ ਦੀ ਦੌਲਤ ਕਮਾ ਕੇ ਵੇਖੋ ਨਾਮ ਦੀ ਖਜ਼ਾਨੇ ਕਮਾ ਕੇ ਵੇਖੋ ਨਾਮ ਦੇ ਤੁਹਾਡੇ ਸਾਰੇ ਗੱਲ ਹੀ ਪਲਟ ਜਾਣੀ ਸਾਰਾ ਕੁਝ ਹੀ ਬਦਲ ਜਾਣਾ ਤੁਹਾਡੀ ਨਿਤ ਗੱਲਾਂ ਹੋਣਗੀਆਂ ਪਰਮਾਤਮਾ ਨਾਲ ਜੀ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਛ ਹੁਣ ਮਹਾਰਾਜ ਜੀ ਕਹਿੰਦੇ ਨੇ ਕਿਰਪਾ ਕਰੋ ਮਹਾਰਾਜ ਜੀ ਸਾਨੂੰ ਆਪਣੇ ਨਾਲ ਰੱਖ ਵੀ ਲਿਆ ਕਰੋ ਸਾਨੂੰ 사ਤਸੰਗ ਵਿੱਚ ਬੈਠਣ ਦੀ ਤਾਕਤ ਬਖਸ਼ੋ ਜਦੋਂ 사ਤਸੰਗ ਸੁਣ ਲਿਆ ਅੱਜ ਅਰਦਾਸ ਕਰਕੇ ਕਰਨੀ ਮਹਾਰਾਜ 사ਤਸੰਗ ਤੁਸੀਂ ਬਖਸ਼ਿਆ ਅੱਗੋਂ ਵੀ 사ਤਸੰਗ ਬਖਸ਼ਣਾ ਅਗਲੇ ਵਾਸਤੇ ਵੀ ਅਰਦਾਸ ਕਰਕੇ ਜਾਣਾ ਹੈ ਥੋ ਉੱਠਣ ਤੋਂ ਪਹਿਲਾਂ ਮਾਰੇ ਅੱਜ ਦਾ ਤੁਸੀਂ ਕਿਰਪਾ ਕੀਤੀ ਕੱਲ ਵੀ ਤੁਸੀਂ ਮੇਰੇ ਤੇ ਕਿਰਪਾ ਕਰਨੀ ਇਹ ਇਦਾਂ ਹੀ ਕਿਰਪਾ ਕਰਕੇ ਰੱਖਣੀ ਮੈਂ ਸੁਣਿਆ ਨਹੀਂ ਤੁਸੀਂ ਮੈਨੂੰ ਸੁਣਾਇਆ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੇਰੇ ਵਾਸਤੇ ਨਹੀਂ ਹੈ ਕੁਝ ਤੁਸੀਂ ਮੇਰੇ ਵਾਸਤੇ ਬਣਾ ਦਿੱਤਾ ਆਖਣ ਔਖਾ ਸਾਚਾ ਨਾਉ ਔਖਾ ਸੀ ਮੇਰੇ ਵਾਸਤੇ ਪਰ ਤੁਸੀਂ ਸੌਖਾ ਕੱਢ ਛੜਿਆ ਹੁਣ ਅੱਗੋਂ ਵੀ ਸੌਖਾ ਕਰ ਦੋ ਰਸਤੇ ਖੋਲ ਦੋ ਤਾਕੀ ਮੈਨੂੰ ਭੱਜ-ਭੱਜ ਕੇ ਸੇਵਾ ਕਰਨ ਦਾ ਮੌਕਾ ਮਿਲੇ ਭੱਜ-ਭੱਜ ਕੇ satsang ਸੁਣਨ ਦਾ ਮੌਕਾ ਮਿਲੇ ਭੱਜ-ਭੱਜ ਕੇ ਕਮਾਈ ਕਰਾਂ ਭੱਜ-ਭੱਜ ਕੇ ਲੋਕਾਂ ਨੂੰ ਰੋਲਾ ਪਾਵਾਂ ਦੋਹਾਈਆਂ ਪਾਵਾਂ ਕੱਲੇ-ਕੱਲੇ ਬੰਦੇ ਨੂੰ ਫੜ ਕੇ ਕਵਾਂ ਓ ਮੇਰਾ ਗੁਰੂ ਬੜਾ ਵੱਡਾ ਮੇਰਾ ਮਾਲਕ ਬੜਾ ਵੱਡਾ ਮੈਂ ਦੁਨੀਆ ਤੇ ਸ਼ੋਰ ਮਚਾਵਾਂ ਕਦੀ ਸ਼ੋਰ ਵੀ ਮਚਾ ਲਿਆ ਕਰੋ ਕਰੋ ਰੋਲਾ ਵੀ ਪਾ ਲਿਆ ਕਰੋ ਗੱਜ ਕੇ ਬੋਲਿਆ ਕਰੋ ਗੱਜ ਕੇ ਆਖਿਆ ਕਰੋ ਸੇ ਪਿਆਰੇ ਮਲਾਵੀ ਜਿੰਨਾ ਪਿਆਰਿਆਂ ਦੇ ਵਿੱਚ ਬੈਠ ਕੇ ਜਿੰਨਾ ਪਿਆਰਿਆਂ ਨਾਲ ਮਿਲ ਕੇ ਤੇਰੇ ਨਾਮ ਦੀ ਯਾਦ ਆ ਜਾਏ ਤੇਰਾ ਨਾਮ ਦਾ ਚੇਤਾ ਆ ਜਾਏ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਕੰਮ ਆਂਦੀਆਂ ਨੇ ਅੱਗੋਂ ਮਹਾਰਾਜ ਜੀ ਕੀ ਕਹਿੰਦੇ ਨੇ ਕਤਕ ਹੋਵੇ ਸਾਧ ਸੰਗ ਬਿਨ ਸਹ ਸਬੇ ਸੋਚ ਕੱਤਕ ਹੋਵੇ ਸਾਧ ਸੰਗ ਬਿਨ ਸਹ ਸਬੇ ਸੋਚ ਬਿਨ ਸੇ ਸਬੇ ਸੋਚ ਸਭ ਸੋਚਾਂ ਦਾ ਦੁੱਖਾਂ ਦਾ ਅੰਤ ਹੋ ਜਾਏਗਾ ਜਦੋਂ ਕੱਤਕ ਦੇ ਵਿੱਚ ਸੰਗਤ ਕਰਨ ਦਾ ਮੁਕਮਲ ਗਿਆ ਇੱਕ ਕੱਤਕ ਦਾ ਮਹੀਨਾ ਮਹਾਨ ਮਹੀਨਾ ਮੰਨਿਆ ਗਿਆ 4 ਮਹੀਨੇ ਬਾਅਦ ਜਦੋਂ ਚੌ ਮਸਾ ਆਂਦਾ ਹੈ ਚੌ ਮਸਾ ਬੀਤ ਜਾਂਦਾ ਹੈ ਅੱਜ ਦੇ ਦਿਨ ਵਾਪਸ ਨਾਰਾਇਣ ਆਪਣੀ ਗੱਦੀ ਸੰਭਾਲਦੇ ਨੇ ਦੁਨੀਆ ਦੀ ਰੱਖਿਆ ਕਰਨ ਵਾਸਤੇ ਦੁਨੀਆ ਦੀ ਸੰਭਾਲ ਕਰਨ ਵਾਸਤੇ ਅੱਜ ਉਹਨਾਂ ਨੇ ਵਾਪਸ ਦੁਨੀਆ ਦੇ ਵਿੱਚ ਕਾਇਮ ਹੋਣਾ ਤੇ ਦੁਨੀਆ ਨੂੰ ਵਾਪਸ ਸੰਭਾਲਣਾ 4 ਮਹੀਨਿਆਂ ਵਾਸਤੇ ਉਹ ਚੱਲ ਜਾਂਦੇ ਨੇ ਲਿਖਿਆ ਤੇ ਪਤਾਲ ਹੈ ਬਲੀ ਰਾਜਾ ਬਲੀ ਦੀ ਦੇ ਕੋਲ ਚਲ ਗਏ ਨੇ ਤੇ ਉਹ ਵਾਪਸ ਅੱਜ ਆਏ ਨੇ ਤੇ ਉਹ ਦੁਨੀਆ ਦੀ ਰੱਖਿਆ ਕਰਨ ਵਾਸਤੇ ਦੁਨੀਆ ਨੂੰ ਵਾਪਸ ਸੰਭਾਲਣ ਵਾਸਤੇ ਸੋ ਇਹ ਖੁਸ਼ੀਆਂ ਪਰਿਆ ਮੌਕਾ ਆਵੇ ਬਈ ਸਾਰਿਆਂ ਦਾ ਅੱਛੇ ਦਿਨ ਤੁਹਾਡੇ ਵਾਪਸ ਆਵਣ ਖੁਸ਼ੀਆਂ ਆਵਣ ਕਤਕ ਦੇ ਮਹੀਨੇ ਦੇ ਵਿੱਚ ਰਹਿਮਤਾਂ ਹੋਵਣ ਰੱਬ ਨਾਲ ਮਿਲਣ ਦੀ ਤੁਹਾਡੀ ਗੱਲ ਹੋਰ ਵੱਧ ਜਾਏ ਕਤਕ ਦੇ ਮਹੀਨੇ ਚ ਭੁੱਖ ਵੱਧ ਜਾਏ ਪਿਆਸ ਵੱਜੇ ਕਿਤੇ ਰੱਬ ਦੇ ਵਾਸਤੇ ਹੋਰ ਕਮਾਈਆਂ ਵੱਧ ਜਾਵਣ ਅਸੀਂ ਭੱਜ-ਭੱਜ ਕੇ ਜਿਹੜੇ ਅਸੀਂ ਪਿਛਲੇ ਮਹੀਨੇ ਕਮੀਆਂ ਰਹਿ ਗਈਆਂ ਉਹ ਇਸ ਮਹੀਨੇ ਅਸੀਂ ਪੂਰੀਆਂ ਕਰ ਲੈਣੀਆਂ ਜਿਹੜੇ ਪੁਰਾਣੇ ਮਹੀਨਿਆਂ 'ਚ ਅਸੀਂ ਕੁਝ ਨਹੀਂ ਕਰ ਸਕੇ ਇਸ ਮਹੀਨੇ 'ਚ ਅਸੀਂ ਪੂਰਾ ਕਰਨਾ ਕਰਨਾ ਨਹੀਂ ਕਰਨਾ ਇੱਕ ਵਹੀ ਅਸੀਂ ਜੋਰ ਲਾਉਣਾ ਤਾਂ ਹੀ ਅਸੀਂ ਇਕੱਠੇ ਹੋ ਕੇ ਆਏ ਆ ਐਵੇਂ ਨਹੀਂ ਆਏ ਇਹਦੇ ਮਗਰ ਬੜਾ ਵੱਡਾ ਕਾਰਨ ਹੈ ਰੱਬ ਨੇ ਜੇ ਬੁਲਾਇਆ ਨਾਲ ਉਹਨੇ ਦਾਤ ਦਿੱਤੀ ਰਹਿਮਤ ਦਿੱਤੀ ਕਿਰਪਾ ਦਿੱਤੀ ਨਾਲ ਨੇ ਬੁਲਾ ਕੇ ਆਖਿਆ ਪੁੱਤਰ ਤੇ ਮਹੱਲਾ ਸ਼ੇਰੀ ਵੀ ਦਵਾਂਗਾ ਜਿਹੜੇ ਹੱਲਾ ਸ਼ੇਰੀ ਮਿਲ ਜਾਣੀ ਨਾ ਗੱਲ ਬਣ ਜਾਵੇ ਹੱਲਾ ਸ਼ੇਰੀ ਤੇ ਹੈ ਸਵੇਰੇ ਉੱਠਣ ਦੀ ਹੱਲਾ ਸ਼ੇਰੀ ਹੈ ਰਾਤੀ ਜਲਦੀ ਸੌਣ ਦੀ ਹੱਲਾ ਹੱਲਾ ਸ਼ੇਰੀ ਹੈ ਚੰਗੇ ਚੰਗੇ ਕੰਮ ਕਰਨ ਦੀ ਹੱਲਾ ਸ਼ੇਰੀ ਹੈ ਝੂਠ ਨਾ ਬੋਲਣ ਦੀ ਹੱਲਾ ਸ਼ੇਰੀ ਹੈ ਕਾਮ ਕ੍ਰੋਧ ਲੋਭ ਵੋਹ ਹੰਕਾਰ ਨੂੰ ਮਾਰਨ ਦੀ ਹੱਲਾ ਸ਼ੇਰੀ ਹੈ ਛੋਟੇ ਛੋਟੇ ਸੰਕਲਪ ਲੈ ਲੈ ਕੇ ਇਨ ਪੂਰਾ ਕਰਨ ਦੀ ਹੱਲਾਸ਼ਰੀ ਹੈ ਫਿਰ ਵੱਡੇ ਸੰਕਲਪ ਲਏ ਜਾਂਦੇ ਨੇ ਕਿ ਜ਼ਿੰਦਗੀ ਨੂੰ ਸੋਚਿਆ ਨਹੀਂ ਹੁਣ ਮੈਂ ਇਹ ਵੀ ਕਰ ਲੈਣਾ ਉਹ ਪਹਿਲਾਂ ਨਿੱਕੀਆਂ ਨਿੱਕੀਆਂ ਜਿੱਤ ਪ੍ਰਾਪਤ ਕੀਤੀ ਜਾਂਦੀਆਂ ਨੇ ਕੀ ਜਿੱਤਣਾ ਮੈਂ ਲੜਾਈ ਨਹੀਂ ਕਰਨੀ ਮੈਂ ਗੁੱਸਾ ਨਹੀਂ ਕਰਨਾ ਮੈਂ ਕਾਮ ਵਾਸਨਾ ਕ੍ਰੋਧ ਵਾਸਨਾ ਹੰਕਾਰ ਵਾਸਨਾ ਮਾਰ ਦੇਣੀ ਹੈ ਮੈਂ ਚੰਗਾ ਬਣ ਜਾਣਾ ਇਹ ਛੋਟੇ ਛੋਟੀਆਂ ਚੀਜ਼ਾਂ ਤੇ ਜਿੱਤ ਪ੍ਰਾਪਤ ਕਰਨੀ ਜਿੱਤਣਾ ਔਰ ਸਾਬਤ ਕਰਨਾ ਕਿ ਤੁਹਾਡਾ ਸੰਕਲਪ ਪੱਕਾ ਹੈ ਜੇ ਤੁਸੀਂ ਸੋਚ ਲਿਆ ਤੁਸੀਂ ਪੂਰਾ ਕਰ ਦਿੰਦੇ ਹੋ ਸੋਚ ਲਿਆ ਤੇ ਤੁਸੀਂ ਜਿੱਤ ਲੈਂਦੇ ਹੋ ਬਾਜੀ ਸੋਚਿਆ ਹੀ ਨਹੀਂ ਤੇ ਬਾਜੀ ਜਿੱਤ ਨਹੀਂ ਕੀ ਹੈ ਹਾਰਦਾ ਇਨਸਾਨ ਕਦੋਂ ਹੈ ਜਦੋਂ ਬੰਦਾ ਸੋਚਦਾ ਨਹੀਂ ਅੱਜ ਤੁਸੀਂ ਸੋਚ ਲਿਆ ਕਿ ਅਸੀਂ ਪ੍ਰਤੱਖ ਇਹ ਸੋਚ ਬਣਾ ਲਈ ਹੈ ਅਸੀਂ ਜੋ ਕੰਮ ਰੁਕਾਵਟ ਨਹੀਂ ਰੱਬ ਤੋਂ ਮਿਲਣ ਦੇ ਵਾਸਤੇ ਜਿਹੜੀ ਚੀਜ਼ ਰੁਕਾਵਟ ਬਣੇਗੀ ਅਈਓ ਰੁਕਾਵਟ ਨੂੰ ਹੀ ਤੋੜ ਦਵਾਂਗੇ ਅਸੀਂ ਰੱਬ ਦੇ ਰਸਤੇ ਤੇ ਪੂਰਾ ਚੱਲਣਾ ਹੈ ਅਈ ਕਾਮਯਾਬ ਹੋਣਾ ਮਹਾਰਜ ਦੇ ਚਰਨਾਂ 'ਚ ਜਾ ਕੇ ਪਹੁੰਚਣਾ ਹੈ ਅਈ ਸਾਰੇ ਕੰਮ ਪੂਰੇ ਕਰਨੇ ਨੇ ਜਿਹੜੀ ਰੁਕਾਵਟ ਆਵੇਗੀ ਉਹਨੂੰ ਰੁਕਾਵਟ ਨੂੰ ਖਤਮ ਕਰ ਦਵਾਂਗੇ ਇਹ ਸੰਕਲਪ ਲਵੋ ਅੱਜ ਤੋਂ ਬਾਅਦ ਆਪਣੇ ਜੀਵਨ 'ਚ ਠੀਕ ਹੈ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾ